सहेली आई हुई है मनदीप शहरी कुड़ी है पर कल दी सानू सारियां पिंड वालियां नू नच नच के मोहरे लाई फिरदी है हुण वी बाहर नचण दी तैयारियां करी जांदी है ਤੈਨੂੰ ਲੜਨ ਕੱਕੀਆਂ ਕੀੜੀਆਂ ਐਵੇਂ ਤਾਂ ਨਹੀਂ ਲੋਕ ਮੈਨੂੰ ਮੱਸਾ ਚਿੱਚੜ ਕਹਿੰਦੇ ਇੱਕ ਵਾਰ ਜਿਹਨੂੰ ਚਿੰਬੜ ਜਾਵਾਂ ਉਹਦੀ ਬਾਂ ਬਾਂ ਕਰਵਾ ਦਿੰਦਾ ਓਏ ਮੈਂ ਤਾਂ ਦਾਜ ਪਿੱਛੇ ਖੜੇ ਖੜੋਤੇ ਲੋਕਾਂ ਦੇ ਘਰ ਬਾਰ ਵਿਕਵਾ ਤੇ ਤੈਥੋਂ ਵਿਚੋਲਪੁਣੇ ਦੀ ਫੀਸ ਨਹੀਂ ਲੈਣੀ ਤੈਨੂੰ ਸਭ ਕੁਛ ਦਵਾ ਕੇ ਲਿਆਉਂ ਉਹ ਮੈਨੂੰ ਤਾਂ ਜੱਟ ਐਵੇਂ ਹੀ ਲੱਗਦਾ ਕਿਤੇ ਕੁੜੀ ਨੂੰ ਕੱਲੀ ਅਲਮਾਰੀ ਪੇਟੀ ਦੇ ਕੇ ਨਾ ਤੋਰ ਦੇ ਤੂੰ ਕਿਹੜਾ ਪਹਿਲਾਂ ਗੱਲ ਖੋਲੀ ਆ ਓਏ ਮੈਂ ਕਦੇ ਠੰਡੀ ਗੱਲ ਨਹੀਂ ਕਰਦਾ ਹਮੇਸ਼ਾ ਗਰਮ ਲੋਹੇ ਤੇ ਸੱਟ ਮਾਰਦਾ ਗਰਮ ਲੋਹੇ ਤੇ ਹਰ ਗੱਲ ਦਾ ਟਾਈਮ ਹੁੰਦਾ ਬਸ ਤੂੰ ਆਕੜ ਕੇ ਖੜਾ ਰਹੀ ਤੇ ਮੇਰੀ ਹਿਲਦੀ ਧੌਣ ਵੱਲ ਵੇਖੀ ਜਾਈ ਜਦ ਤੱਕ ਮੈਂ ਹਾਂ ਨਾ ਕਹਾ ਨਾ ਧੌਣ ਨਾ ਢਿੱਲੀ ਕਰੀ ਓਏ ਅਸੀਂ ਪੰਜਾਬ ਵਾਲੇ ਤਾਂ ਆਪਣੀ ਨੱਕ ਖਾਤਰ ਸਭ ਕੁਝ ਵੇਚ ਦਿੰਦੇ ਆ ਆਪਣੀਆਂ ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ ਸਰਦਾਰ ਕਰਤਾਰ ਸਿੰਘ
ਆਨੰਦ ਕਾਰਜਾਂ ਦਾ ਟਾਈਮ ਹੋ ਗਿਆ, ਇਸ ਵੇਲੇ ਮੇਰੇ ਨਾਲ ਐ ਨਾ ਕਰ, ਮੇਰੀ ਪੱਗ ਰੁੱਲ ਜੂ। ਉਹ ਤੇਰੀ ਪੱਗ ਦਾ ਮੈਂ ਕੀ ਕਰਾਂ, ਮੇਰੀ ਵੀ ਤਾਂ ਕੋਈ ਇੱਜ਼ਤ ਹੈ। ਆਮਰੇ ਰਿਸ਼ਤੇਦਾਰ ਕੀ ਕਹਿਣਗੇ ਕਿ ਮੁੰਡਾ ਲੰਗਾ ਦੇ ਵਿਆਹ ਲਿਆ, ਕਾਰ ਬਿਨਾ ਹੁਣ ਵਿਆਹ ਨਹੀਂ ਹੋਣਾ। ਭਾਈ ਜੀ, ਮੈਂ ਗਰੀਬ ਜਿੰਨੇ ਜੋਗਾ ਸੀ ਉਹਨਾਂ ਕਰ ਰਿਹਾ, ਕਾਰ ਦੇਣਾ ਮੇਰੇ ਵੱਸ ਦਾ ਕੰਮ ਨਹੀਂ, ਮੋਟਰਸਾਈਕਲ ਤਾਂ ਦੇ ਹੀ ਰਿਹਾ ਨਾ। ਓਏ ਮੋਟਰਸਾਈਕਲ ਤਾਂ ਅੱਜ ਕੱਲ੍ਹ ਲੰਡੀ ਪੁੱਚੀ ਨੂੰ ਮਿਲੀ ਜਾਂਦਾ, ਮੇਰਾ ਮੁੰਡਾ ਮਾਸਟਰ ਹੈ ਮਾਸਟਰ, ਪੂਰੇ 15,000 ਰੁਪਏ ਮਹੀਨੇ ਦਾ ਕੁੱਟਦਾ, ਜਾਂ ਤਾਂ ਕਾਰ ਵਾਸਤੇ ਹਾਂ ਕਰ ਦੇ, ਨਹੀਂ ਤਾਂ ਬਰਾਤ ਵਾਪਸ ਜਾਊਗੀ। ਕਿਸ ਤਰ੍ਹਾਂ ਬਰਾਤ ਵਾਪਸ ਚਲੀ ਜਾਊਗੀ, ਅਸੀਂ ਵੀ ਤਾਂ ਪਿੰਡ ਵਸਦੇ ਹਾਂ, ਪਿੰਡ ਦੀ ਇੱਜ਼ਤ ਕਿਸ ਤਰ੍ਹਾਂ ਰੋਲਣ ਦੇ ਦੀ। ਆਹ ਗੱਲ ਤਾਂ ਬਾਈ ਰਣਜੀਤ ਸਿੰਘ ਠੀਕ ਨੀ, ਮੰਨਿਆ ਕਿ ਤੂੰ ਵੱਡਾ ਬੰਦਾ ਹੈ, ਪਰ ਐਂ ਧੱਕਾ ਤੇ ਨਾ ਕਰ। ਧੱਕਾ ਕੀ, ਇਹ ਤਾਂ ਹੱਕ ਇਨਸਾਫ ਦੀ ਗੱਲ ਹੈ। ਬਾਈ ਹੱਕ ਇਨਸਾਫ ਦੀ ਗੱਲ ਤਾਂ ਉਹੀ ਹੋਊ ਜਿਹੜੀ ਦੋਨੋਂ ਧਿਰਾਂ ਨੂੰ ਮਨਜ਼ੂਰ ਹੋਊ। ਇਹਨੂੰ ਮਨਜ਼ੂਰ ਸੀ ਤਾਂ ਆਪਣੇ ਪੁੱਤਰ ਦੇ ਸਿਹਰੇ ਬੰਨ ਕੇ ਇੱਥੇ ਲੈ ਕੇ ਆਇਆ। ਇੱਥੇ ਆਇਆ ਤਾਂ ਮੈਂ ਆਪਣੇ ਪਿੰਡ ਵਾਪਸ ਵੀ ਜਾਣਾ, ਕਾਰ ਬਿਨਾਂ ਤਾਂ ਮੇਰੀ ਨੱਕ ਜਮਾਂ ਹੀ ਵੱਢੀ ਜਾਓ। ਜੇ ਤੁਹਾਨੂੰ ਆਪਣੇ ਪਿੰਡ ਦੀ ਇੱਜ਼ਤ ਦਾ ਇੰਨਾ ਹੀ ਫਿਕਰ ਹੈ ਤਾਂ ਕਾਰ ਤੁਸੀਂ ਦੇ ਦਿਓ। ਠੀਕ ਹੈ, ਜੇ ਤੂੰ ਇਹੋ ਜਿਹੇ ਵੇਲੇ ਮੂੰਹ ਢੱਡਿਆ ਤਾਂ ਇਹਨੂੰ ਭਰੂੰਗਾ ਵੀ ਮੈਂ, ਤੈਨੂੰ ਕਾਰ ਮਿਲ ਜਾਊ। ਆਹ ਹੋਈ ਨਾ ਸਰਦਾਰਾਂ ਵਾਲੀ ਗੱਲ, ਬਈ ਬੜੀ ਪਿਉਂਕੇ ਜੁੱਤੀ ਮਾਰੀ ਹੈ, ਇਹਦੇ ਲੜਨ ਕੱਕੀਆਂ ਕੀੜੀਆਂ। ਪਰ ਕਾਰ ਮਿਲੂ ਕਦੋਂ? ਤੁਸੀਂ ਆਨੰਦ ਕਾਰਜ ਤਾਂ ਕਰਵਾਓ, ਸ਼ਾਮ ਨੂੰ ਡੋਲੀ ਨਵੀਂ ਕਾਰ ਤੇ ਵਿਦਿਆ ਕਰਾਂਗੇ। ਤੂੰ ਤਾਂ ਲੈ ਹੁਣ ਕਰ ਦੇ ਉਲਟੇ। ਮੱਸਿਆ, ਇੱਕ ਗੱਲ ਦੱਸ ਯਾਰ, ਲੋਕਾਂ ਨੂੰ ਤੂੰ ਇੰਨਾ ਇੰਨਾ ਦਾਜ ਦਵਾਉਂਦਾ, ਆਪਣੀ ਧੀ ਨੂੰ ਕੀ ਦੇਗਾ ਦਾਜ? ਉਹ ਵੀ ਮੈਂ ਦਊਂਗਾ? ਨਾ ਤਾਂ ਫਿਰ ਮੈਨੂੰ ਮੱਸਾ ਚਿੱਚੜ ਕੌਣ ਕਹੂ? ਉਹ ਜੇ ਮੁੰਡੇ ਵਾਲਿਆਂ ਕੋਲੋਂ ਕੁਛ ਲੈ ਕੇ ਵਿਖਾਵਾਂ ਤਾਂ ਤਮਾਸ਼ਾ ਨਵਾਂ ਕੇ ਪੁਰਾਣਾ? ਹਾਂ, ਤਮਾਸ਼ਾ ਤਾਂ ਨਵਾਂ ਹੀ ਹੋਊਗਾ, ਪਰ ਤੈਨੂੰ ਇਹੋ ਜਿਹਾ ਮੁੰਡਾ ਲੱਭੂਗਾ ਕਿੱਥੋਂ? ਲੱਭੂਗਾ ਨੀ, ਲੱਭ ਲਿਆ ਮੇਰੇ ਯਾਰ ਤੂੜਕੋਟ ਵਾਲੇ ਮਾਸਟਰ ਦਾਰਾ ਸਿਉਂ ਦਾ ਮੁੰਡਾ ਗੈਵੀ, ਬੜੀ ਉੱਚੀ ਪੜ੍ਹਾਈ ਪੜ ਗਿਆ, ਆਪਣੀ ਧੀ ਪੱਪੀ ਦਾ ਵਿਆਹ ਉਹਦੇ ਨਾਲ ਕਰਦਾ ਵਾ, ਫਿਰ ਆਪਣਾ ਵੀ ਤੋਰੀ ਬੁਲਕਾ ਉੱਤੇ ਹੀ ਚੱਲੀ ਜਾਊ। ਓਏ ਮੁੰਡੇ ਦੀ ਮਾਂ ਜਗੀਰੋ ਰੋਟੀਆਂ ਲਾਇਆ ਕਰੂ ਤੇ ਮੈਂ ਬੈਠ ਕੇ ਗਰਮ ਗਰਮ ਖਾਇਆ ਕਰੂ। ਮੇਰਾ ਨਾਮ ਜਗੀਰ ਕੌਰ ਆ, ਮੈਂ ਪਟਵਾਰੀ ਦੀ ਧੀ ਆ, ਕੋਈ ਮਖੌਲ ਨਹੀਂ। ਰੋਟੀ ਨਾ ਮੈਂ ਤੈਨੂੰ ਹੁਣੇ ਕਿਤੇ ਪਰੌਠੇ ਖਵਾਉਣੀਆਂ ਸਦਿਆ ਹੀ, ਤੂੰ ਤਾਂ ਸਵੇਰੇ ਸਵੇਰੇ ਉੱਠਦੇ ਹੀ ਚੁੱਲ੍ਹੇ ਵੱਲ ਚੱਕ ਲੱਗ ਜਾਂਦਾ। ਮੈਂ ਤਾਂ ਉਦੋਂ ਰੋਟੀ ਪਕਾਉਂ ਜਦੋਂ ਮੇਰਾ ਪੁੱਤ ਗੈਵੀ ਆਊਗਾ ਖਾਣ ਨੂੰ, ਉਦੋਂ ਤੇਰਾ ਮੱਥਾ ਵੀ ਡੰਮ ਦੂੰ। ਓਏ ਓਏ, ਮੈਂ ਰੋਟੀ ਮੰਗ ਕੇ ਗਲਤੀ ਕਰ ਲਈ? ਤੇਰਾ ਘਰਵਾਲਾ ਹੋਇਆ ਕਰਦਾ, ਕੋਈ ਦਿਹਾੜੀਦਾਰ ਨਹੀਂ, ਗੈਵੀ ਦਾ ਕੀ ਪਤਾ ਕਦੋਂ ਰੋਟੀ ਖਾਇਆ ਕਰਦਾ, ਮੈਨੂੰ ਤਾਂ ਹੁਣ ਭੁੱਖ ਲੱਗੀ ਹੈ। ਭੁੱਖ ਤਾਂ ਤੇਰੀ ਪੂਰੀ ਹੋਣੀ ਨੀ, 20 ਸਾਲ ਹੋ ਗਏ ਤੈਨੂੰ ਲਾ ਲਾ ਕੇ ਰੋਟੀਆਂ ਖਵਾਉਂਦੀ ਨੂੰ, ਤੂੰ ਨਾ ਰੱਜਿਆ ਤੱਕ ਤੱਕ ਕਰਕੇ ਚਿਮਟਾ ਲਾ ਦਿਆ ਤੇਰੀ ਜੀਵ ਨੂੰ, ਫੇਰ ਭਾਵਾਂ ਤੇਰੀ ਭੁੱਖ ਮਰ ਜੇ। ਆਹੋ, ਇਹ ਕਸਰ ਵੀ ਪੂਰੀ ਕਰ ਲੈ ਚਿਮਟੇ ਵਾਲੀ, ਹੋਰ ਤੇਰੇ ਵਰਗੀ ਅੜਬਜਣਾ ਨਹੀਂ ਕਰ ਵੀ ਕੀ ਸਕਦੀ ਹੈ, ਮਾੜਾ ਜਿਹਾ ਬੁਲਾ ਲਓ ਸੀ, ਫਿਰ ਮੂਹਰੋਂ ਗਿੱਠ ਦੀ ਜਵਾਨ ਕੱਢ ਕੇ ਕਚਰ ਕਚਰ ਕਰਿਆ ਕਰਦੀ ਹੈ, ਫਿਰ ਟੁੱਟੇ ਛਿੱਤਰੰਗੂ ਵੱਧ ਹੀ ਜਾਊ। ਨਾ ਤੂੰ ਮੈਨੂੰ ਟੁੱਟਿਆ ਛਿੱਤਰ ਆਖਿਆ, ਤੂੰ ਹੋਵੇ ਕੌਣ ਏਡੀ ਗੱਲ ਕਰਨ ਵਾਲਾ? ਇਹ ਗੱਲ ਪੁੱਛ ਆਪਣੇ ਪਟਵਾਰੀ ਪਿਓ ਨੂੰ ਜਿਹਨੇ ਤੈਨੂੰ ਮੇਰੇ ਮਗਰ ਲਾਇਆ ਸੀ। ਮਰ ਗਈ ਵੇ ਲੋਕੋ, ਮੈਂ ਮਰ ਗਈ ਵੇ, ਮੇਰੇ ਸਵਰਗਾਂ ਚ ਵਸਦੇ ਪਿਓ ਨੂੰ ਫੜਦੇ। ਸੁਰਗਾਂ ਚ ਨੀ, ਨਰਕਾਂ ਚ ਧੱਕੇ ਖਾਇਆ ਕਰਦਾ ਤੇਰਾ ਬੜਾ, ਤੇਰੇ ਵਰਗੀ ਚੁੜੇਲ ਮੇਰੇ ਪੱਲੇ ਪਾਤੀ। ਨਾ ਤੂੰ ਮੈਨੂੰ ਚੁੜੇਲ ਆਖਿਆ,
ਹੁਣ ਮੈਂ ਤੈਨੂੰ ਚੁੜੇਲ ਬੋਲ ਕੇ ਵਿਖਾਉਂ ਕੱਚਾ ਖਾ ਜੂ ਤੈਨੂੰ ਵੇਖ ਨਾ ਜਾ ਓਏ ਨਿਕਲ ਕਰ ਓਏ डरदे क्यों मैं कि तेन की आख्या बस कर बीबी बस आंढ गुआंढ सुनते होंगे की कहेंगे मैं नहीं डरदी आंढ गुआंढ तो आंढ गुआंढ कहना मेरी कंध डाल देंगे ओ बस कर बीबी रहन दे नाले तू किसे तो क्यों डरना असि जो तेथों डरदे आ पापा जी मैं बुरज ताई चलिया भाई रणजीत सिंह होरां नूं मिलके आउणा जा पुत जा जरूर जा पर तू हुण रोटी खा के जाई खा लै पुत खा लै मैनूं तां खवा दिया दे सी के ना चौपड़ के हुण तां तू ही रिहा करदा वे तू फेर बोलिया बीबी मैनूं भुख नहीं मैं आके खा लूंगा एक मिनट पुत मैनूं वेख तां लैण दे तू सोहणा तां लगदा ना हाय कितने नजर ही ना लग जे कितना सोहणा लगदा है मेरा पुत देख ले रणजीत सिंह दा नाम सुन के किवें बादशाह खिड़ियां ने ना खिड़न ना तेनू कोगड़ नु की पता है मेरिया स्कीमा दा सब पता मेनू मैं सब समझया करदा फतो मरासन सुपने महलां दे अच्छा जब तू दसवीं अवल आया सी ना असि उदे ही तेरे मापिया नाल ए वादा कर लिया सी के तेरी आने वाली पढ़ाई का खर्चा असि देवांगे बाई जी तुहाडी मेहर नाल मैं इंजीनियरिंग तां पूरी कर ली हाँ। पर मैं अगे सोचता सी कि अपनी हायर स्टडीज लई फॉरेन चले जां ते तुहानू तां पता ही है भाई जी उत्थे खर्चा लखां दे विच ले दस फिर की होया जे खर्चा लखां दा ए सोचना तेरा नहीं साडा काम है तू तां बस बाहर जाण दी तैयारी कर असी कौन हुंदे आ किसे नूं कुछ देण वाले ए तां उपर वाला है जिहने तेरे ते इन्नी मेहर कीती है असी तां सिर्फ जरिया बणे आ गड्डी तैयार है सरदार जी ठीक है गैवी मैं शहर वकील नूं मिल के आउणा भाई जी इह उही प्रतापोर वाला केस है की दसीए गैवी बस माड़े बंदिया नवा पै गया पहले साडिया मिन्नता करदे सी कि जमीन सानू ठेके ते दे दिओ साडे नाल लगदी है असी भी सोचा पिंडो इन्नी दूर है किथे जाके वावांगे पर जदों दे जीटी रोड वाली जमीना दे भाव वध्या उहनां दे मन ही बेईमान हो गए कब्जे दा की है कब्जा तां मैं हथ नूं लै लवां एक बार मैं जमीन च जाके खड़ जावा तो उन्होंने भाई दिन बांध नहीं थे पर निर्मल ते उदे मेरी दाल ने गल दंदे इना लड़ाई झगड़िया तो अज तक किसी ने कुछ खटिया सानू कानून ते पूरा भरोसा है जब जमीन साड़ी है तो सानू ही मिलनी है अच्छा भाई छोटे तू खाना खा के जाए ठीक है निर्मल कुरे मुंडे नु रोटी खुआ के गली चंगा जी अच्छा जी रावी मेरे लाडली जी भैन मास्टरनिया जी कुटी जान दिया नाले इन्हें कहना पढ़ के डी ही लगना तेन तो पता है ना मेरे घर दे मेनू किन्ना प्यार करते ने माड़ी जी छेक आ जाए सारे जहान दे डॉक्टर सद लेंदे ने चंगा चंगा एदी रोटी पानी दा प्रबंध कर इन्हें जाना है फिर ठीक है भाभी मैं इनू रोटी खवा देनी आ पर फिर ए मैनू इना दिपिन मेरी सहेली दे घरे छड़ के आऊगा अज मेरा उनू मिलन दा वादा है भैन जी आ उदे नजर नहीं आ रहे अज कॉलेज टूर ते गया दोस्तां नाल Oh,
ਸਰਪੰਚੀ ਜਿੱਤੀ ਹੋਵੇ ਅੱਜ ਤਾਂ ਭਾਬੀ ਨਾਰਾਜ ਲੱਗਦੀ ਹੈ ਉਹ ਮਾਸਟਰ ਦਾਰਾ ਜਾ ਇਹਨੂੰ ਖੁਸ਼ ਰੱਖਿਆ ਕਰ ਖੁਸ਼ ਵੇ ਮੈਂ ਖੁਸ਼ੀ ਹਾਂ ਤੂੰ ਬਹਿ ਜਾ ਆਰਾਮ ਨਾਲ ਹੁਣ ਮੈਥੋਂ ਕੋਈ ਹੋਰ ਸ਼ਲੋਕ ਨਾ ਸੁਣ ਲਈ ਚੱਲ ਛੱਡ ਇਹਦੇ ਨਾਲ ਕਾਹਨੂੰ ਸਿੰਘ ਪਸਾਉਂਦਾ ਤੂੰ ਮੱਸਾ ਸਿਆ ਮੈਨੂੰ ਆਏ ਦੱਸ ਵੀ ਚਾਹ ਪੀਆ ਕਰਦੇ ਆ ਇੱਕ ਦੁੱਧ ਦੁੱਧ ਜਿਵੇਂ ਬੂਰੀ ਬਣੀ ਹੋਵੇ ਇੱਥੇ ਓਏ ਚਾਹ ਦੁੱਧ ਦਾ ਕੀ ਹੈ ਮੈਨੂੰ ਤਾਂ ਪਤਾ ਲੱਗਿਆ ਸੀ ਗੈਵੀ ਆ ਗਿਆ ਸ਼ਹਿਰੋਂ ਪੜ ਕੇ ਹਾਂ ਆ ਗਿਆ ਵੇ ਤੇਰੇ ਅਰਗੇ ਕੜਮੇ ਦੇ ਤਾਂ ਮੈਂ ਆਪਣੇ ਪੁੱਤ ਨੂੰ ਮੱਥੇ ਨਾ ਲੱਗਣ ਦੇਵਾਂ ਤੂੰ ਕਰਾਉਣਾ ਕੀ ਹੋ ਤੋਂ ਨਾ ਮੈਂ ਕੀ ਕਰਾਉਣਾ ਉਹਦੇ ਕੋਲੋਂ ਮੈਂ ਤਾਂ ਸੋਚਿਆ ਸੀ ਬਈ ਮੁੰਡੇ ਨੂੰ ਮਿਲ ਆਉਨੇ ਆ ਨਾਲੇ ਆਸ਼ੀਰਵਾਦ ਦੇ ਆਉਨੇ ਆ ਨਾ ਆਸ਼ੀਰਵਾਦ ਦੇਣ ਨੂੰ ਤੂੰ ਕੋਈ ਉੱਚੇ ਡੇਰੇ ਵਾਲਾ ਸੰਤ ਹੈ ਓ ਚੱਲ ਯਾਰ ਮੱਸਿਆ ਪੱਤੇ ਵੰਡ ਬਾਜੀ ਲਾਇਆ ਕਰਦੇ ਆ ਆ ਗਏ ਵੀ ਕਿਤੇ ਨੇੜੀ ਗਿਆ ਬਸ ਆਉਣ ਵਾਲਾ ਹੀ ਹੋਣਾ ਇੱਕ ਗੱਲ ਤਾਂ ਦੱਸ ਗਿਆ ਵੀ ਉੱਥੇ ਕਾਲਜ ਵਿੱਚ ਤੇਰੇ ਨਾਲ ਕੁੜੀਆਂ ਵੀ ਪੜ੍ਹਦੀਆਂ ਸੀ ਬਸ ਇੰਨੀ ਗੱਲ ਪੁੱਛਣ ਲਈ ਮੈਨੂੰ ਰਾਹ 'ਚ ਰੋਕ ਲਿਆ ਤੂੰ ਦੱਸਦੇ ਸਹੀ ਹਾਂ ਪੜ੍ਹਦੀਆਂ ਸੀ ਅੱਛਾ ਫੇਰ ਤਾਂ ਸਾਰਾ ਦਿਨ ਤੂੰ ਉਹਨਾਂ ਵੱਲ ਵੇਖਦਾ ਰਹਿੰਦਾ ਹੋਣਾ ਨਾ ਬਈ ਆਪਣਾ ਤਾਂ ਸਾਰਾ ਦਿਨ ਧਿਆਨ ਪੜ੍ਹਾਈ 'ਚ ਰਹਿੰਦਾ ਸੀ ਉਹ ਤਾਂ ਮੈਨੂੰ ਪਤਾ ਹੈ ਕਿ ਤੂੰ ਤਾਂ ਨਿਰਾ ਆਟੇ ਦਾ ਘੁੱਗੂ ਹੈ ਤੂੰ ਕਿੱਥੇ ਕਿਸੇ ਦੇ ਦਿਲ ਦੀ ਗੱਲ ਸਮਝਦਾ ਹੈ ਤੈਨੂੰ ਤੇ ਇਹ ਵੀ ਨਹੀਂ ਪਤਾ ਹੋਣਾ ਕਿ ਮੈਂ ਤੈਨੂੰ ਇੱਥੇ ਰਾਹ ਵਿੱਚ ਕਿਹੜੀ ਗੱਲ ਕਰਨ ਲਈ ਰੋਕਿਆ ਮੈਂ ਸਭ ਸਮਝਦਾ ਰਾਵੀ ਪਰ ਤੇਰਾ ਮੇਰਾ ਕੋਈ ਮੇਲ ਨਹੀਂ ਕਿਉਂ ਮੈਂ ਅਨਪੜ੍ਹ ਹਾਂ ਇਸ ਲਈ ਨਹੀਂ ਨਹੀਂ ਕਮਲੀਏ ਕਿੱਦਾਂ ਦੀਆਂ ਗੱਲਾਂ ਕਰਦੀ ਹੈ ਇਸ ਲਈ ਕਿ ਤੂੰ ਜਿਸ ਭਰਾ ਦੇ ਸਿਰ ਦਾ ਤਾਜ ਹੈ ਮੇਰੀ ਨਜ਼ਰ ਤਾਂ ਉਸਦੀ ਜੁੱਤੀ ਦੀ ਨੋਕ ਤੋਂ ਉੱਪਰ ਜਾ ਹੀ ਨਹੀਂ ਸਕਦੀ ਪੱਗ ਨੂੰ ਦਾਗ ਤਾਂ ਮੈਂ ਵੀ ਨਹੀਂ ਲਾਣਾ ਆਪਣੇ ਵੀਰ ਦੇ ਪਰ ਮੈਂ ਤੈਨੂੰ ਇਹ ਪੁੱਛਣਾ ਹੈ ਕਿ ਜੇਕਰ ਬਾਈ ਜੀ ਹੋਰੀ ਤੇਰੇ ਨਾਲ ਮੇਰਾ ਰਿਸ਼ਤਾ ਕਰਨ ਤਾਂ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਤੇਰੇ ਵਰਗੀ ਸੋਹਣੀ ਕੁੜੀ ਨੂੰ ਨਾ ਕੌਣ ਕਰ ਸਕਦਾ ਰਾਵੀ ਪਰ ਹੋਰ ਕੁਝ ਨਹੀਂ ਜੇ ਤੇਰੀ ਹਾਂ ਤੇ ਭਾਬੀ ਨੂੰ ਕਹਿ ਕੇ ਬਾਈ ਜੀ ਨੂੰ ਮੈਂ ਆਪੇ ਮਨਾ ਲੂੰਗੀ ਤੇਰੇ ਤਾਂ ਸੱਟ ਲੱਗੀ ਚੱਲ ਚੱਲ ਘਰ ਚੱਲੀਏ ਚੱਲ ਤੈਨੂੰ ਲੜਨ ਹੋਏ ਕੱਕੀਆਂ ਕੀੜੀਆਂ ਆ ਬਣਾ ਦੇ ਤੇਰਾ ਸਤਿ ਸ੍ਰੀ ਅਕਾਲ ਤਾਇਆ ਜੀ ਓਏ ਬੱਲੇ 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 ਸਤਿ ਸ੍ਰੀ ਅਕਾਲ ਸ਼ੇਰਾ ਵੇਖੀ ਵੇ ਮੁੰਡੇ ਤੇ ਬੋਦੇ ਨਾ ਖਰਾਬ ਕਰਦੀ ਤੂੰ ਬਰਾਬਰ ਜਾ ਕੇ ਸਤਿ ਸ੍ਰੀ ਅਕਾਲ ਮਾਸੀ ਜੀ ਹਾਏ ਨੀ ਮੇਰੀ ਰਾਣੀ ਧੀਏ ਨੀ ਮੈਂ ਸਦ ਕੇ ਜਾਵਾਂ ਵੇਖੀ ਬੜੇ ਦਿਨਾਂ ਬਾਅਦ ਜਿਹੜਾ ਮਾਰੇ ਚੰਦ ਚੜਿਆ ਆ ਹਾਏ ਕਿੰਨੀ ਸੋਹਣੀ ਲੱਗਦੀ ਹੈ ਆ ਜਾ ਆ ਜਾ ਤੂੰ ਆ ਜਾ ਅਲੇ ਬੈ ਜਾ ਬੈ ਜਾ ਬੈ ਜਾ ਗਿਆਵੀ ਦੇ ਮੱਥੇ ਤੇ ਸੱਟ ਲੱਗ ਗਈ ਮਾਸੀ ਜੀ ਮਾਸੀ ਜੀ ਨੀ ਤੇਰੇ ਮੂੰਹੋਂ ਕਿੰਨਾ ਸੋਹਣਾ ਲੱਗਦਾ ਹੈ ਮਾਸੀ ਜੀ ਹੁਣ ਤੂੰ ਮੈਨੂੰ ਇਹ ਦੱਸ ਚਾਹ ਪੀਏਂਗੀ ਕਿ ਦੁੱਧ ਜਗੀਰ ਕੁਰੇ ਲੱਗਦਾ ਹੁਣ ਤੂੰ ਪੂਰੀ ਮੰਨ ਲਈ ਹੈ ਕਰੇ ਵੇ ਤੂੰ ਆਪਣੀ ਲੁਤਰਾ ਮੂੰਹ ਚ ਰੱਖ ਸੰਭਾਲ ਕੇ ਤੂੰ ਦੱਸਤੀ ਕੀ ਲਿਆਵਾਂ ਤੇਰੇ ਲਈ ਜੋ ਬੱਤੀਆਂ ਦੰਦਾਂ ਚੋਂ ਮੰਗੇਂਗੀ ਓਹੀ ਹਾਜ਼ਰ ਕਰ ਦੂੰ ਓਏ ਹੋਏ ਬੀਬੀ ਮੇਰੀ ਪੱਟੀ ਕਰ ਦੇ ਤੂੰ ਠਹਿਰ ਜਾ ਪੁੱਤ ਮੈਨੂੰ ਦੋ ਘੜੀਆਂ ਆਪਣੀ ਧੀ ਨੂੰ ਤਾਂ ਤੱਕ ਲੈਂਦੇ ਗੈਵੀ ਤੂੰ ਇੱਥੇ ਬੈਠ ਮੈਂ ਤੇਰੇ ਪੱਟੀ ਬੰਨ ਦਿੰਨੀ ਆ ਕੁੜੀਏ ਪੱਟੀ ਤਾਂ ਤੂੰ ਵਾਵਾ ਬੰਨ ਲੈਣੀ ਆ ਕਿਸੇ ਹਸਪਤਾਲ ਚ ਨੌਕਰੀ ਤਾਂ ਨਹੀਂ ਕਰਦੀ ਗੈਵੀ ਚੰਗਾ ਮਾਸੀ ਜੀ ਮੈਂ ਚਲਦੀ ਆ ਮੈਂ ਵੀ ਡਾਕਟਰ ਤੋਂ ਪੱਟੀ ਕਰਾ ਲੂੰ ਵੇ ਤੂੰ ਬੁੱਧਨਾ ਕੌਣ ਹੈ ਏਡੀ ਗੱਲ ਕਹਿਣ ਵਾਲਾ ਤੇਰੀ ਲੂਤਰੋ ਵੱਢ ਕੇ ਤੇਰੇ ਹੱਥ ਚ ਨਾ ਰੱਖਦਾ ਜਿਹੜੀ ਅੰਦਰ ਹੀ ਨਹੀਂ ਵੱਢਦੀ ਇਹਦਾ ਭਰਾ ਤਾਂ ਤੇਰੇ ਅਰਗੇ ਨੂੰ ਸੀਰੀ ਨਾ ਰੱਖੇ ਓਏ ਮੈਨੂੰ ਪਤਾ ਹੈ ਵੱਡੇ ਘਰ ਦੀ ਧੀ ਹੈ ਪਰ ਤੇਰੀ ਕੀ ਰਿਸ਼ਤੇਦਾਰੀ ਹੈ ਇਹਦੇ ਨਾਲ ਫਿਰ ਰਿਸ਼ਤੇਦਾਰੀ ਵੀ ਬਣਾ ਕੇ ਵਿਖਾ ਦੂੰ ਪਟਵਾਰੀ ਦੀ ਧੀਆਂ ਕੋਈ ਮਖੌਲ ਨਹੀਂ ਮੈਂ ਆਪਣਾ ਮੁੰਡਾ ਵਿਆਹ ਕੇ ਵਿਖਾਉ ਸੁਣਦਾ ਦਾਰਾ ਸਿਆਂ ਆਜ਼ਾਦ ਦੀ ਕੋੜ ਕਿਰਲੀ ਤੇ ਸ਼ਤੀਰਾਂ ਨੂੰ ਜੱਫੇ ਵੇ ਕਿਰਲੀ ਹੋਊਗੀ ਤੇਰੀ ਮਾਂ ਤੇਰੀ ਭੈਣ ਤੇਰੀਆਂ ਅਗਲੀਆਂ ਪਿਛਲੀਆਂ ਤੇਰੀਆਂ ਸੱਤ ਪੁਸ਼ਤਾਂ ਓਏ ਕੱਲ ਸੁਣ ਪਟਵਾਰੀ ਦੀ ਧੀਏ ਦਾਰਾ ਮੇਰਾ ਪੁਰਾਣਾ ਯਾਰ ਹੈ ਤੇ ਮੈਂ ਇੱਕ ਧੀ ਦਾ ਪਿਓ ਵੀ ਆ ਮੇਰੀ ਧੀ ਨੂੰ ਆਪਣੀ ਨੂੰਹ ਬਣਾਉਣ ਦਾ ਵਾਅਦਾ ਕੀਤਾ ਮਾਸਟਰ ਨੇ ਕੈਵੀ ਦਾ ਵਿਆਹ ਹੋਏਗਾ ਤਾਂ ਮੇਰੀ ਧੀ ਨਾਲ ਵੇ ਸੌ ਛਿੱਤਰ ਤੇਰੀ ਧੀ ਦੇ ਸਿਰ 'ਚ ਫੁਕਰਾ ਜਹਾਨ ਦਾ
मैं तीन कपड़ा च नू नहीं लियानी इस घर च मेरा पुत ता चेक है चेक अपनी मर्जी दी रकम लिख के कैश कराऊंगी मैं नाले रंजीत सिंह दा घर घर नहीं मेरे लिए बैंक है बैंक गल सुन जगीर कोरे जिस स्कूल च तू पढ़ी है ना मैं उस स्कूल दा हेडमास्टर है हेडमास्टर जे मेरी तीस कर दी नू ना बनी ता चेक कैश तेरा मैं भी नहीं होन देना वे छप्पड़ च मूत हो जाके मैं ता रंजीत सिंह तो ट्रक पर पर के दाज दे लेने हैं ओ जिन्ना ने पराई तीनू कार देती ओ अपनी पैन की कुछ ना देवेगा देवेगा जरूर देवेगा पर मैं तेरे करे कुछ नहीं आन देना मैनू मसा चिच्चर कहने हैं मेरे नाल मत्था ना ला वे तू केड़ा मेरी कंध टा देगा कख रोड़ दो सारिया दे वे जा दफा होए थो वे तू की बैठा पहाड़ी गांव वांगू चाकी जाना है ओया की जिन जा लाता है मेरे मगर और मुंह हो फुट मास्टर बोलना क्यों नहीं मसासियां मिलता तुसी तो ही सप लगया कर देओ देख देया जहर किनू चढ़दी है ओए मेरी धी दे रिश्ते बारे तू मेनू कॉल देता सी कि नहीं वे कॉल देता सी पवे छन्ना मैं मुंडा ब्याहना है तां रंजीत दी भैण दे नाल ते दाज भी चोलियां पर भर के लेना है रंजीत ते कर मुंडा ब्याहण दा ख्याल छड्ड दे बीबी किते अपना मुंह काला ना करा बैठी वे मेरा तां जदों होगा ना ओदों ही होगा तेरा तां मैं हुणे कर दी है चकीर कुरे मेरे मुंह दी कालस तेरी किस्मत दी कालस बन जानी है जे हुण मैं तेनू चैन नाल रहण दिता तां मैनू मसा चिच्चर कौन कहू तेनू लड़न ਕੱਕੀਆਂ ਕੀੜੀਆਂ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਇੱਕ ਕਿਉਂ ਦੋ ਕਰੋ ਬਾਦਸ਼ਾਹੋ ਜੇ ਤਾਂ ਗੱਲ ਤੁਹਾਨੂੰ ਚੰਗੀ ਲੱਗੀ ਫਿਰ ਤਾਂ ਠੀਕ ਹੈ ਪਰ ਜੇ ਚੰਗੀ ਨਾ ਲੱਗੀ ਤਾਂ ਮੇਰੇ ਗੱਲ ਨਾ ਪਿਓ ਮੈਂ ਅੱਗੇ ਵੀ ਤੇਰੇ ਕਦੇ ਗੱਲ ਪਏ ਮੈਂ ਸੋਚਦੀ ਸੀ ਜੇ ਅਸੀਂ ਆਪਣੀ ਰਾਵੀ ਦਾ ਰਿਸ਼ਤਾ ਗੈਵੀ ਨਾਲ ਕਰ ਦਈਏ ਚੰਗਾ ਪੜ੍ਹਿਆ ਲਿਖਿਆ ਮੁੰਡਾ ਹੈ ਨਾਲੇ ਤੁਹਾਨੂੰ ਵੀ ਪਸੰਦ ਹੈ ਬਾਕੀ ਰਹੀ ਗੱਲ ਘਰ ਬਾਹਰ ਦੀ ਅਸੀਂ ਆਪਣੀ ਰਾਵੀ ਨੂੰ ਇੰਨਾ ਕੁ ਦੇ ਦਿਆਂਗੇ ਕਿ ਸਭ ਕੁਝ ਠੀਕ ਹੋ ਜਾਏਗਾ ਊ ਤਾਂ ਠੀਕ ਹੈ ਪਰ ਸੁਣੇ ਬੁੜੀ ਬੜੀ ਭੈੜੀ ਹੈ ਬੜੀ ਲੜਾਕੀ ਦੱਸਦੇ ਸੱਸਾ ਤਾਂ ਹਮੇਸ਼ਾ ਲੜਦੀ ਰਹਿੰਦੀ ਹੈ ਗੱਲ ਤਾਂ ਸਾਰੀ ਮੁੰਡੇ ਦੀ ਹੈ ਨਾਲੇ ਮੁੰਡਾ ਆਪਣਾ ਦੇਖਿਆ ਚੱਖਿਆ ਤੁਸੀਂ ਗੱਲ ਤਾਂ ਕਰਕੇ ਦੇਖੋ ਗੱਲ ਗੁੱਲ ਤਾਂ ਖੈਰ ਕਰ ਲਾਂਗੇ ਪਰ ਗੈਵੀ ਕਿਤੇ ਇਹੀ ਨਾ ਸਮਝ ਲਏ ਕਿ ਆਪਾਂ ਉਹਨੂੰ ਦਿੱਤੀ ਹੋਈ ਮਦਦ ਦਾ ਕੋਈ ਮੁੱਲ ਮੰਗੀ ਜਾਂਦੇ ਤੁਸੀਂ ਪਤਾ ਨਹੀਂ ਕੀ ਕੋਈ ਸੋਚਦੇ ਰਹਿੰਦੇ ਹੋ ਭਲਾ ਮੁੱਲ ਮੰਗਣ ਨੂੰ ਸਾਡੀ ਕੁੜੀ 'ਚ ਕੋਈ ਨੁਕਸ ਹੈ ਚੋਰ ਭਾਲ ਲਿਆ ਚੋਰ ਭਾਲ ਲਿਆ ਚੋਰ ਭਾਲ ਲਿਆ ਚੋਰ ਭਾਲ ਲਿਆ ਨਹੀਂ ਵੀਰ ਜੀ ਨਹੀਂ ਇਹ ਵੀ ਝੂਠ ਬੋਲਦਾ ਹੈ ਮੈਂ ਤਾਂ ਉਹੀ ਖੜੀ ਸੀ ਮੈਂ ਕੋਈ ਗੱਲ ਨਹੀਂ ਸੁਣੀ ਸੱਚੀ ਨਨਾਨ ਰਾਣੀਏ ਉਹ ਤਾਂ ਤੇਰਾ ਚਿਹਰਾ ਦੱਸੀ ਜਾਂਦਾ ਹੈ ਕਿ ਤੂੰ ਕਿਹੜੀ ਗੱਲ ਸੁਣੀ ਹੈ ਤੇ ਕਿਹੜੀ ਨਹੀਂ ਸੁਣੀ ਭਾਬੀ ਖਾ ਲੈ ਪੁੱਤ ਖੀਰ ਰੱਜ ਕੇ ਖਾ ਲੈ ਤੂੰ ਹੋਰ ਬਥੇਰੀ ਪਈ ਆ ਆਪਣੇ ਕੋਲ ਅੱਛਾ ਵੀ ਮੈਨੂੰ ਇੱਕ ਗੱਲ ਤਾਂ ਦੱਸ ਉੱਥੇ ਰਣਜੀਤ ਸਿੰਘ ਹੋਰਾਂ ਦੇ ਕਦੇ ਸਾਡੀ ਗੱਲ ਵੀ ਚੱਲੀਏ ਹੁਣ ਸਮਝਿਆ ਚਾਚੀ ਮੈਨੂੰ ਬਣਾ ਬਣਾ ਖੀਰ ਕਿਉਂ ਖਵਾਉਂਦੀ ਹੈ ਪਰ ਮੈਂ ਚੁਗਲੀ ਨਹੀਂ ਕਰਦਾ ਨਾ ਚੁਗਲੀ ਨੂੰ ਮੈਂ ਕਿਹੜਾ ਤੇਥੋਂ ਐਟਮ ਬੰਬ ਦਾ ਰਾਜ ਪੁੱਛ ਲਿਆ ਵੇ ਵੀ ਮੈਂ ਤਾਂ ਤੇਥੋਂ ਇੰਨਾ ਹੀ ਪੁੱਛਿਆ ਕਿ ਉੱਥੇ ਕਦੀ ਸਾਡੀ ਗੱਲ ਵੀ ਚੱਲੀ ਹੈ ਮੇਰੇ ਪੁੱਤ ਗੈਵੀ ਦਾ ਜ਼ਿਕਰ ਚੱਲਿਆ ਉੱਥੇ ਕਦੇ ਉਹ ਗੁਰਵਿੰਦਰ ਸਿੰਘ ਹੋਣਾ ਦਾ ਜ਼ਿਕਰ ਤਾਂ ਘਰੇ ਰੋਜ਼ ਹੀ ਚੱਲਦਾ ਹੈ ਅੱਛਾ ਨਹੀਂ ਮੈਂ ਵਾਰੀ ਜਾਵਾਂ ਅੱਛਾ ਜੀ ਇਕੋਲੀ ਖੀਰ ਹੋ ਤਾਂ ਪਾਈ ਖੀਰ ਤਾਂ ਪਤੀਜ ਮੁੱਕ ਗਈ ਬਾਂਦਰੀ ਦੇ ਬੱਚੇ ਵਰਗਾ ਤੇਰਾ ਮੂੰਹ ਹੈ ਤੂੰ ਤਾਂ ਰੱਜਦਾ ਹੀ ਨਹੀਂ ਚੱਲ ਤੁਰਦਾ ਬਣ ਚੱਲ ਬੜੀ ਭੈੜੀ ਬੁੜੀ ਹੋਈ
ਹੈ ਕੀ ਮਾਲੂਮ ਯੂ ਨੈਵਰ ਲਿਸਨ ਟੂ ਐਨੀਬਾਡੀ ਮੈਂ ਤੇਰੀ ਕੋਈ ਗੱਲ ਨਹੀਂ ਮੰਨਦਾ ਡੈਡੀ ਜੀ ਆਪਣੇ ਚੇਲੇ ਨੂੰ ਕਬੱਡੀ ਤੋਂ ਇਲਾਵਾ ਕੋਈ ਕੰਮ ਦੀ ਗੱਲ ਵੀ ਸਿਖਾ ਦਿਆ ਕਰੋ ਦੋ ਘੰਟੇ ਹੋ ਗਏ ਮੇਰੇ ਨਾਲ ਫਜ਼ੂਲ ਦੀ ਬਹਿਸ ਕਰੀ ਜਾਂਦਾ ਹੈ ਕਿਉਂ ਬਹਿਸ ਕਰਾਂ ਨਾ ਸਾਨੂੰ ਪਿੰਡ ਵਾਲਿਆਂ ਨੂੰ ਤਾਂ ਤੂੰ ਐਵੇਂ ਹੀ ਸਮਝਦੀ ਹੈ ਓਹ ਬੇਟਾ ਬਹਿਸ ਕਿਉਂ ਕਰੀ ਜਾ ਰਹੇ ਹੋ ਆਖਿਰ ਮਸਲਾ ਕੀ ਹੈ ਡੈਡੀ ਜੀ ਮੈਂ ਤੇ ਇਹਨੂੰ ਸਲਾਹ ਦਿੱਤੀ ਸੀ ਕਿ ਤੁਹਾਡੇ ਕੋਲ ਇੰਨਾ ਪੈਸਾ ਹੈ ਤੁਸੀਂ ਸ਼ਹਿਰ 'ਚ ਪਲਾਟ ਲੈ ਕੇ ਇੱਥੇ ਵੀ ਇੱਕ ਸੋਹਣੀ ਜਿਹੀ ਕੋਠੀ ਪਾ ਲਓ ਤੇ ਮੈਨੂੰ ਕਹਿਣ ਲੱਗਾ ਹੂੰ ਸ਼ਹਿਰ ਦਾ ਵੀ ਕੋਈ ਰਹਿਣਾ ਸ਼ਹਿਰ ਵਿੱਚ ਕੋਠੀ ਪਾ ਲਓ ਸ਼ਹਿਰਾਂ ਵਿੱਚ ਤੁਸੀਂ ਕੋਠੀਆਂ ਤਾਂ ਬਹੁਤ ਵੱਡੀਆਂ ਵੱਡੀਆਂ ਪਾ ਲੈਂਦੇ ਹੋ ਪਰ ਆਟਾ ਲਿਆਉਂਦੇ ਹੋ ਸਿਰਫ 5 ਕਿਲੋ ਥੈਲੀ 'ਚ ਜੇ 4 ਪਰੌਣੇ ਮੇਰੇ ਵਰਗੇ ਆ ਜਾਣ ਤੇ ਤੁਹਾਡਾ ਉਹ ਵੀ ਮੁੱਕ ਜਾਂਦਾ ਤੂੰ ਮੈਨੂੰ ਗੱਲ ਦੱਸ ਤੁਹਾਨੂੰ ਪਿੰਡ ਦੇ ਲੋਕਾਂ ਨੂੰ ਲੜਨ ਝਗੜਨ ਤੋਂ ਇਲਾਵਾ ਕੁਝ ਹੋਰ ਵੀ ਆਉਂਦਾ ਉਹ ਇਸ਼ਕ ਮੁਹੱਬਤ ਵੀ ਸਿਰਫ ਪਿੰਡਾਂ ਵਾਲਿਆਂ ਨੂੰ ਆਉਂਦਾ ਉਹ ਬਸ ਬੇਟਾ ਬਸ ਹੁਣ ਤੁਸੀਂ ਮੇਰੀ ਵੀ ਤਾਂ ਗੱਲ ਸੁਣ ਲਓ ਨਾ ਤਾਂ ਪਿੰਡਾਂ ਵਾਲੇ ਬੁਰੇ ਨੇ ਤੇ ਨਾ ਹੀ ਸ਼ਹਿਰਾਂ ਵਾਲੇ ਬੁਰੇ ਪਰ ਕਦੇ ਕਦੇ ਐਸੀ ਮਾੜੀ ਘਟਨਾ ਵਾਪਰ ਜਾਂਦੀ ਹੈ ਜਦੋਂ ਅਸੀਂ ਜੱਟ ਵਾਲੀ ਮੈਂ ਕਰਕੇ ਨਾ ਲੜਨ ਮਾਰਨ ਉਤਾਰੂ ਹੋ ਜਾਂਦੇ ਹਾਂ ਇਹ ਤਾਂ ਆਪਣੀ ਆਪਣੀ ਸੋਚ ਹੁੰਦੀ ਹੈ ਕੋ ਸਾਹਿਬ ਤੁਹਾਨੂੰ ਤਾਂ ਪਤਾ ਹੀ ਹੈ ਸਾਡਾ ਜ਼ਮੀਨ ਦਾ ਕੇਸ ਚੱਲਦਾ ਪਰ ਅਸੀਂ ਸਭ ਕੁਝ ਕਾਨੂੰਨ ਤੇ ਛੱਡਿਆ ਹੋਇਆ ਬਾਈ ਜੀ ਨੂੰ ਤਾਂ ਕਦੇ ਕਦੇ ਬਹੁਤ ਗੁੱਸਾ ਆਉਂਦਾ ਪਰ ਮੈਂ ਤੇ ਭਾਬੀ ਹਾਂ ਜਿਹੜੇ ਉਹਨਾਂ ਨੂੰ ਡੱਕ ਲੈਂਦੇ ਹਾਂ ਉਹਦੇ ਬੇਟਾ ਇਹਨਾਂ ਲੜਾਈਆਂ ਝਗੜਿਆਂ 'ਚ ਕੁਛ ਨਹੀਂ ਪਿਆ ਲਓ ਚਾਹ ਆ ਗਈ ਮੈਂ ਕਿਹਾ ਉੱਠੋ ਜੀ ਆ ਚਾਹ ਪੀ ਲੋ ਗੈਵੀ ਦੇ ਪਾਪੇ ਅੱਜ ਤਾਂ ਆਪਾਂ ਬੜੇ ਜ਼ਰੂਰੀ ਕੰਮ ਜਾਣਾ ਮੈਨੂੰ ਪੁੱਛਦਾ ਕਿ ਨਹੀਂ ਕਿ ਪਾਣੀ ਦੀ ਪਾਰਟੀ ਲੈ ਕੇ ਪਾਵਾਂ ਤੇਰੇ ਸਿਰ 'ਚ ਮੈਂ ਤੈਨੂੰ ਵੀ ਇੱਜ਼ਤ ਰਾਸ ਹੀ ਨਹੀਂ ਆਉਂਦੀ ਓਹੋ ਤੜਕੇ ਤੜਕੇ ਨਹੀਂ ਇਹ ਬੋਲਿਆ ਕਰਦੇ ਕੀ ਹੋ ਗਿਆ ਵੇ ਹੋਣਾ ਕੀ ਹੈ ਅੱਛਾ ਡਫ ਲੈ ਤੇ ਫਟਾਫਟ ਨਾ ਧੋ ਕੇ ਤਿਆਰ ਹੋ ਜਾ ਹੁਣ ਕੀ ਗੱਲ ਕਿਸੇ ਪੀਰ ਦੇ ਜਾ ਕੇ ਮੇਰੀ ਬਲੀ ਦੇਣੀ ਹੈ ਵੇ ਤੇਰੇ ਅਰਗੇ ਮੁਸ਼ਕੇ ਬੋਕ ਦੀ ਬਲੀ ਨਹੀਂ ਚੜਦੀ ਅੱਜ ਤਾਂ ਆਪਾਂ ਕਿਤੇ ਹੋਰ ਹੀ ਜਾਣਾ ਹੁਣ ਮੈਂ ਤੈਨੂੰ ਵਿਖਾਉਂਗੀ ਕੋਠੀਆਂ ਤੇ ਜ਼ਮੀਨ ਵਾਲੀ ਬਣ ਕੇ ਕੀ ਗੱਲ ਪ੍ਰਾਪਰਟੀ ਡੀਲਰ ਦਾ ਕੰਮ ਸ਼ੁਰੂ ਕਰ ਲਿਆ ਓਏ ਨਹੀਂ ਓਏ ਬੁੱਧੂਆ ਮੈਂ ਤਾਂ ਮੁੰਡਾ ਵਿਆਹਣ ਲੱਗੀ ਆ ਹੁਣ ਤੂੰ ਵੇਖੀ ਜਦੋਂ ਟਰਾਲੀਆਂ ਤੇ ਟਰੱਕ ਪਰ ਪਰ ਕੇ ਦਾਜ ਦੇ ਆਏ ਇਸ ਘਰ 'ਚ ਨਗਦ ਪੈਸੇ ਅਲੱਗ ਕਾਰ ਅਲੱਗ ਤੇ ਘਰ ਦਾ ਸਮਾਨ ਵੱਖਰਾ ਵੇਖ ਵੇਖ ਕੇ ਤੈਥੋਂ ਖੁਸ਼ੀ ਚੱਲੀ ਨਹੀਂ ਜਾਣੀ ਬੀਬੀ ਕਾਹਦੀ ਖੁਸ਼ੀ ਨਹੀਂ ਚੱਲੀ ਜਾਣੀ ਪੁੱਤ ਮੈਂ ਤਾਂ ਇਹ ਕਹਿ ਰਹੀ ਸੀ ਕਿ ਜਦੋਂ ਤੇਰੀ ਵਹੁਟੀ ਸੂਹਾ ਜੋੜਾ ਪਾ ਕੇ ਇਸ ਘਰ 'ਚ ਪੈਰ ਪਾਓ ਉਹਦੀ ਖੁਸ਼ੀ ਜਦੋਂ ਤੇਰੇ ਮੱਥੇ ਸਹਿਰਾ ਸਜੂ ਉਹਦੀ ਖੁਸ਼ੀ ਨਹੀਂ ਚੱਲੀ ਜਾਣੀ ਪਰ ਬੀਬੀ ਮੇਰਾ ਵਿਆਹ ਪੁੱਤ ਅੱਜ ਮੈਂ ਤੇਰੇ ਬਾਪੂ ਨਾਲ ਰਣਜੀਤ ਸਿੰਘ ਹੋਰਾਂ ਦੇ ਚੱਲੀ ਆ ਰਾਵੀ ਨਾਲ ਤੇਰਾ ਰਿਸ਼ਤਾ ਪੱਕਾ ਕਰਨ ਲਈ ਤੂੰ ਕੀ ਗੱਲਾਂ ਕਰਦੀ ਹੈ ਬੀਬੀ ਹਾਂ ਕਿੱਥੇ ਉਹਨਾਂ ਦਾ ਪਰਿਵਾਰ ਤੇ ਕਿੱਥੇ ਆਪਾਂ ਇਹੀ ਤਾਂ ਮੈਂ ਸਮਝਾਇਆ ਕਰਦਾ ਪੁੱਤ ਤੇਰੀ ਮਾਂ ਤਾਂ ਕਮਲੀ ਹੋਇਆ ਕਰਦੀ ਹੈ ਵੇ ਕਮਲੀ ਮੈਂ ਨਹੀਂ ਤੂੰ ਆ ਤੂੰ ਜਿਹੜਾ ਆਪਣੇ ਮੁੰਡੇ ਦਾ ਮੁੱਲ ਨਹੀਂ ਪਛਾਣਦਾ ਆਪਣਾ ਮੁੰਡਾ ਤਾਂ ਹੀਰਾ ਹੈ ਹੀਰਾ ਨਾ ਇਹੋ ਜਿਹਾ ਜਵਾਈ ਉਹਨਾਂ ਨੂੰ ਮਿਲਣਾ ਪੜਾ ਕਿਤੇ ਪਰ ਬੀਬੀ ਹਲੇ ਤਾਂ ਮੈਂ ਬਾਹਰ ਜਾਣਾ ਹੈ ਆਪਣੀ ਪੜ੍ਹਾਈ ਪੂਰੀ ਕਰਨੀ ਹੈ ਵੇ ਪੁੱਤ ਤੂੰ ਆਪਣਾ ਪੜ੍ਹ ਲਿਖ ਮੈਂ ਕਿਹੜਾ ਤੈਨੂੰ ਰੋਕਦੀ ਆ ਬਸ ਹੁਣ ਤੁਸੀਂ ਮੈਨੂੰ ਆਪਣੇ ਕੰਮ ਤੋਂ ਰੋਕੋ ਨਾ ਪਿਓ ਪੁੱਤ ਮਿਲ ਕੇ ਨੰਨਾ ਹੀ ਪਾਈ ਜਾਂਦੇ ਮੈਂ ਤਾਂ ਸਾਰੀਆਂ ਕੰਸੋਆਂ ਪੜ੍ਹ ਲਈਆਂ ਆਪਣੀ ਗੱਲ ਸਿਰੇ ਚੜ ਜਾਣੀ ਹੁਣ ਬਸ ਮੈਂ ਇੱਕ ਵਾਰੀ ਜਾ ਕੇ ਰਣਜੀਤ ਸਿੰਘ ਹੋਰਾਂ ਨਾਲ ਗੱਲ ਕਰਾਵਾਂ ਛੋਟੇ ਹਾਂਜੀ ਤੇਰੇ ਨਾਲ ਇੱਕ ਗੱਲ ਕਰਨੀ ਸੀ ਆ ਬੈਠ ਇੱਥੇ ਹੁਕਮ ਕਰੋ ਬਾਈ ਜੀ ਰਾਵੀ ਦੇ ਵਿਆਹ ਦੀ ਸਲਾਹ ਕਰਨੀ ਸੀ ਇਹਦੇ ਵਿੱਚ ਸਲਾਹ ਵਾਲੀ ਕਿਹੜੀ ਗੱਲ ਹੈ ਤੁਸੀਂ ਵੱਡੇ ਹੋ ਜੋ ਫੈਸਲਾ ਲਓਗੇ ਠੀਕ ਹੀ ਲਓਗੇ ਇਹੋ ਜਿਹੇ ਕੰਮਾਂ ਵਿੱਚ ਸਾਰੇ ਪਰਿਵਾਰ ਦੀ ਰਾਏ ਲੈਣੀ ਜ਼ਰੂਰੀ ਹੁੰਦੀ ਹੈ ਨਾਲੇ ਫਿਰ ਇਹ ਉਦੇੜ ਕੇ ਨਹੀਂ ਬੁਣਿਆ ਜਾਂਦਾ ਉਦੇ ਸਾਨੂੰ ਦੋਵਾਂ ਨੂੰ ਮਾਸਟਰ ਦਾਰਾ ਸਿੰਘ ਦਾ ਲੜਕਾ ਗੈਵੀ ਬਹੁਤ ਪਸੰਦ ਹੈ ਉਹ ਤਾਂ ਮੈਨੂੰ ਵੀ ਪਸੰਦ ਹੈ ਉਹਨਾਂ ਦੇ ਪਰਿਵਾਰ ਨਾਲ ਕੋਈ ਗੱਲ ਕੀਤੀ ਤੁਸੀਂ ਵੇ ਗੱਲ ਹੀ ਤਾਂ ਕਰਨਾ ਆ ਪੁੱਤਰਾ ਵੇ ਗੱਲ ਵੱਡੀ ਸੀ ਮੂੰਹ ਛੋਟਾ ਸੀ ਹਿੰਮਤ ਨਹੀਂ ਸੀ ਪੈਂਦੀ ਮੇਰੀ ਗਰੀਬਣੀ ਦੀ ਵੇ ਫਕੀਰਨੀ ਬਣ ਕੇ ਮੰਗਤੀ ਬਣ ਕੇ ਚੋਲੀ ਅੱਡ ਕੇ ਆ ਗਈ ਆ ਤੁਹਾਡੇ ਕੋਲ ਡਰਾਮੇ ਘੱਟ ਕਰਿਆ ਕਰਦੀ ਹਾਂ ਵੇ ਤੂੰ ਖੜਾ ਕਿਉਂ ਹੈ ਜਾ ਕੇ ਪੈਰੀ ਪੈ ਜਾ ਰਜੀ ਸਿਰ ਦੇ ਜਾ ਤੂੰ ਪੈਣੀ ਤਾਂ ਆਇਆ ਬੇਚ ਨਹੀਂ ਕਰਿਆ ਕਰਦੇ ਕੀ ਕਰਦੇ ਮਾਸਟਰ ਜੀ ਬੈਠੋ ਤੁਸੀਂ ਬੈਠੋ ਬੈਠੋ ਕਰਦਾ ਜੀ ਮੇਰੀ ਵੀ ਚੁੰਨੀ ਤੁਹਾਡੇ ਪੈਰਾਂ 'ਚ ਇਹ ਕੀ ਕਰਦੇ ਹੋ ਤੁਸੀਂ ਆਪਣੀ ਚੁੰਨੀ ਆਪਣੇ ਸਿਰ ਤੇ ਲਓ
ਤੁਹਾਡੀ ਇੱਜ਼ਤ ਕਰਨਾ ਸਾਡਾ ਫਰਜ਼ ਹੈ। ਤੁਸੀਂ ਵੱਡੇ ਹੋ ਸਾਡੇ ਤੋਂ। ਵੱਡੇ ਤਾਂ ਤੁਸੀਂ ਹੋ ਜੀ, ਸਾਡੇ ਗਰੀਬਾਂ ਦੇ ਪੱਲੇ ਤਾਂ ਸਿਰਫ ਪੁੱਤਰ ਹੀ ਹੈ। ਹੁਣ ਤੱਕ ਉਹਦਾ ਇੰਨਾ ਕੀਤਾ ਹੈ, ਬਸ ਹੁਣ ਤੁਸੀਂ ਉਸ ਨੂੰ ਆਪਣੇ ਗਲ ਨਾਲ ਲਾ ਲਓ। ਹੈ ਜੀ, ਗੈਵੀ ਤਾਂ ਸਾਨੂੰ ਬਹੁਤ ਪਸੰਦ ਹੈ, ਪਰ ਰਾਵੀ ਮੇਰੀ ਨਣਾਨ ਨੀ, ਮੇਰੀ ਲਾਡਲੀ ਧੀ ਹੈ। ਮੈਂ ਵੀ ਉਸ ਨੂੰ ਆਪਣੀ ਜਿੰਦ ਜਾਨ ਬਣਾ ਕੇ ਰੱਖੂਗੀ, ਆਪਣੀ ਹਿੱਕ ਨਾਲ ਲਾ ਕੇ ਰੱਖੂਗੀ। ਨਾਲੇ ਸਾਡੇ ਘਰ ਦੀ ਸਾਰੀ ਕਾਰੀ ਮੁਖਤਿਆਰੀ ਤਾਂ ਉਸੇ ਦੀ ਹੋਊਗੀ। ਮੈਂ ਤਾਂ ਬਸ ਦੋ ਵੇਲੇ ਦੀ ਰੋਟੀ ਦੀ ਪਾਈਵਾਲ ਹੋਵਾਂਗੀ। ਆ ਦੇਖੋ, ਮੈਂ ਤਾਂ ਘਰ ਦੀਆਂ ਕੁੰਜੀਆਂ ਵੀ ਨਾਲ ਲੈ ਕੇ ਆਈ ਆ। ਬਸ ਜੀ, ਤੁਸੀਂ ਇੱਕ ਵਾਰੀ ਹਾਂ ਤਾਂ ਕਰ ਦਿਓ। ਸਾਡੇ ਵੱਲੋਂ ਤਾਂ ਹਾਂ ਹੀ ਹੈ। ਤੁਹਾਡੀ ਬਹੁਤ ਇੱਜ਼ਤ ਕਰਦਾ, ਜੇ ਤੁਸੀਂ ਹੁਕਮ ਕਰੋ ਕੱਲ ਹੀ ਭੇਜਦਾ ਤੁਹਾਡੇ ਕੋਲ ਮੈਂ। ਨਹੀਂ ਨਹੀਂ, ਅਸੀਂ ਧੀ ਵਾਲੇ ਹਾਂ, ਅਸੀਂ ਤੁਹਾਡੇ ਘਰ ਆਵਾਂਗੇ। ਆ ਥਾਪਾ ਵਿਚਾਲੇ ਕਿਉਂ ਰੱਖਿਆ ਕਿਸੇ ਨੇ, ਲੈ ਕੱਪੜੇ ਵੀ ਨੀ ਚੱਕੇ। ਵਾਧੂ ਦਾ ਮੰਜਾ ਪਿਛਾ ਸੱਟ ਜਾ ਕੇ, ਛੇਤੀ ਕਰਨ ਵਾਲੇ ਆ ਕੇ ਬਾਲਣ ਚੱਕੀ ਨਾ। ਤੂੰ ਬੈਠਾ ਇੱਥੇ ਅਖਬਾਰ ਪੜ੍ਹੀ ਜਾਂਦਾ ਹੈ, ਕੁਝ ਕੰਮ ਕਰ ਲਾ। ਜਗੀਰ ਕੌਰੇ, ਜਿਹੜੇ ਢੰਗ ਨਾਲ ਤੂੰ ਅੱਜ ਕੰਮ ਕਰਿਆ ਕਰਦੀ ਹੈ ਨਾ, ਮੈਨੂੰ ਤਾਂ ਲੱਗਦਾ ਜੇ ਮੈਨੂੰ ਵੀ ਬਾਹਰ ਸੁੱਟੇਂਗੀ। ਵੇ ਸਿੱਟ ਤਾਂ ਮੈਂ ਤੈਨੂੰ ਵੀ ਦਿੰਦੀ ਜੇ ਤੂੰ ਨਾ ਤੋ ਕੇ ਨਾ ਤਿਆਰ ਨਾ ਹੋਇਆ ਹੁੰਦਾ। ਪਟਵਾਰੀ ਦੀ ਧੀ ਹਾਂ, ਕੋਈ ਮਖੌਲ ਨਹੀਂ। ਚੱਲ ਹੁਣ ਜਾ ਕੇ ਉਹ ਕੁਰਸੀਆਂ ਸਾਫ਼ ਕਰ ਲਾ। ਬੀਬੀ ਕੀ ਹੋਇਆ ਤੈਨੂੰ ਅੱਜ? ਉਹ ਬਾਈ ਰਣਜੀਤ ਸਿੰਘ ਹੋਰਾਂ ਨੇ ਤਾਂ ਆਉਣਾ, ਉਹ ਕਿਹੜਾ ਕੋਈ ਓਪਰੇ ਨੇ। ਵੇ ਪੁੱਤ, ਇਹ ਤਾਂ ਮੈਂ ਹੀ ਜਾਣਦੀ ਹਾਂ ਕਿ ਉਹ ਲੋਕੀ ਕੀ ਹੈ ਮੇਰੇ ਲਈ। ਚੱਲ ਸ਼ੇਰ, ਤੂੰ ਜਾ ਕੇ ਤਿਆਰ ਹੋ, ਨਾਲੇ ਬਹੁਤੇ ਚੱਜ ਨਾਲ ਬਾਈ। ਬੀਬੀ ਤੂੰ ਵੀ ਨਾ, ਤਾਂ ਤੂੰ ਫੇਰ ਬਹਿ ਗਿਆ ਇੱਥੇ ਅਖਬਾਰ ਪੜ੍ਹਨ। ਚੱਲ ਕੰਮ ਕਰ। ਬਸ ਮਾਸੀ, ਇੰਨਾ ਵੀ ਨਾ ਕਰਿਆ ਕਰ, ਅਸੀਂ ਲੜਕੀ ਵਾਲੇ ਹਾਂ, ਸਾਡੀ ਜਗ੍ਹਾ ਤਾਂ ਤੇਰੇ ਨਾਲ ਨੀਵੀਂ ਹੈ। ਨਹੀਂ ਜੀ, ਨਹੀਂ ਨਹੀਂ ਨਹੀਂ, ਤੁਸੀਂ ਆਓ ਜੀ, ਉਹ ਜੀਤਿਆ ਚਾਹ ਬਣਾ। ਆਓ ਜੀ, ਆਓ, ਲਓ ਜੀ ਚਾਹ ਲਓ ਤੁਸੀਂ। ਹਾਂਜੀ ਹਾਂਜੀ, ਚਾਹ ਪੀਂਦੇ ਪੀਂਦੇ ਕੰਮ ਦੀ ਗੱਲ ਵੀ ਕਰ। ਹਾਂਜੀ ਗੈਵੀ, ਤੂੰ ਦੱਸ ਤੇਰਾ ਕੀ ਵਿਚਾਰ? ਠੀਕ ਹੈ ਜੀ, ਜਿਵੇਂ ਤੁਸੀਂ ਕਹੋ, ਬਸ ਇਹੀ ਹੈ ਕਿ ਮੈਂ ਆਪਣੀ ਪੜ੍ਹਾਈ ਪੂਰੀ ਕਰਨੀ ਚਾਹੁੰਦਾ, ਮੈਨੂੰ ਬਾਹਰ 2 ਸਾਲ ਲੱਗ ਜਾਣਗੇ। ਠੀਕ ਹੈ, ਤੂੰ ਪਹਿਲਾਂ ਆਪਣੀ ਪੜ੍ਹਾਈ ਮੁਕੰਮਲ ਕਰ ਲੈ, ਵਾਪਸ ਆਉਣ ਤੇ ਹੀ ਸ਼ਾਦੀ ਕਰ ਲਵਾਂਗੇ। ਬਾਹਰ ਜਾਣ ਤੋਂ ਪਹਿਲਾਂ ਇੱਕ ਨਿੱਕਾ ਜਿਹਾ ਸ਼ਗਨ ਕਰ ਲਈਏ। ਫਿਰ ਬਾਈ ਜੀ, ਆਪਾਂ ਇਹਨਾਂ ਨੂੰ ਘਰੇ ਬੁਲਾ ਲੈਂਦੇ ਹਾਂ, ਇੱਕ ਤਾਂ ਰਾਵੀ ਨੂੰ ਚੁੰਨੀ ਚੜਾਉਣਗੇ, ਦੂਜਾ ਨਾਲ ਲੱਗਦੀ ਰਿੰਗ ਸੈਰੇਮਨੀ ਹੋ ਜਾਏਗੀ। ਆ ਗੱਲ ਬੜੀ ਸਿਆਣੀ ਕੀਤੀ ਮੇਰੇ ਪੁੱਤ ਨੇ। ਲੈ ਪੁੱਤ, ਲੈ ਮੂੰਹ ਮਿੱਠਾ ਕਰ ਤੂੰ, ਲੈ। ਸ਼ਰਮੀਲੇ ਨੈਣਾ ਤੂੰ ਮੈਂ ਸਾਰੀ ਦੁਨੀਆ ਵਾਰ ਦਿਆਂ। ਜਿਹੜਾ ਅੱਜ ਤੱਕ ਨਾ ਹੋਇਆ ਈ ਮੈਂ ਤੈਨੂੰ ਐਸਾ ਪਿਆਰ ਦਿਆਂ। ਤੇਰੇ ਦੋ ਸ਼ਰਮੀਲੇ ਨੈਣਾ ਤੂੰ ਮੈਂ ਸਾਰੀ ਦੁਨੀਆ ਵਾਰ ਦਿਆਂ। ਜਿਹੜਾ ਅੱਜ ਤੱਕ ਨਾ ਹੋਇਆ ਈ ਮੈਂ ਤੈਨੂੰ ਐਸਾ ਪਿਆਰ ਦਿਆਂ।
पल मैं तू वक होवे रुस जावेगी तकदीर मेरी चीर के वेख ले दिल मेरे विच होवेगी तस्वीर तेरी एक पल मैं तू वक होवे रुस जावेगी तकदीर मेरी चीर के वेख ले दिल मेरे विच होवेगी तस्वीर तेरी प्यार दी बाजी जित जावे मैं अपना तन मन हार दिया जेड़ा अज तक ना होया ए मैं तेनू ऐसा प्यार दिया तेरे दो शर्मीले नैना तो मैं सारी दुनिया वार दिया जेड़ा अज तक ना होया ए मैं तेनू ऐसा प्यार दिया दुश्मन बैठे रास्ता कल्ले आलंघना नहीं तेरी मोहब्बत मिल गई है कुछ और मैं रब तो मंगना नहीं हर मोड़ ते दुश्मन बैठे रास्ता कल्ले आलंघना नहीं तेरी मोहब्बत मिल गई है कुछ और मैं रब तो मंगना नहीं जिड़ा साड़ियां राहां आवेश के दी अग विच सड़दे जेड़ा अज तक ना होया मैं तेनू ऐसा प्यार दिया तेरे दो शर्मीले नैना तू मैं सारी दुनिया वार दिया जेड़ा अज तक ना होया मैं तेनू ऐसा प्यार दिया तेरे दो शर्मीले नैना तो मैं सारी दुनिया वार दे जीरा अज तक ना होया मैं तेनू ऐसा प्यार दिया ਬਈ ਓਏ ਤੁਹਾਡੇ ਲੜਨ ਕੱਕੀਆਂ ਕੀੜੀਆਂ ਉਹ ਤੁਹਾਡੇ ਚੋਂ ਰਾਮ ਆਸਰਾ ਤੇ ਮਹੇਸ਼ ਕੌਣ ਹੈ ਹਮ ਹੈ ਸਰਦਾਰ ਜੀ ਦੱਸੋ ਕੀ ਹੁਕਮ ਹੈਗਾ ਬੰਦਾ ਮਾਰਨਾ ਹੈਗਾ 50,000 ਲੱਗੇਗਾ ਤੁਸੀਂ ਯਾਰ ਗੱਲ ਸਮਝ ਕੇ ਹੈਗੇ ਤੁਸੀਂ ਤੁਹਾਡੇ ਪੈਸੇ ਘੱਟ ਕਰ ਲਓ ਅਸੀਂ
ठीक है सरदार जी, तुम 30,000 दे देना। हेलो बीजर, 10,000 काम होने थे। सरदार जी, सारा पैसा पहले, बाद में ऐसे अपने देश की गड्डी फट जाएगा, बाद में ये भैया नहीं मिलेगा। थानू लड़न ककियां कीड़ियां, सारा पंजाब लुट के खा गए, आज चुको 3,000 रुपया, काम कर दे। सरदार जी, सानू उसका शक्ल तो दिखा दो चल के। Thank you.
ਕਿ ਤੂੰ ਆ ਗਿਆ ਸਸਿਕਾ ਭਾਈ ਜੀ ਸਸਿਕਾ ਕੌਣ ਸੀ ਕੁਛ ਨਹੀਂ ਭਾਈ ਜੀ ਸ਼ਕਲੋਂ ਸੂਰਤੋਂ ਤਾਂ ਪੂਰਬੀ ਲੱਗਦੇ ਸੀ ਰਾਹ ਚ ਕੱਲੇ ਆਉਂਦੇ ਦੇਖ ਕੇ ਸੋਚਿਆ ਹੋਣਾ ਕਿ ਲੁੱਟਖੋ ਕਰ ਲੈਨੇ ਆ ਦਿਨੋ ਦਿਨ ਇਹਨਾਂ ਦੀ ਹਿੰਮਤ ਵੱਧਦੀ ਜਾ ਰਹੀ ਹੈ ਜਦ 20-25 ਸਾਲ ਪਹਿਲਾਂ ਪੰਜਾਬ ਆਉਣ ਲੱਗੇ ਤਾਂ ਸਾਲੇ ਭੁੱਖੇ ਮਰਦੇ ਸੀ ਪੇਟ 'ਚ ਰੋਟੀ ਕੀ ਗਈ ਚੋਰੀਆਂ ਡਕੈਤੀਆਂ ਕਰਨ ਲੱਗ ਪਏ ਕਈ ਥਾਈਂ ਤਾਂ ਸੁਣਿਆ ਕੰਜਰ ਦੇ ਤੀਵੀਆਂ ਵੀ ਲੈ ਗਏ ਕੱਢ ਕੇ ਤੇ ਹੁਣ ਦਿਨ ਦਿਹਾੜੇ ਲੁੱਟੀ ਜਾ ਰਹੇ ਆ ਤੇ ਉੱਪਰੋਂ ਆਹ ਲੀਡਰ ਆਪਣੀਆਂ ਵੋਟਾਂ ਪਿੱਛੇ ਇਹਨਾਂ ਨੂੰ ਕੁਛ ਕਹਿਣ ਵੀ ਨਹੀਂ ਦਿੰਦੇ ਚੱਲ ਵੇਖੀ ਜਾਓ ਜਿਵੇਂ ਹੋਊਗੀ ਜਦ ਵਾੜੀ ਖੇਤ ਨੂੰ ਖਾਣ ਲੱਗ ਜਾਏ ਤਾਂ ਕੀ ਹੋ ਸਕਦਾ ਠੀਕ ਹੈ ਮੈਂ ਚੱਲਦਾ ਤੁਸੀਂ ਸਵੇਰੇ ਵਕਤ ਸਿਰ ਆ ਜਾਇਓ ਤਾਂ ਜੋ ਸਾਰੇ ਸ਼ਗਨ ਵੇਲੇ ਨਾਲ ਪੂਰੇ ਹੋ ਜਾਣ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੱਲ ਬਾਈ ਬਾਈ ਜੀ ਸਾਰੀਆਂ ਤਿਆਰੀਆਂ ਮੁਕੰਮਲ ਆ ਕੋਈ ਫੋਨ ਆਇਆ ਉਹਨਾਂ ਦਾ ਚੱਲ ਪਏ ਕਿ ਨਹੀਂ ਹਾਂ ਹਾਂ ਹੁਣੇ ਫੋਨ ਆਇਆ ਸੀ 15-20 ਮਿੰਟਾਂ 'ਚ ਪਹੁੰਚ ਜਾਂਦੇ ਅੱਛਾ ਜੀ ਉਹਦੇ ਵੀ ਤੇਰਾ ਮੇਲ ਗੇਲ ਤਾਂ ਪਹੁੰਚ ਗਿਆ ਬਸ ਕਰੋ ਬਸ ਕਰੋ ਸਾਰੇ ਅੱਗੇ ਬੈਠੇ ਜ਼ਿਆਦਾ ਲੱਗਿਆ ਨਾ ਕੱਢੋ ਬੱਲੇ 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 ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਮੈਂ ਤੇ ਬਿਲਕੁਲ ਠੀਕ ਹੈ ਰਾਵੀ ਕਿੱਥੇ ਹੈ ਰਾਵੀ ਆਪਣੇ ਕਮਰੇ 'ਚ ਮੈਂ ਤਾਂ ਚੱਲੀ ਆ ਉਹਦੇ ਕੋਲ ਹੋਰ ਸਭ ਠੀਕ ਹੈ ਬੱਲੇ ਤੂੰ ਤਾਂ ਪੂਰੀ ਲਾੜੀ ਬੜੀ ਬੈਠੀ ਹੈ ਜਿਵੇਂ ਉਹਨੇ ਅੱਜ ਲੈ ਜਾਣੀ ਹੋਵੇ ਵੈਸੇ ਉਹਨੇ ਅੱਜ ਤਾਂ ਆਪਣੇ ਨਾਂ ਦੀ ਮੋਹਰੀ ਲਾਉਣ ਆਉਣਾ ਹੈ ਟਿਚਰਾ ਕਰ ਪਤਾ ਤੈਨੂੰ ਲੱਗੂ ਉਸ ਦਿਨ ਜਦੋਂ ਕਿਸੇ ਨੇ ਤੇਰੇ ਤੇ ਆਪਣੇ ਨਾਂ ਦੀ ਮੋਹਰ ਲਾਤੀ ਹਾਈ ਨਹੀਂ ਖੁਸ਼ ਕੀਤਾ ਹੀ ਮੇਰੇ ਸਿਰ ਤੇ ਵੀ ਹੱਥ ਰੱਖ ਕੇ ਪਲੋਸ ਤਾਂ ਕਿ ਮੈਂ ਵੀ ਕਿਸੇ ਦੇ ਨਾਲ ਲੱਗ ਜਾਵਾਂ ਵੈਸੇ ਤੈਨੂੰ ਇੱਕ ਗੱਲ ਦੱਸਾਂ ਹਾਂ ਚਲ ਛੱਡ ਪਰਾਂ ਚਲ ਦੱਸ ਵੀ ਦੇ ਹੁਣ ਭੂਆ ਜੀ ਉਹ ਆ ਗਏ ਨੇ ਫਿਰ ਅਸੀਂ ਵੀ ਆਪਣੀ ਲੈਡਰ ਰਹਿਣੀ ਨੂੰ ਬਾਹਰ ਲੈ ਚੱਲੀਏ ਖੈਰ ਜੋ ਹਾਲੇ ਤਾਂ ਉਹਨਾਂ ਨੇ ਪਨੀਰ ਦੇ ਪਕੌੜੇ ਤੇ ਹਮਲਾ ਕੀਤਾ ਹੈ ਨਿਮਿੰਦੋ ਕਿੱਡੀ ਤੇਜ਼ ਆ ਜਗੀਰੋ ਆ ਵੇਖ ਲੈ ਕਿਹੜੇ ਘਰ 'ਚ ਸਨ ਲਾਇਆ ਹੁਣ ਤਾਜ ਨਾਲ ਰੱਜ ਕੇ ਨਿਕਲੂ ਨੀ ਘਰ ਕਾਹਦਾ ਹੈ ਇਹ ਤਾਂ ਪੂਰਾ ਕਿਲਾ ਲੱਗਦਾ ਹੈ ਇਹ ਤਾਂ ਪਹਿਲਾਂ ਹੀ ਨਹੀਂ ਸੀ ਮਾਣ ਹੁਣ ਤਾਂ ਰਾਜੇ ਘਰ ਦੀ ਧੀ ਵੀ ਮਿਲ ਗਈ ਮਾਸਟਰਾ ਜਗੀਰ ਕੌਰ ਸੁਭਾਅ ਦੀ ਮਾੜੀ ਹੋਇਆ ਕਰਦੀ ਹੈ ਤੇਰੀਆਂ ਰਿਸ਼ਤੇਦਾਰੀਆਂ ਸ਼ਕਲੋਂ ਮਾੜੀਆਂ ਨੇ ਮੈਨੂੰ ਤਾਂ ਲੱਗਦਾ ਚੁਗਲੀਆਂ ਵੀ ਉਹਦੀਆਂ ਹੀ ਕਰੀ ਜਾਂਦੀਆਂ ਨੇ ਹਾਏ ਨੀ ਮੈਂ ਸਦਕੇ ਕਿਤੇ ਨਜ਼ਰ ਹੀ ਨਾ ਲੱਗ ਜੇ ਹਾਏ ਹਾਏ ਕੁੰਦਨ ਦਾ ਸੈੱਟ ਪਾਏ ਕਿਵੇਂ ਸਜੀ ਬੈਠੀ ਹੈ ਮੇਰੀ ਨੂਰਾਈ ਹਾਏ ਹਾਏ ਚਲੋ ਵੀ ਚਲੋ ਸ਼ਗਨ ਦੀ ਰਸਮ ਕਰੀਏ ਰਾਵੀ ਨੂੰ ਬਾਹਰ ਲੈ ਕੇ ਚਲੋ 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 ਉੱਠ ਦੀ ਉੱਠ ਲੈ ਪੁੱਤਰ ਰਿੰਗ ਪਾਇਆ ਕਰਦੇ ਐ ਤੈਨੂੰ ਲੜਨ ਕੱਕੀਆਂ ਕੀੜੀਆਂ ਆਪ ਤੇ ਡੁੱਬੈ ਪੰਡਤਾ ਨਾਲ ਜਜ਼ਮਾਨ ਵੀ ਡੋਬੇ ਇਹ ਤੂੰ ਚੰਗਾ ਨਹੀਂ ਕੀਤਾ ਜਗੀਰੋ ਬੁੜੀਏ ਇਹ ਤੂੰ ਚੰਗਾ ਨਹੀਂ ਕੀਤਾ ਤੂੰ ਆਪ ਤੇ ਤਬਾਹ ਹੋਣਾ ਹੀ ਸੀ ਹੁਣ ਰਣਜੀਤ ਸਿੰਘ ਦੇ ਪਰਿਵਾਰ ਨੂੰ ਵੀ ਬਰਬਾਦ ਕਰਵਾਏਗੀ ਓਏ ਮੇਰੇ ਚੱਟੇ ਤਾਂ ਦਰਖਤ ਨਹੀਂ ਹਰੇ ਹੁੰਦੇ ਮੈਂ ਤਾਂ ਜਿਹੜੀ ਕਿੱਕਰ ਤੋਂ ਤਾਤਣ ਤੋੜ ਲਵਾਂ ਉਹ ਖੜੀ ਖੜੋਤੀ ਸੁੱਕ ਜਾਂਦੀ ਹੈ ਤੁਸੀਂ ਤਾਂ ਚੀਜ਼ ਹੀ ਕੀ ਹੋ ਮੰਗਣਾ ਤਾਂ ਤੁਸੀਂ ਕਰ ਲਿਆ ਹੁਣ ਵਿਆਹ ਕਰਨ ਜੋਗੇ ਤੁਹਾਨੂੰ ਮੈਂ ਨਹੀਂ ਛੱਡਾਂਗਾ ਬਾਪੂ ਜੀ ਕਿਉਂ ਆਪਣਾ ਆਪ ਸਾੜੀ ਚਾਹੁੰਦੇ ਹੋ ਜੋ ਕੁਝ ਮੇਰੇ ਭਾਗਾਂ 'ਚ ਹੋਇਆ ਮੈਨੂੰ ਮਿਲ ਜੂ ਨਾ ਧੀਏ ਨਾ ਭਾਗ ਤਾਂ ਹੁਣ ਉਹਨਾਂ ਦੇ ਮੈਂ ਬਦਲੂੰਗਾ ਲੋਕ ਮੈਨੂੰ ਮੱਸਾ ਚਿੱਚੜ ਕਹਿੰਦੇ ਆ ਦੋਵੇਂ ਪਰਿਵਾਰਾਂ ਨੂੰ ਟੁੱਟੀ ਕਾਨੀ ਦੇ ਮਣਕਿਆਂ ਵਾਂਗੂ ਐ ਖਲੇਰ ਦੂੰ ਤੇ ਜਨਾਬ ਇੱਥੇ ਬੈਠੇ ਨੇ ਮੈਂ ਸਾਰਾ ਘਰ ਛਾਣ ਮਾਰਿਆ ਆ ਕੀ ਦੀ ਗਾਨੀ ਪ੍ਰੋਜਨ ਹੈ ਇਹ ਤਾਂ ਮੇਰੀ ਘੋੜੀ ਦੀ ਗਾਨੀ ਹੈ
ਇੱਕ ਤਾਂ ਤੁਹਾਡੀ ਫੈਮਿਲੀ ਦੇ ਸ਼ੌਕ ਹੀ ਬੜੇ ਪੁਰਾਣੇ ਨੇ। ਘਰ 'ਚ ਗੱਡਾ, ਘੋੜੀ, ਟਾਂਗਾ, ਪਤਾ ਨਹੀਂ ਕੀ ਕੀ ਰੱਖਿਆ। ਪਹਿਲਾਂ ਮੈਨੂੰ ਇੱਕ ਗੱਲ ਦੱਸ, ਜੇ ਤੂੰ ਮੇਰੇ ਲਾਗੇ ਬਹਿਣਾ ਨਹੀਂ ਸੀ ਤਾਂ ਮੈਨੂੰ ਕੱਲ੍ਹ ਰੋਕਿਆ ਕਿਉਂ? ਤੂੰ ਮੇਰੇ ਕਹਿਣ ਤੇ ਨਹੀਂ, ਰਾਵੀ ਤੇ ਭਾਬੀ ਦੇ ਕਹਿਣ ਤੇ ਰੁਕੀ ਸੀ। ਜਾ ਜਾ ਕੇ ਬੈਠ ਉਹਨਾਂ ਕੋਲੇ। ਹਾਏ ਵੇ ਭੈੜਿਆ, ਹਰ ਵੇਲੇ ਲੜਨ ਵਾਲੀਆਂ ਗੱਲਾਂ ਕਿਉਂ ਕਰਦਾ? ਆ ਵੇਖ ਕਿਵੇਂ ਮਣਕੇ ਨਾਲ ਮਣਕਾ ਪਿਆ ਖੈਂਦਾ। ਇੱਕ ਧਾਗੇ 'ਚ ਜੋ ਪਰੋਏ ਹੋਏ ਨੇ ਵੀ, ਕਦੇ ਆਪਾਂ ਵੀ ਇੱਕ ਧਾਗੇ 'ਚ ਪਰੋਏ ਜਾਵਾਂਗੇ? ਸਾਨੂੰ ਇੱਕ ਧਾਗੇ 'ਚ ਪਰੋਣ ਵਾਲੀ ਸੂਈ ਆਪਣੇ ਹੱਥ ਨਹੀਂ ਮਨਦੀਪ। ਤੂੰ ਕਦੇ ਕੋਸ਼ਿਸ਼ ਵੀ ਤਾਂ ਨਹੀਂ ਕੀਤੀ ਵੀ ਆਪਣੇ ਭਰਾ ਤੇ ਭਾਬੀ ਨਾਲ ਗੱਲ ਕਰਕੇ ਤਾਂ ਵੇਖ? ਨਾ ਬਈ, ਮੈਂ ਨਹੀਂ ਗੱਲ ਕਰ ਸਕਦਾ। ਆਪਾਂ ਨੂੰ ਤੇ ਬਾਈ ਤੇ ਭਾਬੀ ਜੀ ਤੋਂ ਬਹੁਤਾ ਡਰ ਲੱਗਦਾ। ਠੀਕ ਹੈ, ਮੈਂ ਕਰਦੀ ਹਾਂ ਤੇਰੀ ਭਾਬੀ ਨਾਲ ਗੱਲ। ਕੀ ਹੂੰ ਲਾਈਆ, ਮੈਨੂੰ ਤੇਰੀ ਭਾਬੀ ਮੂੰਹ ਚ ਤਾਂ ਨਹੀਂ ਪਾ ਲਊ? ਓ ਚੁੱਪ ਕਰ, ਮੈਂ ਨਹੀਂ ਡਰਦੀ ਕਿਸੇ ਤੋਂ। ਮੈਂ ਤਾਂ ਤੇਰੀ ਭਾਬੀ ਦੇ ਕੰਨ ਚ ਕਹਿ ਦੇਣਾ, ਮੈਨੂੰ ਤਾਂ ਤੇਰਾ ਦਿਲ ਚੈਨ ਵੱਧ ਪਿਆਰਾ ਲੱਗਦਾ ਨੀ ਜਠਾਣੀ ਹੈ। ਓ ਭਾਬੀ। ਕੀ ਭਾਬੀ? ਭਾਬੀ ਲਾਈਆ, ਭਾਬੀ ਸੁਣਦੀ ਆ? ਕਿੱਥੇ? ਤੇਰੇ ਪਿੱਛੇ। ਓਏ ਮੈਂ ਮਰ ਗਈ। ਰੁਕ ਨੀ ਕੁੜੇ, ਇੱਧਰ ਆ। ਕੀ ਗੱਲ, ਸਾਡੇ ਮੁੰਡੇ ਤੇ ਬੜਾ ਰੋ ਪਾਉਂਦੀ ਸੀ ਤੂੰ? ਨਹੀਂ, ਉਹ ਤਾਂ ਬਸ ਉਦਾਂ ਹੀ। ਸਭ ਸਮਝਦੀ ਆ ਮੈਂ, ਥੋੜੀ ਦੇਰ ਉਡੀਕ ਕਰ, ਤੇਰੀ ਨੱਕ 'ਚ ਨੱਥ ਪਾ ਕੇ ਨਾ ਇੱਥੇ ਲੈ ਕੇ ਆਉਂਗੀ, ਫਿਰ ਤੂੰ ਰੋ ਪਾਈ ਮੇਰੇ ਦਿਓਰ ਤੇ ਜ਼ਰਾ। ਤੇ ਤੁਸੀਂ
जदों ना तेनू देख लिया मेरा दिल कहे बल्ले नी बल्ले नी मेरा दिल कहे 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 बल्ले नी बल्ले सरदार राजविंदर सिंह गिल स्पीकिंग ओए 3 फुट तेरा कद है ते 6 फुट लंबा नाम लेता ओ मैं तेरा अंकल बोल रहा चल बुआ जी नु फोन दे ओए राजू किदा फोन है इधर ले आ मेनू फड़ा हेलो हेलो अच्छा जनाब तुसी हो आज साडी याद किवें आ गई मेरा वीजा आ गया रवि परसों दी टिकट करवाई है अच्छा जाने दी तैयारी कर ली फिर और की करा रवि कल नु इत्थों जाना है जान तो पहला तो अड़कोल होके जावांगा। भाई जी होरनु कह दियो कि करी रहन। ठीक है? ठीक है। की गल रवि आज बोलना नहीं? कि चुप रहन दी सौं खादी है? मेरा नहीं दिल करदा किसे नाल भी बोलन नु। देख परदेसी जान वाले नाल इंज नहीं करीदा। अच्छा? ते परदेसी जेड़ी साडे देसियां नाल कर रहे ने ओ किन्नी कु चंगी गल है। ओहो। रवि देख मैं 2 सालां नु आई जाणा है। फिर मैं तैनू भी अपने नाल ही ले जाऊंगा। हौसला रख। ठीक है? चल फिर हंस के दिखा दे चलिए फिर निर्मल कुरे गैवी ता संग दा सी थे हुन तो पर मैं उनु क्या परदेसा नु जाना है तोड़ा आशीर्वाद लेना तो बहुत जरूरी है ठीक है जी हुनो वक्त किथे जदों कच्चे साकी मिलना मिलाउणा नहीं सी हुंदा हुन ता कुड़ियां चिड़ियां व्याह तो पहला ससा नाल खरीदारी करेंगियां 16 ने सही गल है जी थोड़ी आजकल दे बच्चे एडवांस होया करते हैं ओ तू चुप कर लो आगे बच्चे चलिए बीबी जी हां चलो चलो अच्छा भाई जी अच्छा भाई अपना ख्याल रखी कदे पैसे तेले दी जरूरत होवे ता जकी ना नहीं भाई जी हुन ता मैं कमाउण लग जाना है पढ़न दे नाल नाल काम भी करया करू बड़ी चंगी गल है अच्छा भैन जी ਕਿਵੇਂ ਕਦੇ ਕਦੇ ਸਾਨੂੰ ਵੀ ਫੋਨ ਕਰ ਲਿਆ ਕਰੀ ਸਹੁਰਿਆਂ ਦੇ ਘਰ ਫੋਨ ਕਰਨ ਤੋਂ ਸੰਗੀ ਨਾ ਨਹੀਂ ਨਹੀਂ ਜੀ ਅਜੇ ਤਾਂ ਕੋਈ ਗੱਲ ਨਹੀਂ ਚਲਿਏ ਜੀ ਹਾਂ ਅੱਛਾ ਜੀ ਛੋਟੇ ਗਿੱਲ ਸਾਹਿਬ ਅੱਛਾ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਆਪ ਦਾ ਚਲੋ ਵੀ ਬੁਆਇਸ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਇਸ ਕਰਕੇ ਬੁਲਾਇਆ ਕਿਉਂਕਿ ਨੈਕਸਟ ਵੀਕ ਫਰੈਂਡਲੀ ਮੈਚ ਖੇਡਣ ਦੇ ਲਈ ਅਸ ਹਾਂ ਤਾਂ ਮੈਂ ਇਹ ਕਹਿ ਰਿਹਾ ਸੀ ਕਿ ਨੈਕਸਟ ਵੀਕ ਸਾਡੇ ਇੱਥੇ ਕਬੱਡੀ ਦਾ ਫਰੈਂਡਲੀ ਮੈਚ ਖੇਡਣ ਦੇ ਲਈ ਐਮ ਯਾਰ ਇੱਕ ਤਾਂ ਇਹ ਨਾ ਮੋਬਾਈਲ ਫੋਨਾਂ ਨੇ ਨਾ ਦੁਨੀਆ ਕਾਸੇ ਜੋਗੀ ਨਹੀਂ ਛੱਡੀ ਸੌਰੀ ਕੋ ਸਾਹਿਬ ਸੌਰੀ ਹਾਂ ਤਾਂ ਮੈਂ ਕਹਿ ਰਿਹਾ ਸੀ ਕਿ ਨੈਕਸਟ ਵੀਕ ਆਪਣੇ ਕਾਲਜ ਦੇ ਵਿੱਚ ਐਮ ਡੀ ਕਾਲਜ ਦੀ ਟੀਮ ਫਰੈਂਡਲੀ ਮੈਚ ਖੇਡਣ ਆ ਰਹੀ ਹੈ ਕੋ ਸਾਹਿਬ ਐਮਡੀ ਕਾਲਜ ਟੀਮ ਵਿੱਚ ਗੈਰੀ ਵੀ ਖੇਡ ਰਿਹਾ ਮੈਨੂੰ ਪਤਾ ਹੈ ਥੋੜਾ ਰਫ ਖੇਡਦਾ ਪਰ ਤੂੰ ਕਿਉਂ ਘਬਰਾ ਰਿਹਾ ਮੈਂ ਗੇਮ ਤਾਂ ਨਹੀਂ ਘਬਰਾਉਂਦਾ ਕੋ ਸਾਹਿਬ ਪਰ ਤੁਹਾਨੂੰ ਤਾਂ ਪਤਾ ਹੀ ਹੈ ਸਾਡਾ ਉਹਨਾਂ ਦਾ ਜ਼ਮੀਨ ਦਾ ਕੇਸ ਚੱਲਦਾ ਪਿਆ ਦੇਖੋ ਦੇ ਕੇਸ ਆਪਣੀ ਜਗ੍ਹਾ ਤੇ ਹੈ ਤੇ ਗੇਮ ਆਪਣੀ ਜਗ੍ਹਾ ਤੇ ਹੈ ਸਪੋਰਟਸਮੈਨ ਸਪਿਰਿਟ ਦੇ ਹਿਸਾਬ ਨਾਲ ਖੇਡੋ ਕੋਈ ਪ੍ਰੋਬਲਮ ਨਹੀਂ ਆਏਗੀ ਓਕੇ ਓਕੇ ਸਰ ਚੰਗਾ ਫਿਰ ਅੱਜ ਦੀ ਕਲਾਸ ਇੱਥੇ ਹੀ ਖਤਮ ਹੈ ਹੁਣ ਤੁਸੀਂ ਸਾਰੇ ਆਪਣਾ ਆਪਣਾ ਅਟੈਂਡ ਕਰ ਸਕਦੇ ਹੋ ਮੈਸੇਜ ਥੈਂਕ ਯੂ ਸਰ ਨਾ ਇਹ ਤੈਨੂੰ ਚੰਗਾ ਇਲੈਕਟ੍ਰੋਨਿਕ ਡਾਕਿਆ ਮਿਲਿਆ ਦੇ ਮੈਸੇਜ ਦੇ ਮੈਸੇਜ ਦੇ ਮੈਸੇਜ ਦੇ ਮੈਸੇਜ ਕਰੀ ਜਾਂਦੀ ਹੈ ਕਿੰਨੇ ਵਧੀਆ ਵਧੀਆ ਮੈਸੇਜ ਕੀਤੇ ਕੋਈ ਪਸੰਦ ਨਹੀਂ ਆਇਆ ਬਹੁਤ ਪਸੰਦ ਹੈ ਤੇ ਹੋਰ ਵੀ ਇੰਟਰਸਟਿੰਗ ਹੋ ਜਾਣੇ ਸੀ ਜੇ ਤੇਰੇ ਡੈਡੀ ਪੜ ਲੈਂਦੇ ਡੈਡੀ ਡੈਡੀ ਕਿਵੇਂ ਪੜ ਲੈਂਦੇ ਜਦੋਂ ਤੂੰ ਮੇਰੇ ਮੋਬਾਈਲ ਦੀ ਬਾਰ ਬਾਰ ਟੂ 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 ਕਰਵਾ ਰਹੀ ਸੀ ਨਾ ਉਹ ਮੇਰੇ ਕੋਲ ਹੀ ਬੈਠੇ ਸੀ ਟੂ ਟੂ ਨਾ ਕਰਾਵਾਂ ਤਾਂ ਕੀ ਕਰਾਂ ਤੇਰਾ ਕੋਈ ਪਤਾ ਹੁੰਦਾ ਹੈ ਤੂੰ ਰਹਿਣਾ ਕਿੱਥੇ ਹੈ ਮੈਂ ਤੂੰ ਮੇਰੇ ਕੋਲੋਂ ਕੀ ਕਰਵਾਉਣਾ ਜੋ ਕੁਝ ਤੂੰ ਕਰ ਸਕਦਾ ਉਹ ਤੇ ਤੂੰ ਕਰਦਾ ਨਹੀਂ ਕੀ ਵਿਆਹ ਵਿਆਹ ਤਾਂ ਹਲੇ ਦੂਰ ਦੀ ਗੱਲ ਆ ਤੂੰ ਪਹਿਲਾਂ ਮੈਨੂੰ ਇਹ ਦੱਸ ਤੂੰ ਇੱਥੇ ਬੁਲਾਇਆ ਕਿਉਂ ਆ ਗੱਲ ਇਸ ਤਰ੍ਹਾਂ ਸੀ ਕਾਲਜ ਤੋਂ ਹੋ ਗਈ ਮੈਂ ਫ੍ਰੀ ਤੇ ਹੁਣ ਤੂੰ ਮੈਨੂੰ ਇੱਥੋਂ ਲੈ ਚੱਲ ਤੇ ਇੱਕ ਵਧੀਆ ਜਿਹਾ ਕੱਪ ਕਾਫੀ ਪਿਆ ਤੇ ਫਿਰ ਘਰ ਛੱਡ ਦੇ ਜੋ ਹੁਕਮ ਹੁਸਨ ਦੀ ਸਰਕਾਰ ਦਾ ਪਹਿਲਾਂ ਤੇਰੇ ਡੈਡੀ ਦਾ ਹੁਕਮ ਬਜਾਉਂਦੇ ਆਏ ਆ ਤੇ ਹੁਣ ਤੇਰਾ ਮੰਨ ਲੈਂਦੇ ਆ ਚਲੀਏ ਚੱਲ ਆ ਜਾ
ਬਾਈ ਪ੍ਰਤਾਪ ਚਲੋ ਫਿਰ ਚਲੀਏ ਹੁਣ ਤਾਂ ਗੈਰੀ ਵੀ ਆ ਗਿਆ ਹਾਏ ਬਿਗ ਬ੍ਰਦਰਸ ਕਿੱਧਰ ਲੀਆਂ ਤਿਆਰੀਆਂ ਖਿੱਚ ਰੱਖੀਆਂ ਨੇ ਉਹ ਰਣਜੀਤੇ ਕੇ ਵਾਲੀ ਜ਼ਮੀਨ ਤੇ ਮਹਿਫਿਲ ਲਾਉਣ ਦਾ ਪ੍ਰੋਗਰਾਮ ਬਣਾਇਆ ਅੱਛਾ ਉਹ ਛੋਟੇ ਭਾਈ ਰੋਲੇ ਗੋਲੇ ਵਾਲੀ ਜ਼ਮੀਨ ਤੇ ਤਾਂ ਗੇੜਾ ਛੇੜਾ ਮਾਰੇ ਹੀ ਚੰਗਾ ਰਹਿੰਦਾ ਨਾਲੇ ਜ਼ਮੀਨ ਤੇ ਜ਼ਰੂਰਤਾਂ ਉਹਦੀਆਂ ਹੁੰਦੀਆਂ ਜਿਹਦੇ ਕਬਜ਼ੇ ਚ ਹੋਣ ਸਹੀ ਆ ਬਾਈ ਬਾਈ ਜਿਹੜਾ ਆਪਾਂ ਨੇ ਟਿੰਡ ਚ ਕਾਨਾ ਪਾ ਲਿਆ ਨਾ ਇਹ ਆਪਾਂ ਨੂੰ ਕਰੋੜਾਂ ਦੇ ਕੇ ਜਾਊ ਉਹ ਗੈਰੀ ਤੂੰ ਕੁਝ ਕਰਨਾ ਤਾਂ ਨਹੀਂ ਚੱਲੀਏ ਫਿਰ ਮੈਂ ਕਿਹੜਾ ਝਾਂਜਰਾਂ ਪਾਉਣੀਆਂ ਨੇ ਬਾਈ ਚਲੋ ਨਾਲੇ ਦਾਰੂ ਚੱਕ ਲਓ ਚਲੋ ਚਲੋ ਦਾਰੂ ਚਲੋ ਤੁਸੀਂ ਜਿਹੜੀ ਪੀਣੀ ਹੈ ਤੁਸੀਂ ਘਰੇ ਬਹਿ ਕੇ ਪੀ ਲਓ ਖਾ ਉੱਥੇ ਜਾ ਕੇ ਬਾਹਲੀ ਸਵਾਦ ਲੱਗੂਗੀ ਨਹੀਂ ਜਾਣੀ ਹੈ ਕੋਈ ਮਾੜੀ ਗੱਲ ਹੋ ਜੇ ਮੈਂ ਕਿਹਾ ਅੱਜ ਦੀ ਤਰੀਕ ਤਾਂ ਸਾਡੇ ਚਾਰੇ ਭਰਾਵਾਂ ਨਾਲ ਡਰਦਾ ਰੱਬ ਵੀ ਪੰਗਾ ਨਹੀਂ ਲੈਂਦਾ ਭਾਬੀ ਹੋਰ ਸਾਡਾ ਕੋਈ ਕੀ ਵਿਗਾੜ ਲੂ ਜਨਾਨੀਆਂ ਦੀ ਨਹੀਂ ਬਾਹਲੀ ਸੁਣੀ ਦੀ ਇਹਨਾਂ ਦਾ ਤਾਂ ਕੰਮ ਹੀ ਟੋਕਣ ਦਾ ਜਹਾਜ ਬਣਾਈ ਜਾਂਦੇ ਹੋ ਜੀਆ ਜੰਤ ਵੱਲ ਵੀ ਵੇਖ ਲਿਆ ਕਰੋ ਨਾ ਓਏ ਜੇ ਹਾਥੀ ਜੀਆ ਜੰਤ ਬਚਾਉਣ ਲੱਗੇ ਤਾਂ ਚਾਰ ਕਦਮ ਵੀ ਨਾ ਚੱਲ ਸਕੇ ਠੀਕ ਹੈ ਬਾਈ ਤੁਸੀਂ ਵੱਡੇ ਬੰਦੇ ਤੁਸੀਂ ਕਿਸੇ ਨਾਲ ਵੀ ਧੱਕਾ ਕਰ ਸਕਦੇ ਹੋ ਹੈ ਤੁਹਾਨੂੰ ਕਿਸੇ ਨੇ ਕੀ ਕਹਿਣਾ ਹੈ ਉਹ ਮੱਸਿਆ ਧੱਕਾ ਵੀ ਤਾਂ ਉਹੀ ਕਰੂ ਜਿਹੜਾ ਕਰਨ ਜੋਗਾ ਹੋਊ ਹਾਂ ਬਾਈ ਗੱਲ ਤਾਂ ਤੇਰੀ ਸੋਲਾ ਨੇ ਸੱਚ ਹੈ ਹੋਰ ਮੈਂ ਧੱਕਾ ਕਰ ਲੈਣਾ ਕਿਸੇ ਨਾਲ ਜਿਹੜੇ ਸ਼ੇਰਾਂ ਵਰਗੇ ਚਾਰ ਭਰਾ ਹੋਣਗੇ ਉਹੀ ਧੱਕਾ ਕਰਨਗੇ ਉਹ ਅਸੀਂ ਵੀ ਧੱਕਾ ਉੱਥੇ ਕਰੀਦਾ ਮੱਸਿਆ ਜਿੱਥੇ ਟੱਕਣ ਦਾ ਸਵਾਦ ਆਵੇ ਔਰ ਦੇਖ ਲਾ ਰਣਜੀਤ ਨੂੰ ਕਿੰਨੇ ਸਾਲ ਹੋ ਗਏ ਗੋਡੀਆਂ ਲਵਾਏ ਨੇ ਉਹਦੀਆਂ ਉਹ ਕਿਵੇਂ ਬਾਈ ਓਏ ਕਿੱਥੇ ਰਹਿਣਾ ਤੂੰ ਤਿੰਨ ਸਾਲ ਹੋ ਗਏ ਉਹਦੀ ਜ਼ਮੀਨ ਦੱਬੀ ਨੂੰ ਉਹ ਛੱਡ ਮੱਸਿਆ ਆ ਬੈਠ ਜੀਪ ਚ ਨਾਲੇ ਤੈਨੂੰ ਜ਼ਮੀਨ ਵਿਖਾਈ ਹੈ ਨਾਲੇ ਪੈਗ ਸ਼ਗ ਲਵਾਈਏ ਓਏ ਨਾ ਬਈ ਨਾ ਮੇਰਾ ਤੁਹਾਡੇ ਨਾਲ ਕੀ ਮੇਲ ਤੁਸੀਂ ਜਾਓ ਚੰਗਾ ਬਈ ਮੱਸਿਆ ਅਸੀਂ ਚੱਲਦੇ ਹਾਂ ਓਏ ਤੁਹਾਨੂੰ ਲੜਨ ਕੱਕੀਆਂ ਕੀੜੀਆਂ ਓਏ ਆਹ ਗੱਲ ਸੁਣਾ ਕੇ ਤਾਂ ਤੁਸੀਂ ਮੈਨੂੰ ਪਹਿਲੇ ਤੌਰ ਦੀ ਦਾਰੂ ਵਾਲਾ ਨਸ਼ਾ ਕਰਾਤਾ ਹੁਣ ਵੇਖਿਓ ਮੈਂ ਕਿਵੇਂ ਚਾੜਦਾ ਕੰਧਾਂ ਤੇ ਕੁੱਤੀਆਂ ਜਗੀਰ ਹੁਣ ਨਾ ਤੈਨੂੰ ਦਾਜ ਮਿਲਿਆ ਕਿਉਂਕਿ ਹੁਣ ਮੈਂ ਉਹਨਾਂ ਨੂੰ ਦਾਜ ਦੇਣ ਜੋਗੇ ਰਹਿਣ ਹੀ ਨਹੀਂ ਦੇਣਾ ਹਾਂ ਉਹ ਜਾਦੂ ਜੀ ਗੱਡੀ ਸਾਫ਼ ਕਰਤੀ ਹਾਂਜੀ ਬਾਈ ਜੀ ਚੰਗਾ ਭਾਬੀ ਜੀ ਮੈਂ ਚੱਲਦਾ ਜਿੱਤ ਕੇ ਆਈ ਨਾ ਅੱਗੇ ਕਦੇ ਹਾਰ ਕੇ ਆਇਆ ਦੱਸੋ ਬੋਲ ਚਾਚੂ ਨੂੰ ਕਿ ਜਿੱਤ ਕੇ ਆਇਓ ਚਾਚਾ ਜੀ ਜਿੱਤ ਕੇ ਆਇਓ ਚਾਚਾ ਜੀ ਅੱਛਾ ਜੀ ਪੱਕਾ ਪੱਕਾ ਤੇਰੇ ਲਈ ਟਰਾਫੀ ਲੈ ਕੇ ਆਉਂਗਾ ਓਕੇ ਚਾਚੂ ਨੂੰ ਬੋਲੋ ਬੈਸਟ ਆਫ ਲੱਕ ਬੈਸਟ ਆਫ ਲੱਕ ਥੈਂਕ ਯੂ ਧਿਆਨ ਰੱਖੀ ਆਪਣਾ ਓਕੇ ਸਕੂਟਰ ਜਿਹਾ ਖਰਾਬ ਹੋ ਗਿਆ ਸੀ ਚੀਮਿਆਂ ਨੂੰ ਜਾਣਾ ਸੀ ਨਹਿਰ ਵਾਲੇ ਪੁਲ ਤੋਂ ਤਾਂ ਮਿੰਨੀ ਮਿਲਦੀ ਕਾਕਾ ਜੀ ਆ ਰਿਸ਼ਤੇ ਦੇ ਚੱਕਰ ਚ ਮੈਂ ਇੱਧਰ ਉੱਧਰ ਬਹੁਤ ਫਿਰਦਾ ਰਹਿੰਦਾ ਇਸ ਕਰਕੇ ਮੈਨੂੰ ਚੰਗੇ ਮਾੜੇ ਬੰਦੇ ਦੀ ਬਹੁਤ ਪਰਖ ਹੈ ਆ ਜਿਹੜਾ ਤੁਸੀਂ ਆਪਣੀ ਭੈਣ ਦਾ ਰਿਸ਼ਤਾ ਕੀਤਾ ਨਾ ਉਹ ਧੂਲਕੋਟ ਵਾਲੇ ਮਾਸਟਰ ਦਾਰਾ ਸੀ ਉਹਦੇ ਮੁੰਡੇ ਨਾਲ ਇਹ ਕੁਝ ਠੀਕ ਨਹੀਂ ਕੀਤਾ ਕਿਉਂ ਕੀ ਗੱਲ ਆ ਉਹਨਾਂ 'ਚ ਕੀ ਬੁਰਾਈ ਆ ਉਹ ਜਿਹੜੀ ਜਗੀਰੋ ਬੁੜੀ ਹੈ ਨਾ ਉਹ ਹੱਦ ਅੱਜ ਦੀ ਕਮੀਨੀ ਤੇ ਲਾਲਚੀ ਹੈ ਇਹ ਗੱਲ ਕਰਨ ਤੋਂ ਪਹਿਲਾਂ ਤੈਨੂੰ ਪਤਾ ਹੋਣਾ ਚਾਹੀਦਾ ਕਿਉਂ ਹੁਣ ਸਾਡੀ ਰਿਸ਼ਤੇਦਾਰ ਆ ਉਹ ਕਿਸੇ ਦੀ ਰਿਸ਼ਤੇਦਾਰ ਨਹੀਂ ਉਹ ਤਾਂ ਪੈਸੇ ਦੀ ਪ੍ਰਧਾਨ ਹੈ ਇਸੇ ਲਾਲਚ ਤਾਂ ਉਹਨੇ ਤੁਹਾਡੇ ਨਾਲ ਰਿਸ਼ਤਾ ਕੀਤਾ ਕਿਉਂ ਕੁੱਤੇ ਵਾਂਗੂ ਭੌਂਕੀ ਜਾਣਾ ਚੱਲ ਥੱਲੇ ਉੱਤਰ ਕਾਕਾ ਜੀ ਗੱਡੀ 'ਚੋਂ ਥੱਲੇ ਤਾਂ ਮੈਂ ਉੱਤਰ ਜਾਣਾ ਪਰ ਮੇਰੀ ਇੱਕ ਗੱਲ ਯਾਦ ਰੱਖੀ ਪਹਿਲਾਂ ਤਾਂ ਜਗੀਰੋ ਬੁੜੀ ਰੱਜ ਕੇ ਲੈ ਗਈ ਤੁਹਾਡੇ ਕੋਲੋਂ ਦਾਜ ਦੇ ਫਿਰ ਉਹ ਤੁਹਾਡੀ ਭੈਣ ਨੂੰ ਕਰੇਗੀ ਤੰਗ ਜ਼ਮੀਨ ਜਾਇਦਾਦ ਚੋਂ ਹਿੱਸਾ ਲੈਣ ਵਾਸਤੇ ਤੇ ਜੇ ਤੁਸੀਂ ਜ਼ਮੀਨ ਜਾਇਦਾਦ ਚੋਂ ਹਿੱਸਾ ਨਾ ਦਿੱਤਾ ਤਾਂ ਫਿਰ ਦਾਜ ਦੀ ਬਲੀ ਚੜ੍ਹਨ ਵਾਲੀ ਕੁੜੀਆਂ ਦੀ ਲਿਸਟ ਵਿੱਚ ਤੁਹਾਡੀ ਭੈਣ ਦਾ ਨਾਮ ਵੀ ਵਸਿਆ ਕੀ ਗੱਲ ਹੈ ਪੰਜ ਦਰਿਆ ਬਣੇ ਪਏ ਹੈ ਕਿਹਨੇ ਚਪੇੜ ਕੱਢ ਮਾਰੀ ਪ੍ਰਤਾਪ ਨੇ ਪ੍ਰਤਾਪ ਨੇ ਹਾਂ ਐਵੇਂ ਲੰਘਦਾ ਲੰਘਦਾ ਮਨ ਘਰ ਜਾ ਵੜਿਆ ਕਹਿੰਦੇ ਪੈਗ ਸ਼ੈਗ ਲਾ ਕੇ ਜਾਈ ਦਾਰੂ ਪੀਂਦੇ ਪੀਂਦੇ ਮੈਂ ਜ਼ਮੀਨ ਦੀ ਗੱਲ ਛੇੜਦੀ
ਭਈ ਸਾਰਾ ਇਲਾਕਾ ਤੱਕ ਹੀ ਚੰਡੀਗੜ੍ਹ ਤੱਕ ਜਾਣਦੇ ਆ ਕਿ ਜ਼ਮੀਨ ਰਣਜੀਤ ਸਿੰਘ ਦੀ ਹੈ, ਤੁਸੀਂ ਤਾਂ ਕਬਜ਼ਾ ਕਿਉਂ ਨਹੀਂ ਛੱਡ ਦਿੰਦੇ? ਕਹਿਣ ਲੱਗੇ ਜ਼ਮੀਨਾਂ ਦੇ ਕਬਜ਼ੇ ਤਾਂ ਬੰਦਿਆਂ ਕੋਲ ਹੁੰਦੇ ਆ, ਉਹ ਤਾਂ ਰਨ ਮਰੀਦ ਹੈ, ਉਹਨੂੰ ਜ਼ਮੀਨ ਦਾ ਕਬਜ਼ਾ ਕਿਵੇਂ ਛੱਡਦੀ ਹੈ? ਉਹਨਾਂ ਬਦਮਾਸ਼ਾਂ ਦੀ ਇਹ ਹਿੰਮਤ! ਮੈਂ ਕਿਹਾ ਵੀ ਪ੍ਰਤਾਪ ਝਗੜੇ ਦਾ ਕੀ ਫਾਇਦਾ, ਕੱਲ ਨੂੰ ਰਣਜੀਤ ਸਿੰਘ ਕੇਸ ਜਿੱਤ ਗਿਆ ਫਿਰ ਵੀ ਤਾਂ ਕਬਜ਼ਾ ਛੱਡੋਗੇ? ਕਹਿਣ ਲੱਗੇ ਜ਼ਮੀਨ 'ਚ ਵੜਕੇ ਦਾ ਦਿਖਾਵੇ, ਪੈਰ ਤਾਂ ਪਾਵੇ ਤੇ ਡੱਕਰੇ ਡੱਕਰੇ ਕਰਕੇ ਉੱਥੇ ਹੀ ਨਾ ਰੱਖ ਦਈਏ। ਮੈਂ ਕਿਹਾ ਹੋਸ਼ ਕਰੋ ਏ ਹੋਸ਼! ਹੋਸ਼ ਤਾਂ ਉਹਨਾਂ ਦੇ ਹੁਣ ਟਿਕਾਣੇ ਆਉਣਗੇ ਮੱਸਿਆ। ਮੈਂ ਕਿਹਾ ਪ੍ਰਤਾਪ ਬਹੁਤਾ ਨਾ ਮੋਢਾ ਤੁਸੀਂ ਚੁੱਕੋ, ਜੇ ਰਣਜੀਤ ਸਿੰਘ ਨੂੰ ਗੁੱਸਾ ਆ ਗਿਆ ਤਾਂ ਹੱਥ ਨੂੰ ਜ਼ਮੀਨ ਦਾ ਕਬਜ਼ਾ ਲੈ ਲੈਣਾ। ਹੋਇਆ ਵੀ ਲੜਨ ਕੱਕੀਆਂ ਕੀੜੀਆਂ ਆ ਮਾਰਿਆ ਧੀਰ ਕੇ ਪੰਜ ਦਰਿਆ ਬਣਾਤੇ। ਤੂੰ ਵੇਖਦਾ ਤਾਂ ਜਾ ਮੱਸਿਆ, ਮੈਂ ਅੱਜ ਹੀ ਜ਼ਮੀਨ ਦਾ ਕਬਜ਼ਾ ਲਊਂਗਾ ਤੇ ਅੱਜ ਹੀ ਉਸ ਜ਼ਮੀਨ ਚ ਰਣਜੀਤ ਸਿੰਘ ਦੇ ਹਾਲ ਚੱਲਣਗੇ। ਓਏ ਤੂੰ ਕੀ ਕਹਿ ਰਿਹਾ ਮੱਸਿਆ? ਮੈਂ ਠੀਕ ਕਹਿ ਰਿਹਾ ਟੀਜੇ, ਜਿਹੜੀ ਅੱਗ ਮੈਂ ਰਣਜੀਤ ਸਿੰਘ ਦੇ ਚਿਹਰੇ ਤੇ ਬਲਦੀ ਵੇਖ ਕੇ ਆਇਆ ਉਹ ਅੱਗ ਮੈਂ ਪਹਿਲਾਂ ਕਦੇ ਨਹੀਂ ਵੇਖੀ, ਔਰ ਤੁਹਾਡੇ ਲੜਨ ਕੱਕੀਆਂ ਕੀੜੀਆਂ ਉਹਨੇ ਅੱਜ ਤੁਹਾਡੀ ਸਾਰੀ ਜ਼ਮੀਨ ਵਾਧਣੀ ਹੈ। ਟੀਜੇ ਹਥਿਆਰ ਚੱਕ, ਹੁਣ ਗੱਲਾਂ ਦਾ ਟਾਈਮ ਨਹੀਂ, ਜੇ ਦੁਸ਼ਮਣ ਨੇ ਜ਼ਮੀਨ ਹੀ ਵਾਹਤੀ ਫੇਰ ਉੱਥੇ ਕਰਨ ਕੀ ਜਾਣਾ? ਨਾ ਰੁਕ ਜਾ ਬਈ, ਬਹੁਤਾ ਗੁੱਸਾ ਤਾਂ ਨਰਕ ਦੀ ਅੱਗ ਹੁੰਦਾ, ਤੁਸੀਂ ਆਪਣੇ ਆਪ ਤੇ ਕਾਬੂ ਪਾਓ, ਆਪਣੇ ਭਰਾ ਦਾ ਤੇ ਇੰਤਜ਼ਾਰ ਕਰ ਲਓ। ਉਹ ਬਾਈ ਦੇ ਆਉਣ ਤੱਕ ਤਾਂ ਸਾਰਾ ਭਾਣਾ ਹੀ ਵਰਤ ਜਾਣਾ ਹੈ ਭਾਬੀ, ਜੇ ਅਸੀਂ ਉੱਥੇ ਜਾ ਕੇ ਦੁਸ਼ਮਣ ਦੇ ਗੋਲੀ ਨਾ ਮਾਰੀ ਤਾਂ ਮੈਂ ਕਿਉਂ ਮਰਨ ਮਰਾਉਣ ਦੀਆਂ ਗੱਲਾਂ ਕਰਦੇ? ਤੁਸੀਂ ਤੁਸੀਂ ਚਾਰ ਸਿਆਣੇ ਬੰਦੇ ਲੈ ਕੇ ਜਾਓ ਜਿਹੜੇ ਰਣਜੀਤ ਨਾਲ ਗੱਲ ਕਰਨ। ਉਹ ਤੂੰ ਰਹਿਣ ਦੇ ਕੁੜੀਏ, ਜੱਟਾਂ ਦੇ ਮਾਮਲੇ 'ਚ ਕੋਈ ਸਿਆਣਾ ਬੰਦਾ ਨਹੀਂ ਆਉਂਦਾ, ਜੱਟਾਂ ਦੇ ਫੈਸਲੇ ਸਿਰ ਲਾ ਕੇ ਜਾਂ ਸਿਰ ਦੇ ਕੇ ਹੁੰਦੇ ਆ। ਟੀਜੇ ਛੇਤੀ ਚੱਲ, ਹੁਣ ਦੇਰ ਨਾ ਕਰ। ਹੁਣ ਆਊਗਾ ਸਵਾਦ, ਤੂੰ ਹੀ ਦਰੀ ਮੁਕਾਬਲਾ ਰਣ ਸੂਰੇ ਗਰਜਣ। ਜਾਤੇ ਕਿਹਨੂੰ ਪੁੱਛ ਕੇ ਟਰੈਕਟਰ ਵਾੜਿਆ ਸਾਡੀ ਜ਼ਮੀਨ 'ਚ? ਉਹ ਜਿੱਤਿਆ ਮਾਰ ਸਾਲੇ ਦੇ ਚਾਰ ਕਰਦੇ ਕੱਢ ਨੇ ਉੱਥੋਂ ਬਾਹਰ। Yeah!
अपनी भैन का सुहाग बख्श दे। अज तक कदे भी इस गुरुआ पीर की धरती से किसी भैन ने भरा दे पैर नहीं फड़े होने। मैं अज तेरे पैर फड़दी आ वीरा। ना पैण ना जा प्रताप जा। अज मैं तेनू इस पैण करके माफ कर रहा पर अगे तो कदे मैनू मिले ना तेनू ना रखी जेड़ी अज तेरी टाल बन के तेरे सामने आई।
ਵਾਹ ਬਈ ਗੈਰੀ ਕਿਵੇਂ ਆਉਣਾ ਹੋਇਆ ਹੈਲੋ ਮਾਇਆ ਥਾਣੇਦਾਰ ਸਾਹਿਬ ਹੁਣ ਕੇਸ 'ਚ ਕੋਈ ਕਸਰ ਨਾ ਰਹਿ ਜੇ ਫਾਂਸੀ ਲੱਗਣੀ ਚਾਹੀਦੀ ਆ ਸਾਲੇ ਨੂੰ ਤੂੰ ਚਤਰ ਸਿੰਘ ਦੀਆਂ ਚਤਰਾਈਆਂ ਦੇਖਦਾ ਜਾ ਮੇਖਾਂ ਕੱਢ ਕੇ ਰੱਖ ਦੂੰ ਮੇਖਾਂ ਉਹ ਮੈਂ ਤਾਂ ਆਪਣੇ ਇਲਾਕੇ 'ਚ ਚਿੜੀ ਨਹੀਂ ਫਰਕਣ ਦਿੱਤੀ ਹੋਏ ਨੇ ਸਾਲੇ ਨੇ ਦੋ ਭਲੇ ਮਾਰਦ ਬੰਦੇ ਮਾਰ ਕੇ ਰੱਖਤੇ ਬਖਸ਼ਣਾ ਤਾਂ ਮੈਂ ਇਹਨੂੰ ਊਂਬ ਨਹੀਂ ਸੀ ਉੱਤੋਂ ਤੁਸੀਂ ਆਹ ਭਾਰ ਪਾਤਾ ਮੈਂ ਇਹਦੇ ਹੱਕ 'ਚ ਤਾਂ ਨਹੀਂ ਪਰ ਕੀ ਕਰੀਏ ਉੱਤੋਂ ਤੱਕ ਹਿਸਾਬ ਦੇਣਾ ਪੈਂਦਾ ਸਾਡੀ ਭਾਵੇਂ ਕੁੱਲੀ 'ਚ ਕੱਖ ਨਾ ਰਹੇ ਪਰ ਉਹਨਾਂ ਦੇ ਮਹਿਲ ਸੁਣੇ ਕਰਦੇ ਹੋ ਕੀ ਕਰੀਏ ਨਿਰਮਲ ਕੁਰੇ ਰੱਬ ਨੇ ਬੜਾ ਹੀ ਮਾੜਾ ਕੀਤਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਕੀ ਕਰੀਏ ਕਿੱਧਰ ਨੂੰ ਜਾਈਏ ਹੁਣ ਮੈਂ ਤਾਂ ਇਹ ਸੋਚਦੀ ਆ ਕਿ ਮੈਂ ਗੱਲ ਗੈਵੀ ਨੂੰ ਕਿਵੇਂ ਦੱਸਾਂਗੀ ਉਹ ਤਾਂ ਰਣਜੀਤ ਸਿੰਘ ਦਾ ਕਰਦਾ ਹੀ ਬੜਾ ਸੀ ਉਹ ਤਾਂ ਇਹ ਖਬਰ ਸੁਣ ਕੇ ਉਹਦੇ ਰੁਕ ਵੀ ਨਹੀਂ ਹੋਣਾ ਹੁਣ ਨਾ ਮਾਸੀ ਨਾ ਆਪਾਂ ਇੱਦਾਂ ਨਹੀਂ ਕਰਨਾ ਰੱਬ ਨੇ ਜਿਹੜੀ ਸਾਡੇ ਤੇ ਭੀੜ ਪਾਈ ਹੈ ਉਹਨੂੰ ਅਸੀਂ ਤਾਂ ਕਿਸੇ ਤਰ੍ਹਾਂ ਚੜ ਲਾਂਗੇ ਪਰ ਉਸ ਵਿਚਾਰੇ ਦਾ ਕੀ ਬਣੂਗਾ ਜਿਹੜਾ ਪਰਦੇਸਾਂ 'ਚ ਕੱਲਾ ਬੈਠਾ ਉਹਨੂੰ ਤਾਂ ਕੋਈ ਚੁੱਪ ਕਰਾਉਣ ਵਾਲਾ ਵੀ ਨਹੀਂ ਹੋਣਾ ਮਾਸੀ ਗੈਵੀ ਨਾ ਕੋਈ ਗੱਲ ਨਾ ਕਰੀ ਮੈਂ ਰਾਵੀ ਨੂੰ ਵੀ ਕਹਿ ਦਿੱਤਾ ਜੇ ਉਹਦਾ ਫੋਨ ਆਵੇ ਤਾਂ ਉਹਨੂੰ ਕੁਛ ਨਾ ਦੱਸੋ ਨਾ ਧੀਏ ਨਾ ਹੁਣ ਤਾਂ ਤੈਨੂੰ ਸਬਰ ਕਰਨਾ ਹੀ ਪੈਣਾ ਧੀਏ ਸਬਰ ਕਰਨਾ ਹੀ ਪੈਣਾ ਚੰਗਾ ਭਾਈ ਮੈਂ ਚਲਦੀ ਹਾਂ ਹੁਣ ਫੇਰ ਗੇੜਾ ਮਾਰੂੰਗੀ ਹੇ ਸੱਚੇ ਪਾਤਸ਼ਾਹ ਤੂੰ ਹੀ ਪੀੜ ਪਾਈ ਹੈ ਤੂੰ ਹੀ ਦੂਰ ਕਰਨੀ ਹੈ ਵਾਹਿਗੁਰੂ ਵਾਹਿਗੁਰੂ ਹਾਏ ਓਏ ਵੇਖ ਜਾਪੇ ਪੈ ਗਏ ਵੇ ਦੁਸ਼ਮਣਾ ਦੀਆਂ ਤਾਂ ਨਜ਼ਰ ਆਈ ਖਾ ਗਈਆਂ ਕੀ ਹੋ ਗਿਆ ਕਿਹਨੂੰ ਨਜ਼ਰ ਖਾ ਗਈਆਂ ਕਿੱਥੋਂ ਆਇਆ ਕਰਦੀਆਂ ਵੇ ਗੈਵੀ ਦੇ ਸਹੁਰਿਆਂ ਘਰੋਂ ਆਈਆਂ ਨਿਰਮਲ ਕੌਰ ਤਾਂ ਬੈਠੀ ਹੈ ਪੂੜੀਆਂ ਪਾ ਕੇ ਵੇ ਅੱਗਾ ਲੱਗ ਗਈ ਆ ਖੂਨ ਖਰਾਬੇ ਹੋ ਗਏ ਉੱਥੇ ਉਹਨਾਂ ਦਾ ਮੁੰਡਾ ਉਦੈ ਪੁਲਿਸ ਨੇ ਫੜ ਲਿਆ ਓਏ ਭਲੀਏ ਮਾਨਸੇ ਇਹ ਖਬਰ ਤਾਂ ਸਾਰੇ ਇਲਾਕੇ ਨੂੰ ਪਤਾ ਹੋਇਆ ਕਰਦੀ ਹੈ ਸਾਰੇ ਦੁੱਖ ਮਨਾਉਂਦੇ ਆ ਤੂੰ ਅੱਜ ਵੱਖਰਾ ਹੀ ਰਾਹ ਕਿਉਂ ਲੱਭਣ ਲੱਗੀ ਹੈ ਵੇ ਮੁਕੱਦਮੇ ਚੱਲਣਗੇ ਤਰੀਕਾ ਪੈਣਗੀਆਂ ਉਹਨਾਂ ਦਾ ਸਾਰਾ ਕੁਝ ਤਾਂ ਪੁਲਿਸ ਵਾਲਿਆਂ ਨੇ ਤੇ ਵਕੀਲਾਂ ਨੇ ਖਾ ਜਾਣਾ ਹੁਣ ਮੈਨੂੰ ਉੱਥੋਂ ਕੁਝ ਨਹੀਂ ਲੱਭਣਾ ਸ਼ਾਬਾਸ਼ੇ ਮਾਂ ਦੀ ਧੀਏ ਅਗਲਿਆਂ ਦਾ ਇੱਕ ਪੁੱਤ ਕਤਲ ਹੋ ਗਿਆ ਦੂਜਾ ਜੇਲ੍ਹ ਜਾ ਬੈਠਾ ਤੈਨੂੰ ਆਪਣੇ ਲਾਲਚ ਦੀ ਪਈ ਹੈ ਵੇ ਪਵੇ ਨਾ ਉਹਨਾਂ ਦੀਆਂ ਤਾਂ ਕੋਠੀਆਂ ਜ਼ਮੀਨਾਂ ਸਭ ਵਿਕ ਜਾਣੀਆਂ ਨੇ ਉਹਨਾਂ ਦੇ ਪੱਲੇ ਤਾਂ ਰਹਿਣਾ ਹੀ ਕੱਖ ਨਹੀਂ ਤੇ ਮੇਰੇ ਪੁੱਤ ਨੂੰ ਦਾਜ ਮਿਲਣਾ ਕੱਖ ਨਹੀਂ ਓਏ ਹੋਏ ਉਹ ਕਿਵੇਂ ਸਮਝਾਵਾਂ ਤੈਨੂੰ ਪਟਵਾਰੀ ਦੀ ਧੀਏ ਕੀ ਕਰਾਂ ਮੈਂ ਤੇਰਾ ਓਏ ਇਹੋ ਜੇ ਮਾੜੇ ਟਾਈਮ ਰਿਸ਼ਤੇਦਾਰਾਂ ਦੇ ਨਾਲ ਖੜਿਆ ਕਰਦੇ ਆ ਆ ਦੇਖ ਮੇਰੀ ਤਾਂ ਸਲਾਹ ਹੈ ਵੀ ਆਪਾਂ ਗੈਵੀ ਨੂੰ ਫੋਨ ਕਰ ਦਿੰਦੇ ਆ ਕੁਝ ਦਿਨਾਂ ਲਈ ਆ ਜਾਊਗਾ ਓਏ ਜਾ ਓਏ ਚੁੱਡੂਆ ਜਿੱਡਾ ਤੇਰਾ ਕੱਦ ਓਡੀ ਤੇਰੀ ਅਕਲ ਨਾ ਮੇਰੇ ਪੁੱਤ ਨੇ ਇੱਥੇ ਆ ਕੇ ਉਹਨਾਂ ਲਈ ਡਾਂਗਾ ਚਲਾਉਣੀਆਂ ਨੇ ਓ ਮੈਂ ਤਾਂ ਵਿੰਗ ਟੇੜ ਪਾ ਕੇ ਉਹਨਾਂ ਦੇ ਦਿਮਾਗ 'ਚ ਇਹ ਬਿਠਾ ਕੇ ਆਈ ਆ ਕਿ ਉਹ ਮੇਰੇ ਪੁੱਤ ਨੂੰ ਫੋਨ ਤੇ ਕੁਝ ਵੀ ਨਾ ਦੱਸਣ ਓਏ ਓਏ ਆਪਣੇ ਦਿਮਾਗ ਨੂੰ ਸਿੱਧੀ ਰਾਹ ਤੇ ਪਾ ਦੇਖ ਰਣਜੀਤ ਸਿੰਘ ਦਾ ਕਿੰਨਾ ਪਿਆਰ ਸੀ ਗੈਵੀ ਨਾਲ ਉਹਨਾਂ ਕੀ ਕੁਝ ਨਹੀਂ ਕੀਤਾ ਉਹਦੇ ਲਈ ਤੇ ਤੂੰ ਕਹਿੰਦੀ ਫੋਨ ਵੀ ਨਾ ਕਰੇ ਓਏ ਚੁੱਪ ਕਰ ਜਾ ਨਾ ਬੋਲੀ ਜਾ ਓਏ ਨਾ ਨੋੜ ਪਾਈ ਜਾ ਮੇਰੇ ਚਕਮਾ ਤੇ ਵੇ ਦਿਮਾਗ ਖਰਾਬ ਤੇਰਾ ਜਗੀਰ ਕੁਰੇ ਨਿਕਲ ਗਿਆ ਨਾ ਤੇਰੇ ਪੈਰ ਥੱਲਿਓਂ ਬਟੇਰਾ ਵੇ ਕੱਖ ਨਾ ਰਵੇ ਤੇਰਾ ਤੈਨੂੰ ਲੜਨ ਕੱਕੀਆਂ ਕੀੜੀਆਂ ਓਏ ਚੈੱਕ ਤੇਰਾ ਹੁਣ ਮੈਂ ਵੀ ਕੈਸ਼ ਨਹੀਂ ਹੋਣ ਦੇਣਾ ਬੀਬੀ ਬਣਨ ਤੋਂ ਪਹਿਲਾਂ ਹੀ ਰੁੜ ਗਈਆਂ ਨਾ ਪ੍ਰਧਾਨਗੀਆਂ
वे दफा हो जाते होनिया कैद हो वे तेनू तू सड़े मुके किसे जेल च और भी जगह किन्नी है सत श्री अकाल जनाब ओए आजा आजा मसिया और सुना की खबर लै आपदे पिंड दी खबर तां पुरानी है जनाब मैं तां तुहानू पैसे धेले बारे खबरदार करन आया सी ओ किवें सरदार रणजीत सिंह दी जनानी अपने देवर नू बचाउण वास्ते जिन्ने पैसे मंगो उन्हें दे दूंगी मैं उन्हूं किवें बचालू मसिया जनाब बचना बचाना तां उपरा दे हथ है तुसी पैसे मंगो एक बार मुंह तां खोलो 25 लाख मंग लिए फिर जनाब ਤੁਸੀਂ ਵੀ ਕਈ ਵਾਰ ਬੜੀ ਨਿੱਕੀ ਜੀ ਗੱਲ ਕਰ ਜਾਂਦੇ ਜਿਹਨੇ ਪੈਸੇ ਭਰਤੀ ਆਉਣ ਲੱਗੇ ਦਿੱਤੇ ਸੀ ਨਾ ਉਸ ਤੋਂ ਬਾਅਦ ਤੁਸੀਂ ਮੰਗ ਹੀ ਨਹੀਂ ਸਕਦੇ ਸਰਦਾਰ ਨਹੀਂ ਉਹਦੇ ਦੇ ਬਰਾਬਰ ਪੈਸੇ ਤੋਲ ਦੂ ਮੋਟਾ ਬੱਕਰਾ ਹੱਥ ਲੱਗਿਆ ਝਟਕ ਦਿਓ ਜੇ ਦਿਲ ਕੀਤਾ ਇੱਕ ਅੱਧੀ ਅੱਡੀ ਮੇਰੇ ਵੱਲ ਸੁੱਟ ਦਿਓ ਚੰਗਾ ਫਿਰ ਤੇਰੇ ਤੇ ਹੀ ਛੱਡਿਆ ਤੂੰ ਆਪੇ ਗੱਲ ਕਰ ਲੈ ਉਹਨਾਂ ਨਾਲ ਜਾ ਕੇ ਉਹਦੇ ਲੜਨ ਕੱਕੀਆਂ ਕੀੜੀਆਂ ਸਰਦਾਰ ਨਹੀਂ ਥਾਣੇਦਾਰ ਤਾਂ ਬੜਾ ਮੋਟੀ ਬੈਠਾ ਜਦੋਂ ਮੈਂ ਗੱਲ ਕੀਤੀ ਤਾਂ ਉਂਗਲ ਖੜੀ ਕਰਤੀ ਮੈਂ ਕਿਹਾ ਵੀ 1 ਲੱਖ ਰੁਪਇਆ ਮੰਗਦਾ ਹੁਣ ਪਰ ਸਾਲੇ ਨੇ ਜਦੋਂ ਮੂੰਹ ਖੋਲਿਆ ਉਹ ਤਾਂ 1 ਕਰੋੜ ਰੁਪਇਆ ਮੰਗਦਾ ਐਨੇ ਪੈਸੇ ਮੈਂ ਵੀ ਇਹੋ ਕਿਹਾ ਸੀ ਅੱਗੋਂ ਕਹਿੰਦਾ ਐਡੇ ਵੱਡੇ ਸਰਦਾਰ ਹੈ ਇੰਨਾ ਮੁੱਲ ਤਾਂ ਦੇਣਾ ਹੀ ਪਊ ਸਰਦਾਰ ਨਹੀਂ ਹੈ ਬੜੀਆਂ ਮਿੰਨਤਾਂ ਤਰਲੇ ਕਰਕੇ 50 ਲੱਖ ਤੇ ਲੈ ਕੇ ਆਉਂਦਾ ਪਰ ਇੰਨੇ ਪੈਸੇ ਇਕਦਮ ਕਿੱਥੋਂ ਆਉਣਗੇ ਸਰਦਾਰਨੀ ਓਏ ਇਹੋ ਜਿਹੇ ਮੌਕੇ ਤੇ ਤਾਂ ਸਾਡੇ ਲੋਕਾਂ ਕੋਲ ਜ਼ਮੀਨ ਹੀ ਹੁੰਦੀ ਹੈ ਕਹਿਣੇ ਪਏ ਤਾਂ ਕਰਨੀ ਪੈਣੀ ਹੈ ਠੀਕ ਹੈ ਜੇ ਰੱਬ ਨੇ ਵਕਤ ਪਾਇਆ ਤਾਂ ਸਾਨੂੰ ਇਹ ਸਭ ਕੁਝ ਵੀ ਕਰਨਾ ਹੀ ਪੈਣਾ ਜੇ ਆਪਾਂ ਇੱਕ ਵਾਰ ਉਸ ਥਾਣੇਦਾਰ ਦਾ ਮੱਥਾ ਡੰਬ ਦਈਏ ਨਾ ਤਾਂ ਉਹਨੇ ਕੇਸ ਕਮਜ਼ੋਰ ਕਰ ਦੇਣਾ ਮੁੰਡਾ ਤਾਂ ਸਾਡਾ ਐ ਬਰੀ ਹੋ ਜੂ ਕਚਹਿਰੀਓ ਉਹ ਵਕੀਲ ਸਾਹਿਬ ਤੁਹਾਨੂੰ ਲੜਨ ਕੱਕੀਆਂ ਕੀੜੀਆਂ ਹੁਣ ਤੁਸੀਂ ਤਰੀਕਾ ਤੇ ਤਰੀਕਾ ਹੀ ਪਏ ਜਾਓਗੇ ਉਹ ਤਰੀਕਾ ਤੇ ਪੈਣਗੀਆਂ ਕਤਲ ਦਾ ਕੇਸ ਹੈ ਕੋ ਮਖੌਲ ਤੇ ਨਹੀਂ ਮਖੌਲ ਤਾਂ ਵਕੀਲ ਸਾਹਿਬ ਅਸੀਂ ਵੀ ਨਹੀਂ ਕੀਤਾ ਇੰਨੇ ਪੈਸੇ ਤੁਹਾਨੂੰ ਇਸ ਕਰਕੇ ਨਹੀਂ ਦਿੱਤੇ ਕਿ ਸਾਡਾ ਮੁੰਡਾ ਅੰਦਰ ਹੀ ਬੈਠਾ ਰਹੇ ਜੇ ਛੇਤੀ ਤੋਂ ਛੇਤੀ ਕੁਝ ਕਰ ਸਕਦਾ ਤਾਂ ਠੀਕ ਹੈ ਨਹੀਂ ਫਿਰ ਅਸੀਂ ਆਪਣਾ ਪ੍ਰਬੰਧ ਕਰਦੇ ਹਾਂ ਭਾਈ ਮੈਂ ਜੋ ਕਰਦਾ ਕਰੀ ਜਾ ਰਿਹਾ ਜੇ ਤੁਹਾਨੂੰ ਠੀਕ ਨਹੀਂ ਲੱਗ ਰਿਹਾ ਤੇ ਤੁਸੀਂ ਕੋਈ ਹੋਰ ਵਕੀਲ ਕਰ ਲਓ ਮੱਸਾ ਸਿਆ ਮੈਨੂੰ ਤਾਂ ਲੱਗਦਾ ਵਕੀਲ ਨਾਰਾਜ਼ ਹੋ ਗਿਆ ਨਾਰਾਜ਼ ਹੋਇਆ ਨਹੀਂ ਕਾਕਾ ਜੀ ਨਾਰਾਜ਼ ਕੀਤਾ ਹੈ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਇਹ ਦੂਸਰੀ ਪਾਰਟੀਆਂ ਨਾਲ ਲੜਨ ਲੱਗੇ 1 ਮਿੰਟ ਲਾਉਂਦੇ ਆ ਪਰ ਚਾਚਾ ਜੀ ਤੁਹਾਡੇ ਕਹਿਣ ਤੇ ਤਾਂ ਅਸੀਂ ਪਹਿਲਾਂ ਹੀ 3-4 ਵਕੀਲ ਕਰ ਚੁੱਕੇ ਆ ਉਹ ਕੁੜੀਆਂ ਨੂੰ 5ਵਾਂ ਵਕੀਲ ਕਰਨ ਨੂੰ ਵੀ ਤਾਂ ਮੈਂ ਹੀ ਕਹਿ ਰਿਹਾ ਮੈਂ ਇੱਕ ਐਸੇ ਵਕੀਲ ਨਾਲ ਗੱਲ ਕੀਤੀ ਹੈ ਜਿਹਦੀ ਜੱਜ ਨਾਲ ਸਿੱਧੀ ਗੱਲ ਹੈ ਆ ਥੋੜੇ ਪੈਸੇ ਤਾਂ ਜ਼ਰੂਰ ਲੱਗ ਜਾਣਗੇ ਪਰ ਕਾਕਾ ਜੀ ਬਾਹਰ ਆ ਜਾਣਗੇ ਜਿਵੇਂ ਤੁਹਾਡੀ ਸਲਾਹ ਕਰ ਲਓ ਬਸ ਉਹਦੇ ਇਸ ਨਰਕ ਚੋਂ ਬਾਹਰ ਆਉਣਾ ਚਾਹੀਦਾ ਹੈ ਠੀਕ ਹੈ ਹੈਲੋ ਉਹ ਕੀ ਹਾਲ ਹੈ ਮੇਰੀ ਜਾਨ ਦਾ ਠੀਕ ਹੈ ਇੰਨਾ ਢਿੱਲਾ ਠੀਕ ਹੈ ਮੈਂ ਤਾਂ ਸੋਚਿਆ ਸੀ ਕਿ ਮੇਰੀ ਆਵਾਜ਼ ਸੁਣ ਕੇ ਤੂੰ ਫੁੱਲ ਵਾਂਗੂ ਖਿੜ ਜਾਏਂਗੀ ਪਰ ਤੂੰ ਤਾਂ ਆਏ ਠੀਕ ਹੈ ਜਿਵੇਂ ਸੌਬਰਿਆਂ ਦੀ ਬਿਮਾਰ ਹੋਵੇ ਚਲ ਅੱਛਾ ਬਾਕੀ ਸਾਰੇ ਪਰਿਵਾਰ ਦਾ ਕੀ ਹਾਲ ਹੈ ਬਾਈ ਜੀ ਹੋਰੇ ਕਿੱਦਾਂ ਵੀਰ ਜੀ ਤਾਂ ਕੀ ਹੋਇਆ ਬਾਈ ਜੀ ਨੂੰ ਕੁਛ ਨਹੀਂ ਠੀਕ ਨੇ ਉਹ ਬਿਲਕੁਲ ਠੀਕ ਨੇ ਘਰ ਨਹੀਂ ਹੈਗੇ ਕਿਤੇ ਗਏ ਹੋਏ ਨੇ ਮੈਂ ਇਕੱਲੀ ਆ ਘਰ ਰਾਵੀ ਤੂੰ ਇਕੱਲੀ ਕਿਉਂ ਹੈ ਮੇਰਾ ਦਿਲ ਤੇਰੇ ਨਾਲ ਹੈ ਨਾਲੇ ਦੇਖ ਯਾਰ ਐਵੇਂ ਉਦਾਸ ਨਾ ਹੋਇਆ ਕਰ ਮੈਨੂੰ ਪਤਾ ਹੈ ਕਿ ਮੇਰੇ ਜਲਦੀ ਫੋਨ ਨਾ ਕਰਨ ਕਰਕੇ ਤੂੰ ਮੇਰੇ ਨਾਲ ਨਾਰਾਜ਼ ਰਹਿਣੀ ਹੈ ਪਰ ਮੈਂ ਕੀ ਕਰਾਂ ਸਵੇਰੇ ਸਵੇਰੇ ਕੰਮ ਤੇ ਜਾਣਾ ਸ਼ਾਮ ਨੂੰ ਫਿਰ ਯੂਨੀਵਰਸਿਟੀ ਫਿਰ ਕੰਮ ਤੇ 1 ਮਿੰਟ ਦਾ ਵੀ ਵੇਲ ਨਹੀਂ ਚੱਲ ਰਾਵੀ ਮੇਰੇ ਜਾਣ ਦਾ ਟਾਈਮ ਹੋ ਗਿਆ ਮੈਂ ਤੈਨੂੰ ਦੁਬਾਰਾ ਕਿਸੇ ਹੋਰ ਦਿਨ ਫੋਨ ਕਰੂੰ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਓਕੇ ਜੀ ਸਤਿ ਸ਼੍ਰੀ ਅਕਾਲ ਘੋੜੀ ਨਾ ਮੱਝ ਤੇ ਮੱਸਿਆ ਹੁਣ ਨਾ ਪਰਦੇ ਕੱਚ
खुल के बोल मसिया खुल के। वे की बुझारता पाई जाना है, बक की बक दे। आए हाय 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 हाय, भाई बड़ा अफसोस होया है तेरे कुड़मा दी बर्बादी सुन के। पंजाब दे लोग ज्यादा ब्याह शादियां ते बर्बाद होने हैं जा फिर मुकदमे आते। ब्याह दी सुखी सानी नौबत कोई नहीं आई ते मुकदमे ने तेरे कुड़मा दा रहन कुछ नहीं दिता। मेरी जुत्ती नु मैनू की दस रहे? दस नहीं रहा बीबी, पूछ रहे हैं हुण मेरी पप्पी बारे की ख्याल है। दुर फेटे मुँह तेरे दोवां दे बीबी दोवां दे। चार इट्टां रह गईयां कोठी दियां, ओ भी कईयां समझ। भाभी मैनू पता लग गया तुसीं कोठी भी गहने करती। तू जमीना ते कोठियां दी परवाह ना कर, तेरी जान तो वध के सानू होर कोई चीज प्यारी नहीं। बस तू सुखी सांदी घर वापस आना चाहिदा। ओ घर ता समझो हुणे आई गया है, हुण ता मसला एक मौके दी गवाही दा रह गया। जे ओ मुकर जे ता अपना मुंडा बरी समझो। वकील साहब इन्ने पैसे खर्चन दा की फायदा होया जे गल हले भी उत्थे फसी हुई है। ये सब पैसे खर्चन करके ही है के उदे फांसी तो बच गया। ओ जदों मौके दी गवाह प्रताप दी घरवाली ए कहेगी कि उन्हें कतल हुंदे अपनी अखी वेखे है ता जज नूं घट्टो घट उम्र कैद ता देनी पऊ। वकील साहब ओ मेरे खिलाफ गवाही नहीं देगी, ओने मैनूं अपना भरा मन्निया। भरा ता ओने तैनूं अपने मतलब लई मन्निया सी उदे। नहीं नहीं भाभी, भैणां कदे मतलब ही नहीं हुंदियां। मैं उस नाल गल जरूर करूंगी। चुप कर जा रावी, चुप कर जा। ए ना भुल के कि मैं प्रताप दी घरवाली हां। मैं प्रताप दी घरवाली कोल नहीं, उस मनजीत कौर कोल आई हां जिन्हें उदे नूं भरा बना के अपना सुहाग बचाया सी। रावी तेरे सुहाग नूं बचाण वाला अज आप कैद खानिया दे हनेरिया वल तुरिया जा रहा है। रावी मैं कुछ नहीं कर सकती, कुछ नहीं कर सकती मैं। तू सब कुछ कर सकती है मनजीत, अदालत कोल तेरी गवाही तो वड्डा होर कोई सबूत नहीं। अग ते खून दी जिहड़ी खेड इस घर च खेडी गई तू उस नूं अपनी अखां नाल वेख्या सी, ते तू ए भी चंगी तरह जानदी है कि पहल किवें कीती सी। तू मेरे कोलो उदे दे हक विच गवाही दवाना चाहुंदी है? मैं एक गैरतमंद भरावां दी भैण आ मनजीत, तेरे कोलो झूठ बुलवाउण नहीं आई, तेनू हक सच दी पहचान करवाउण आई आ। जे मैं उदे दे हक विच गवाही दित्ती ता मेरा घर उजड़ जाएगा, मैं बर्बाद हो जावांगी। नहीं, मैं एक कमजोर औरत आ रावी, एक कमजोर औरत, मैं कुछ नहीं कर सकती। फिर ए सोच के गवाही दई मनजीत कि एक दिन आपां सबने उस रब नूं जान देनी है, उस सच्चे रब दी दरगाह विच साडे कर्मां दे नबेड़े होणगे, झूठ ते सच दा हिसाब होवेगा। उत्थे ना ते कोई प्रताप किसे मनजीत नूं वसा सकेगा ते ना ही उचार सकेगा। ਬੀਬਾ ਜੀ, ਤੁਸੀਂ ਪੁਲਿਸ ਨੂੰ ਦਿੱਤੇ ਹੋਏ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਤੁਸੀਂ ਉਦੇ ਨੂੰ ਕਤਲ ਕਰਦੇ ਹੋਏ ਆਪਣੀ ਅੱਖਾਂ ਨਾਲ ਦੇਖਿਆ। ਜੀ ਨਹੀਂ, ਮੈਂ ਤਾਂ ਕੋਠੀ ਅੰਦਰ ਡਰੀ ਬੈਠੀ ਸਾਂ। ਥੋੜੀ ਦੇਰ ਬਾਅਦ ਜਦੋਂ ਸ਼ਾਂਤੀ ਹੋਈ ਤਾਂ ਮੈਂ ਬਾਹਰ ਆਈ, ਮੇਰੇ ਦਿਓਰਾਂ ਦੀਆਂ ਲਾਸ਼ਾਂ ਪਈਆਂ ਸਨ ਤੇ ਉਹਦੇ ਮੇਰੇ ਪਤੀ ਨੂੰ ਮਾਰਨ ਲੱਗਾ ਸੀ। ਅੱਛਾ, ਫਿਰ ਉਸਨੇ ਮਾਰਿਆ ਕਿਉਂ ਨਹੀਂ? ਜੀ ਮੈਂ ਉਹਦੇ ਦੇ ਪੈਰ ਫੜ ਲਏ ਤੇ ਆਪਣੇ ਪਤੀ ਨੂੰ ਬਖਸ਼ਣ ਲਈ ਕਿਹਾ। ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਉਹਦੇ ਨੂੰ ਕਤਲ ਕਰਦੇ ਹੋਏ ਨਹੀਂ ਦੇਖਿਆ? ਜੀ ਨਹੀਂ, ਮੇਰੇ ਸਾਹਮਣੇ ਤਾਂ ਉਹਦੇ ਨੇ ਕਿਸੇ ਦਾ ਕਤਲ ਨਹੀਂ ਕੀਤਾ। ਬਸ ਵੀ ਬਸ, ਹੁਣ ਤੁਸੀਂ ਬੈਠ ਸਕਦੇ। ਜੱਜ ਸਾਹਿਬ, ਜਿਸ ਨੂੰ ਪੁਲਿਸ ਨੇ ਕੋਰਟ ਵਿੱਚ ਮੌਕੇ ਦੀ ਗਵਾਹ ਬਣਾ ਕੇ ਪੇਸ਼ ਕੀਤਾ ਹੈ, ਉਸ ਦਾ ਕਹਿਣਾ ਹੈ ਕਿ ਉਸਨੇ ਕੋਈ ਵੀ ਕਤਲ ਹੁੰਦਾ ਆਪਣੀਆਂ ਅੱਖਾਂ ਨਾਲ ਨਹੀਂ ਵੇਖਿਆ, ਉਸਨੇ ਸਿਰਫ ਚੱਲਦੀਆਂ ਹੋਈਆਂ ਗੋਲੀਆਂ ਦੀ ਆਵਾਜ਼ ਸੁਣੀ ਤੇ ਮਰਨ ਵਾਲੇ ਦੋਵਾਂ ਬੰਦਿਆਂ ਨੂੰ ਲੱਗੀਆਂ ਗੋਲੀਆਂ ਉਹਦੇ ਦੀ ਬੰਦੂਕ ਦੀਆਂ ਨਹੀਂ ਸਨ। ਇਸ ਲਈ ਉਹਨਾਂ ਦੀ ਮੌਤ ਪਿੱਛੇ ਕਿਸ ਦਾ ਹੱਥ ਹੈ
असी पक्के तौर ते कुछ भी नहीं कह सकते। That's all, my lord. गवाहां दे बयानात, हालाती सबूत ते केस दी छानबीन नूं मद्देनजर रखते हुए ए कोर्ट इस नतीजे ते पहुंची है कि पुलिस ते सरकारी वकील ए पूरी तरह साबित नहीं कर सके कि कतल उदय सिंह ने ही कीते हन। इसलिए उदय सिंह नूं बाइज्जत बरी कीता जांदा है। कोर्ट इज अडजर्न।
ਜਾ ਮੇਰੇ ਘਰੋਂ ਤੇ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ। ਪਰ ਮੈਂ ਕੀਤਾ ਕੀ ਹੈ, ਮੇਰਾ ਕਸੂਰ ਕੀ ਹੈ? ਕਸੂਰ ਪੁੱਛਦੀ ਹੈ? ਮੇਰੇ ਭਰਾਵਾਂ ਦੇ ਕਾਤਿਲ ਦੇ ਹੱਕ ਵਿੱਚ ਗਵਾਹੀ ਦੇ ਕੇ ਮੈਂ ਤਾਂ ਪੁੱਛਦੀ ਕਸੂਰ ਕੀ ਹੈ? ਤੁਹਾਡੇ ਭਰਾਵਾਂ ਨੇ ਵੀ ਤਾਂ ਇੱਕ ਸੁਹਾਗਣ ਦਾ ਸੁਹਾਗ ਉਜਾੜਿਆ ਸੀ, ਇੱਕ ਬੱਚੇ ਦੇ ਪਿਓ ਨੂੰ ਕਤਲ ਕੀਤਾ ਸੀ, ਇੱਕ ਭਰਾ ਦੀ ਬਾਹ ਭੰਨੀ ਸੀ। ਉਹਦੇ ਨੂੰ ਬਚਾ ਕੇ ਮੈਂ ਕੋਈ ਗੁਨਾਹ ਨਹੀਂ ਕੀਤਾ। ਜਵਾਨ ਸੰਭਾਲ ਕੇ ਇੱਥੋਂ ਦਫ਼ਾ ਹੋ ਜਾ। ਪੁੱਛ ਕਰ ਪ੍ਰਤਾਪ, ਤੈਨੂੰ ਇਸ ਤਰ੍ਹਾਂ ਤੇ ਚੁੱਕਦਿਆਂ ਸ਼ਰਮ ਨਹੀਂ ਆਉਂਦੀ? ਮੱਤਾ ਨਾ ਦੇ ਬੁੜਿਆ, ਲੈ ਜਾ ਆਪਣੀ ਲਾਡੀ ਨੂੰ। ਸੱਚ ਬੋਲਣ ਦਾ ਇਹਨੂੰ ਬੜਾ ਸ਼ੌਕ ਹੈ। ਸੱਚਾਈ ਤੈਨੂੰ ਫਿਰ ਸਿਰ ਚ ਮਿਲ ਗਿਆ ਪ੍ਰਤਾਪ। ਮੈਨੂੰ ਆਪਣੀ ਧੀ ਤੇ ਮਾਣ ਹੈ, ਮੈਂ ਸੱਚਾਈ ਦਾ ਅੰਜਾਮ ਵੀ ਜਾਣਦਾ ਸੀ। ਚੱਲ ਪੁੱਤ, ਸੱਚ ਬੋਲਣ ਵਾਲਿਆਂ ਨੂੰ ਤਾਂ ਦੁੱਖ ਸਹਿਣਾ ਹੀ ਪੈਂਦਾ। ਉਦੈ, ਹੁਣ ਕੀ ਹੋਏਗਾ? ਤੇਰੀ ਤਾਂ ਪੜ੍ਹਾਈ ਵੀ ਵਿਚਕਾਰ ਰਹਿ ਗਈ। ਸਿਰਫ ਪੜ੍ਹਾਈ ਨਹੀਂ ਮਨਦੀਪ, ਮੇਰਾ ਤਾਂ ਸਭ ਕੁਛ ਬਿਖਰ ਗਿਆ। ਦੁੱਖਾਂ ਦਾ ਐਸਾ ਹੜ ਆਇਆ ਕਿ ਸਾਡੇ ਪਰਿਵਾਰ ਦਾ ਸਭ ਕੁਛ ਰੋੜ ਕੇ ਲੈ ਗਿਆ। ਅਸੀਂ ਤਾਂ ਬਾਈ ਨੂੰ ਇਕੱਠੇ ਬਹਿ ਕੇ ਰੋ ਵੀ ਨਾ ਸਕੇ। ਚੱਲ ਛੱਡ, ਜ਼ਖਮਾਂ ਨੂੰ ਜਿੰਨਾ ਕੁਰੇਦਾਂਗੇ ਉਨੇ ਵੱਧ ਰਿਸਣਗੇ। ਹੁਣ ਤੂੰ ਅੱਗੇ ਦੀ ਸੋਚ। ਸੋਚਣਾ ਕੀ ਹੈ, ਹੁਣ ਤਾਂ ਸਾਰੀ ਜ਼ਿੰਮੇਵਾਰੀ ਮੇਰੀ ਹੈ। ਜੱਟਾਂ ਦੇ ਪੁੱਤਾਂ ਨੂੰ ਇੱਕੋ ਹੀ ਕੰਮ ਆਉਂਦਾ, ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਾਂਗਾ। ਭਾਬੀ ਤੇ ਤਾਂ ਪਹਿਲਾਂ ਹੀ ਬਹੁਤ ਦੁੱਖ ਪਏ ਨੇ, ਉਹਨੂੰ ਕੋਈ ਹੋਰ ਦੁੱਖ ਨਹੀਂ ਹੋਣ ਦੇਣਾ। ਸ਼ਾਬਾਸ਼ ਉਹਦੇ, ਸ਼ਾਬਾਸ਼। ਮੇਰੀ ਇੱਕ ਗੱਲ ਹੋਰ ਪੱਲੇ ਬੰਨ ਲੈ, ਇਹ ਜ਼ਿੰਦਗੀ ਵੀ ਕਬੱਡੀ ਦੇ ਮੈਚ ਵਰਗੀ ਹੈ ਤੇ ਇਹਦੇ ਵਿੱਚ ਇੱਕ ਇੱਕ ਪੁਆਇੰਟ ਲੈਣ ਦੇ ਲਈ ਘੋਲ ਕਰਨਾ ਪੈਂਦਾ, ਤੇ ਮੈਨੂੰ ਤੇਰੇ ਤੇ ਪੂਰਾ ਵਿਸ਼ਵਾਸ ਹੈ ਕਿ ਤੂੰ ਇਸ ਘੋਲ ਦੇ ਵਿੱਚੋਂ ਵੀ ਜੇਤੂ ਹੋ ਕੇ ਨਿਕਲੇਂਗਾ। ਕੋਸਾ, ਬਾਕੀ ਤਾਂ ਮੈਂ ਸਭ ਕੁਝ ਸੈੱਟ ਕਰ ਲਵਾਂਗਾ, ਬਸ ਹੁਣ ਤਾਂ ਸਿਰਫ ਇੱਕੋ ਫਿਕਰ ਹੈ ਕਿ ਰਾਵੀ ਦਾ ਵਿਆਹ ਜਲਦੀ ਹੋ ਜਾਏ, ਤੂੰ ਆਪਣੇ ਘਰ ਚਲੀ ਜਾਵੇ। ਵਿਆਹ? ਉਹ ਵੀ ਰਾਵੀ ਨਾਲ? ਨਾ 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 ਨਾ, ਉਹਨਾਂ ਭੁੱਖਾ ਨੰਗਾ ਦੇ ਮੈਂ ਨਹੀਂ ਵਿਆਹਣਾ ਆਪਣੇ ਪੁੱਤ ਨੂੰ। ਹੁਣ ਤਾਂ ਤੋਤਾ ਸਿਆਂ ਕੋਈ ਇਹੋ ਜਿਹਾ ਘਰ ਲੱਭ ਜਿੱਥੇ ਕੁੜੀ ਵੀ ਸੋਹਣੀ ਮਿਲੇ ਤੇ ਆ ਕੇ ਮੇਰਾ ਘਰ ਵੀ ਭਰ ਦੇ, ਸਾਰਾ ਇਲਾਕਾ ਅੱਡੀਆਂ ਚੱਕ ਚੱਕ ਵੇਖੇ। ਘਰ ਤਾਂ ਬੀਬੀ ਜੀ ਮੈਂ ਲੱਭ ਲਿਆ, ਕੁੜੀ ਪੜ੍ਹੀ ਲਿਖੀ ਮੈਂ ਮਾਰ ਗਈ, ਸੋਹਣੀ ਸੁਨੱਖੀ ਅਮੀਰ ਪਿਓ ਦੀ ਕੱਲੀ ਕੱਲੀ ਧੀ, ਸਮਾਨ ਟਰੱਕ ਭਰ ਭਰ ਕੇ ਨਾਲ ਵੱਡੀ ਗੱਡੀ, ਨਗਦ ਜੋ ਤੂੰ ਮੂੰਹ ਹੋ ਗਏ। ਵੇ ਤੇਰੇ ਮੂੰਹ ਚ ਕਿਉਂ ਸ਼ੱਕਰ ਤੋਂ ਦੱਸਿਆ? ਆਪਾਂ ਆਪਾਂ ਕਦੋਂ ਚੱਲੀਏ ਉੱਥੇ? ਆਪਾਂ ਨੂੰ ਬੀਬੀ ਜੀ ਉਹਨਾਂ ਦੇ ਘਰੇ ਜਾਣ ਦੀ ਕੀ ਲੋੜ ਹੈ? ਕੁੜੀ ਦਾ ਪਿਓ ਤਾਂ ਆਪ ਆਊ ਚੱਲ ਕੇ ਸਾਡੇ ਘਰੇ, ਨਾਲੇ ਕੁੜੀ ਲੈ ਕੇ ਆਊ। ਕੁੜੀ ਤੇ ਵੀ ਮਾੜੀ ਜੀ ਨਜ਼ਰ ਮਾਰ ਲਈ, ਨਾਲ ਦਾਜ ਵਾਲੀ ਲਿਸਟ ਵੀ ਬਣਾ ਲਈ। ਨਾ ਬੀਬੀ ਜੀ ਮੇਰਾ ਵੀ ਖਿਆਲ ਰੱਖਿਓ। ਵੇ ਤੈਨੂੰ ਨਿਹਾਲ ਕਰ ਦੂ ਤੋਤਾ ਸਿਆ, ਪਟਵਾਰੀ ਦੀ ਧੀਆਂ ਕੋਈ ਮਖੌਲ ਨਹੀਂ। ਹੁਣ ਤਾਂ ਲੱਡੂ ਖਾਣਾ ਬਣਦਾ ਮੇਰਾ। ਲੈ ਦੱਸ, ਖਾ ਲੈ ਖਾ ਲੈ। ਹਾਂਜੀ ਦੱਸੋ ਭਾਬੀ ਜੀ। ਕੱਲ ਨੂੰ ਰਾਜੂ ਦੇ ਸਕੂਲ ਦੀ ਫੀਸ ਭਰਨੀ ਹੈ ਤੇ ਘਰ ਦਾ ਸਮਾਨ ਵੀ ਲਿਆਉਣ ਵਾਲਾ ਹੈ ਕੁਝ। ਮੈਂ ਸੋਚਦੀ ਸੀ ਮੇਰੀਆਂ ਚੂੜੀਆਂ ਲਿਜਾ ਕੇ ਵੇਚ ਦੇ ਤੂੰ। ਬਸ ਭਾਬੀ, ਅੱਜ ਇਹ ਗੱਲ ਕਹਿਤੀ, ਦੁਬਾਰਾ ਨਾ ਕਹੀਂ। ਹੁਣ ਇਹ ਸਾਰੇ ਕੰਮ ਮੇਰੇ ਆ, ਮੇਰੀ ਜ਼ਿੰਮੇਵਾਰੀ ਆ। ਮੈਂ ਸਾਰੀ ਕਬੀਲਦਾਰੀ ਤੇਰੇ ਸਿਰ ਤੇ ਕਿੱਦਾਂ ਪਾ ਦਿਆਂ? ਬਸ ਤੂੰ ਚੂੜੀਆਂ ਵੇਚ। ਕਿਹਾ ਨਾ ਭਾਬੀ, ਇਸ ਗੱਲ ਨੂੰ ਇੱਥੇ ਬੰਦ ਕਰ ਦੇ। ਮੈਂ ਆੜਤੀਏ ਕੋਲ ਜਾਣਾ ਤੇ ਜਾ ਕੇ ਕੁਝ ਪੈਸੇ ਫੜ ਕੇ ਲਿਆਉਣਾ। ਤੂੰ ਇੱਕ ਕੰਮ ਕਰ ਭਾਬੀ, ਰਾਵੀ ਦੇ ਸਹੁਰਿਆਂ ਵੱਲ ਜਾ ਕੇ ਪਤਾ ਤਾਂ ਕਰ ਗੈਵੀ ਕਦੋਂ ਆਊਗਾ, ਫਿਰ ਉਸ ਹਿਸਾਬ ਨਾਲ ਆਪਾਂ ਰਾਵੀ ਦੇ ਵਿਆਹ ਦੀ ਤਿਆਰੀ ਕਰੀਏ। ਜੇ ਉਹਨੇ ਛੇਤੀ ਆਉਣਾ ਹੋਇਆ ਤਾਂ ਮਾਸੀ ਨਾਲ ਵਿਆਹ ਦੀ ਤਰੀਕ ਪੱਕੀ ਕਰਿਆ ਹੀ। ਚੰਗਾ ਠੀਕ ਹੈ। ਸਤਿ ਸ਼੍ਰੀ ਅਕਾਲ ਮਾਸੀ ਜੀ। ਇਹ ਕਿੱਥੋਂ ਆ ਗਈ? ਕੀ ਗੱਲ ਮਾਸੀ, ਸਤਿ ਸ਼੍ਰੀ ਅਕਾਲ ਦਾ ਜਵਾਬ ਹੀ ਨਹੀਂ ਦਿੱਤਾ? ਜਵਾਬ ਪਹੁੰਚੂਗਾ ਤੇਰੇ ਘਰ, ਇੱਥੇ ਕੀ ਲੈਣਾ ਹੈ ਤੂੰ? ਮੈਂ ਤਾਂ ਇਹੀ ਪੁੱਛਣ ਆਈ ਸੀ ਕਿ ਗੈਵੀ ਨੇ ਕਦੋਂ ਆਉਣਾ ਹੈ। ਤੈਨੂੰ ਗੈਵੀ ਨਾਲ ਕੀ? ਕਿਉਂ ਮਾਸੀ, ਗੈਵੀ ਤਾਂ ਸਾਡੇ ਘਰ ਦਾ ਜਵਾਈ ਹੈ ਤੇ ਜਵਾਈ ਤਾਂ ਸਹੁਰਿਆਂ ਨੂੰ ਪੁੱਤਾਂ ਤੋਂ ਵੀ ਵੱਧ ਕੇ ਹੁੰਦੇ ਨੇ। ਪੁੱਤ ਨੀ, ਏਦਾਂ ਵੀ ਕੋਈ ਬਣਾਇਆ ਪੁੱਤ ਬਣਦੇ? ਪੁੱਤ ਹੁੰਦੇ ਮਾਵਾਂ ਦੇ ਤੇ ਮੈਂ ਮਾਂ ਉਹਦੀ, ਤੇਰਾ ਭਲਾ ਉਹਦੇ ਨਾਲ ਕੀ ਰਿਸ਼ਤਾ? ਉਹੀ ਰਿਸ਼ਤਾ ਮਾਸੀ ਜਿਹਦੀਆਂ ਗੰਢਾਂ ਤੂੰ ਆਪਣੇ ਹੱਥਾਂ ਨਾਲ ਮਾਰੀਆਂ ਸੀ। ਨੀ ਤਾਂ ਹੀ ਤਾਂ ਦੰਦਾਂ ਨਾਲ ਖੋਲ ਰਹੀ ਹਾਂ, ਸਾਡੇ ਵੱਲੋਂ ਮੰਗਣੀ ਟੁੱਟੀ ਸਮਝੋ। ਕੀ ਹੋ ਗਿਆ ਮਾਸੀ, ਤੂੰ ਪਹਿਲਾਂ ਤਾਂ ਇੱਦਾਂ ਦੀ ਨਹੀਂ ਸੀ। ਨੀ ਉਹ ਜਗੀਰ ਕੋ ਲੱਦ ਗਈ ਜਿਹੜੀ ਤੁਹਾਨੂੰ ਨਿਉ ਨਿਉ ਕੇ ਸਲਾਮਾਂ ਕਰਦੀ ਸੀ, ਹੁਣ ਉਹ ਵਕਤ ਵੇਲੇ ਗਏ।
ਤਾਂ ਫਿਰ ਮਸੀ ਤੂੰ ਵਕਤ ਵੇਲੇ ਨੂੰ ਸਲਾਮਾ ਕਰਦੀ ਸੀ ਨਹੀਂ ਮੈਂ ਕੀ ਸਾਰਾ ਜ਼ਮਾਨਾ ਹੀ ਉਹ ਕਰਦਾ ਮੈਂ ਵੀ ਉਹਨਾਂ ਚਾਰੀ ਖੁਸ਼ ਸਾਂ ਜਦੋਂ ਮੈਨੂੰ ਤੁਹਾਡੀ ਥਾਲੀ 'ਚ ਕੁਛ ਦੀਦਾ ਸੀ ਹੁਣ ਤਾਂ ਤੇਰੇ ਕੋਲੇ ਆਪਣੀ ਨਣਾਨ ਨੂੰ ਦੇਣ ਲਈ ਫੁੱਟੀ ਕੌਡੀ ਵੀ ਨਹੀਂ ਆ ਤੇ ਮੈਂ ਆਪਣਾ ਮੁੰਡਾ ਖੂਚ ਨਹੀਂ ਤੱਕਣਾ ਨਾ ਮਸੀ ਨਾ ਰੱਬ ਤੋਂ ਡਰ ਮਸੀ ਇੱਕ ਦੀਦੀ ਮਾਂ ਬਣ ਕੇ ਸੋਚ ਪੁੱਤਰ ਗੋਦੀ ਚੱਕਿਆ ਹੋਵੇ ਤਾਂ ਹਰ ਮਾਂ ਅੱਡੀਆਂ ਚੁੱਕ ਚੁੱਕ ਕੇ ਤੁਰਦੀ ਹੈ ਮਾਸੀ ਨੀ ਤੁਰਾ ਨਾ ਮੇਰੇ ਪੁੱਤ ਨੂੰ ਰਿਸ਼ਤਿਆਂ ਦਾ ਕਾਟਾ ਨਹੀਂ ਚੰਗੇ ਤੋਂ ਚੰਗਾ ਰਿਸ਼ਤਾ ਤੇ ਦਾਜ ਵੀ ਮੂੰਹੋਂ ਮੰਗਿਆ ਮਿਲਦਾ ਪਰ ਦਾਜਾ ਨਾ ਕਰਨੀ ਵਾਸਤੇ ਹੁੰਦੇ ਮਾਸੀ ਤੇ ਭੁੱਖੇ ਨੰਗੇ ਘਰਾਂ ਵਿੱਚ ਪੁੱਤਰ ਵੀ ਨਹੀਂ ਵਿਆਹ ਜਾਂਦੇ ਨਾ ਮਾਸੀ ਨਾ ਇਹ ਨਾ ਕਰ ਮੇਰੀ ਚੁੰਨੀ ਉੱਲਰ ਉੱਲਰ ਕੇ ਤੇਰੇ ਪੈਰਾਂ ਚ ਡਿੱਗਦੀ ਪਈ ਸਾਡੀ ਕੁੜੀ ਦੀ ਜ਼ਿੰਦਗੀ ਖਰਾਬ ਨਾ ਕਰ ਮਾਸੀ ਜਿੱਥੇ ਮਰਜ਼ੀ ਵਿਆਹ ਲਓ ਆਪਣੀ ਕੁੜੀ ਨੂੰ ਸਾਡੇ ਵੱਲੋਂ ਜਵਾਬ ਆ ਨਾ ਮਾਸੀ ਨਾ ਤੇਰੇ ਅੱਗੇ ਹੱਥ ਜੋੜਦੀ ਆ ਸਾਡੇ ਤੇ ਜ਼ੁਲਮ ਨਾ ਕਰ ਮਾਸੀ ਜ਼ੁਲਮ ਨਾ ਕਰ ਰਾਵੀ ਤੇ ਟਕਰਾ ਮਾਰ ਮਾਰ ਕੇ ਮਰ ਜੂ ਮਾਸੀ ਨੀ ਮਰਦੀ ਹੈ ਤਾਂ ਮਰ ਜੇ ਮੇਰੀ ਜੁੱਤੀ ਨੂੰ ਅੱਜ ਤੋਂ ਬਾਅਦ ਨਾ ਗੈਵੀ ਤੁਹਾਡਾ ਜਵਾਈ ਹੈ ਤੇ ਨਾ ਰਾਵੀ ਮੇਰੀ ਨੂੰ ਕਿਆ ਤਫਾ ਹੋ ਗੱਲ ਨਹੀਂ ਕਰਵਾ ਰਹੇ ਤੋ ਮਸੀ ਇਹ ਗੱਲ ਤਾਂ ਸੁਣ ਮਸੀ ਨੀ ਕਿਹੜੀ ਗੱਲ ਜਾਂ ਤੂੰ ਕਿਥੋਂ ਮਸੀ ਨਾ ਕੋਈ ਡਰ ਮਸੀ ਇਹ ਗੱਲ ਕਿਹੜਾ ਰੱਬ ਜਾਂ ਤੂੰ ਕਿਹੜੀ ਨਾ ਮਸੀ ਆ ਇਹ ਗੱਲ ਕਰਨ ਮੈਂ ਉਸ ਬੁੜੀ ਦਾ ਟੱਕਰੇ ਕਰ ਦੇਗਾ ਭਾਬੀ ਕਿ ਤੇਰੀ ਭੈਣ ਦਾ ਸਾਰਾ ਕਰ ਤੇ ਅਸੀਂ ਉਹਨਾਂ ਕੇ ਬੋਲਦੇ ਚੰਗੇ ਨਹੀਂ ਲੱਗਦੇ ਬੋਲਦੇ ਚੰਗੇ ਕਿਉਂ ਨਹੀਂ ਲੱਗਦੇ ਧੀਆਂ ਦਾ ਰਿਸ਼ਤਾ ਕਰਕੇ ਮਾਪੇ ਗੂੰਗੇ ਤਾਂ ਬੋਲੇ ਤਾਂ ਨਹੀਂ ਹੋ ਜਾਂਦੇ ਜਿਨ੍ਹਾਂ ਹੱਥਾਂ ਨਾਲ ਉਸ ਬੁੜੀ ਨੇ ਤੈਨੂੰ ਧੱਕੇ ਮਾਰਿਆ ਮੈਂ ਉਹਦੇ ਹੱਥ ਮਾਰ ਦਿਆਂਗਾ ਮੈਂ ਤੂੰ ਪਰ ਸੁਣਾ ਉਹਨਾਂ ਨੂੰ ਕੁਝ ਕਹਿਣ ਵਾਲਾ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਮੈਂ ਤੇਰੀ ਬੇਇੱਜ਼ਤੀ ਨਹੀਂ ਬਰਦਾਸ਼ਤ ਕਰ ਸਕਦਾ ਨਹੀਂ ਕਰ ਸਕਦਾ ਤੈਨੂੰ ਇਹ ਜ਼ਹਿਰ ਪੀਣਾ ਪਏਗਾ ਉਹਦੇ ਇਹ ਮੇਰਾ ਹੁਕਮ ਹੈ ਭਾਬੀ ਸਾਰੀ ਉਮਰ ਆਪਣੀ ਭੈਣ ਦੇ ਸਹੁਰੇ ਅੱਗੇ ਸਿਰ ਨਹੀਂ ਚੁੱਕੇਗਾ ਮੇਰਾ ਵਾਅਦਾ ਕਰ ਮੈਨੂੰ ਕਾਲ ਦੇ ਕਿ ਜੋ ਕੁਝ ਮੇਰੇ ਨਾਲ ਹੋਇਆ ਭੁੱਲ ਜਾਏਗਾ ਪਰ ਭਾਬੀ ਇਹ ਮੇਰੀ ਖੁਸ਼ੀ ਵੀ ਹੈ ਤੇ ਮੇਰਾ ਹੁਕਮ ਵੀ ਫੈਸਲਾ ਤੇਰੇ ਹੱਥ ਹੈ ਭਾਬੀ ਦਾ ਹੁਕਮ ਮੰਨਣਾ ਹੈ ਜਾਂ ਆਪਣੀ ਮਰਜ਼ੀ ਕਰਨੀ ਭਾਬੀ ਹਾਂ ਪੁੱਤ ਗੈਵੀ ਮੈਂ ਤੇਰੀ ਬੀਬੀ ਬੋਲ ਰਹੀ ਹਾਂ ਤੁਸੀਂ ਸਾਰੇ ਠੀਕ ਹੋ ਬੀਬੀ ਅਸੀਂ ਤੇ ਸਭ ਠੀਕ ਠਾਕ ਹਾਂ ਤੂੰ ਜਿਉਂਦਾ ਰਹਿ ਪੁੱਤ ਤੂੰ ਆਪਣੀ ਰਾਜੀ ਖੁਸ਼ੀ ਦੱਸ ਮੈਂ ਤਾਂ ਠੀਕ ਹਾਂ ਬੀਬੀ ਤੇਰੀ ਆਵਾਜ਼ ਸੁਣ ਕੇ ਕਾਲਜੇ ਚ ਠੰਡ ਪੈ ਗਈ ਬੀਬੀ ਮੈਂ ਤਾਂ ਇਸ ਲਈ ਫੋਨ ਕੀਤਾ ਸੀ ਕਿ ਬਾਈ ਰਣਜੀਤ ਸਿੰਘ ਹੋਰਾਂ ਦੇ ਘਰ ਮੈਂ ਕਈ ਦਿਨਾਂ ਦਾ ਫੋਨ ਕਰ ਰਿਹਾ ਉਹਨਾਂ ਦਾ ਫੋਨ ਹੀ ਨਹੀਂ ਲੱਗਦਾ ਪੁੱਤ ਤੈਨੂੰ ਤਾਂ ਪਤਾ ਹੀ ਹੈ ਇੱਥੋਂ ਦੇ ਅੱਗ ਲੱਗਦੇ ਫੋਨਾਂ ਦਾ ਚੱਲਦੇ ਘੱਟ ਤੇ ਬੰਦ ਜ਼ਿਆਦਾ ਰਹਿੰਦੇ ਨੇ ਉਹਦੇ ਤਾਂ ਮੋਬਾਈਲ ਵੀ ਬੰਦ ਆਈ ਜਾਂਦਾ ਕੋਈ ਨਾ ਤੂੰ ਫਿਕਰ ਨਾ ਕਰੀ ਮੈਂ ਤੇਰੀ ਰਾਜੀ ਖੁਸ਼ੀ ਦਾ ਸੁਨੇਹਾ ਉੱਥੇ ਪਹੁੰਚਾ ਦੂੰ ਤੁਸੀਂ ਐਂ ਕਰੋ ਬੀਬੀ ਮੇਰਾ ਇੱਥੋਂ ਦਾ ਫੋਨ ਨੰਬਰ ਬਦਲ ਗਿਆ ਤੁਸੀਂ ਮੇਰਾ ਨਵਾਂ ਨੰਬਰ ਲਿਖ ਲਵੋ ਨਾਲੇ ਉਹਦੇ ਹੋਰਾਂ ਨੂੰ ਦੇ ਦੇਣਾ ਠੀਕ ਹੈ ਹਾਂ ਹਾਂ ਪੁੱਤ ਲਿਖਾ ਲਿਖਾ ਮੈਨੂੰ ਚੱਲ ਛੇਰਾ ਛੇਤੀ ਕਰ ਮੈਂ ਪਹੁੰਚਾ ਦੂੰ ਉੱਥੇ ਹਾਂ ਦੱਸ ਉਹ ਤੋਤਿਆ ਕਿੱਧਰ ਉਡਾਰੀ ਮਾਰੀ ਜਾਂਦਾ ਹੈ ਆਹ ਕੀ ਸਮਾਨ ਜਿਹਾ ਚੱਕੀ ਫਿਰਦਾ ਹੈ ਇਹ ਤਾਂ ਜੀ ਰਸਗੁੱਲੇ ਗੁਲਾਬ ਜਾਮਣਾ ਬਰਫੀ ਛਰਪੀ ਅਲਮ ਗਲਮ ਨਿਕੜ ਸੁਕੜ ਜਿਹਾ ਸਮਾਨ ਹੈ ਸਾਲਿਆ ਤੇਰੇ ਘਰੇ ਕਿਹੜੇ ਨਿਆਣੇ ਰਹਿੰਦੇ ਕਿਹਦੇ ਵਾਸਤੇ ਲੈ ਕੇ ਚੱਲੇ ਆ ਇਹ ਤਾਂ ਜੀ ਬੀਬੀ ਜੀ ਜਗੀਰ ਕੌਰ ਜੀ ਨੇ ਸਮਾਨ ਮੰਗਾਇਆ ਉਹਨਾਂ ਦਾ ਹੀ ਸਮਾਨ ਹੈ ਉਹਨੇ ਕਿਹੜਾ ਵੱਡਿਆਂ ਦਾ ਸ਼ਰਾਧ ਕਰਨਾ ਹੈ ਓਹੋ ਸ਼ਰਾਧ ਨਹੀਂ ਜੀ ਉਹਨਾਂ ਦੇ ਘਰੇ ਤਾਂ ਸ਼ਹਿਰੋਂ ਪਰਾਉਣੇ ਆਏ ਹੈ ਗੈਬੀ ਦੇ ਰਿਸ਼ਤੇ ਵਾਸਤੇ ਉਹ ਤੁਸੀਂ ਤਾਂ ਐਵੇਂ ਖਾਮ ਖਾ ਮੈਨੂੰ ਗੱਲਾਂ ਚ ਉਲਝਾ ਲਿਆ ਮੈਂ ਚਿੰਟੂ ਦੀ ਹੱਡੀ ਤਾਂ ਹੋਰ ਵੀ ਸਮਾਨ ਲੈਣਾ ਸੀ ਝੋਲਾ ਵੀ ਉੱਥੇ ਪਿਆ ਉਹ ਰਿਸ਼ਤਾ ਸਿਰੇ ਜਿਹੜੇ ਮੈਨੂੰ ਤਾਂ ਹੁਣ ਇਹ ਬੁੜੀ ਦੂਸਰੀ ਬੈਂਕ ਦਾ ਦਰਵਾਜ਼ਾ ਖੜਕਾਉਣ ਲੱਗੀ ਹੈ ਪਤਾ ਨਹੀਂ ਇਹਨੇ ਹੋਰ ਕਿਹਦਾ ਕਿਹਦਾ ਘਰ ਬਰਬਾਦ ਕਰਾਉਣਾ ਮੇਰੇ ਕੋਲੋਂ ਘਰ ਕੋਈ ਨੀ ਕੀ ਗੱਲ ਕਿੱਥੇ ਗਏ ਨੇ ਸਾਰੇ ਜੀ ਵੀਰਾ ਤਾਂ ਖੇਤ ਗਿਆ ਤੇ ਭਾਬੀ ਪਿੰਡ ਚ ਕਿਸੇ ਦੇ ਘਰ ਗਈ ਹੈ ਦੱਸੋ ਕੋਈ ਕੰਮ ਸੀ ਮੈਂ ਕੰਮ ਤਾਂ ਕੋਈ ਨੀ ਸੀ ਮੈਂ ਤਾਂ ਇਹ ਕਹਿਣ ਆਇਆ ਸੀ ਵੀ ਤੇਰੀ ਹੋਣ ਵਾਲੀ ਸੱਸ ਦੇ ਲੜਨ ਕੱਕੀਆਂ ਕੀੜੀਆਂ ਆਪਣੇ ਮੁੰਡੇ ਨੂੰ ਕਿਤੇ ਹੋਰ ਮੰਗ ਰਹੀ ਹੈ ਅੱਜ ਕੋਈ ਹੋਰ ਬੰਦਾ ਆਇਆ ਉਹਦੇ ਘਰ ਰਿਸ਼ਤਾ ਕਰਨ ਵਾਸਤੇ ਉਹਦੀ ਮਰਜ਼ੀ ਹੈ ਜੀ ਅਸੀਂ ਕੀ ਕਰ ਸਕਦੇ ਹਾਂ ਤੂੰ ਬਹੁਤ ਕੁਝ ਕਰ ਸਕਦੀ ਹੈ ਕੁੜੀਏ ਮੇਰੀ ਗੱਲ ਮੰਨੇ ਤਾਂ ਹੁਣੇ ਉਹਨਾਂ ਦੇ ਪਿੰਡ ਜਾ ਅੱਡੇ ਨੂੰ ਮਿੰਨੀ ਬਸ ਮਿਲ ਜੂ ਪਰ ਮੈਂ ਉੱਥੇ ਉਹ ਤੈਨੂੰ ਆਪਣੇ ਹੱਕ ਲੈਣ ਲਈ ਉੱਥੇ ਜਾਣਾ ਹੀ ਪੈਣਾ ਹੈ ਕੁੜੀਆਂ ਦੇ ਰਿਸ਼ਤੇ ਟੁੱਟ ਜਾਣ ਤਾਂ ਘਰਾਂ ਦੀਆਂ ਇੱਜ਼ਤਾਂ ਰੋ ਜਾਂਦੀਆਂ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹਿੰਦੇ ਤੁਹਾਡਾ ਟੱਬਰ ਤਾਂ ਪਹਿਲਾਂ ਹੀ ਉੜਿਆ ਫਿਰਦਾ ਮੈਂ ਦਾਜ ਦੀ ਲਿਸਟ ਦੇਖ ਲਈ ਤੁਸੀਂ ਫਿਕਰ ਨਾ ਕਰੋ ਜੀ
ਮੇਰੀ ਕੱਲੀ ਕੱਲੀ ਧੀ ਹੈ, ਮੈਂ ਕਿਸੇ ਚੀਜ਼ ਦੀ ਕਾਰ ਨਹੀਂ ਆਂਦਾਗਾ। ਪਰ ਤੁਸੀਂ ਇਹ ਤਾਂ ਦੱਸੋ ਕਿ ਤੁਹਾਡਾ ਮੁੰਡਾ ਕਦੋਂ ਬਾਹਰੋਂ ਆ ਰਿਹਾ? ਉਹਨੇ ਤਾਂ ਆ ਹੀ ਜਾਣਾ ਜੀ, ਬਸ ਤੁਸੀਂ ਵਿਆਹ ਦੀ ਤਰੀਕ ਪੱਕੀ ਕਰੋ। ਰੁਕ ਜਾਣੀ ਸੱਸੇ, ਆ ਕੀ ਜ਼ੁਲਮ ਕਰਨ ਲੱਗੀ ਹੈ? ਸੱਸੇ, ਇਹ ਕੁੜੀ ਕੌਣ ਹੈ ਜੀ? ਇਹ ਤਾਂ ਪਾਗਲ ਹੈ ਜੀ। ਅੱਜ ਮੈਂ ਪਾਗਲ ਆ? ਉਦੋਂ ਤਾਂ ਮੈਂ ਪਾਗਲ ਨਹੀਂ ਸਾਂ ਜਦੋਂ ਮੇਰੇ ਸਾਹਾਂ 'ਚ ਸਾਹ ਲੈਂਦੀ ਸੀ, ਮੇਰੇ ਪੈਰਾਂ ਹੇਠ ਅੱਖੀਆਂ ਵਿਛਾਉਂਦੀ ਸੀ। ਉਦੋਂ ਮੈਂ ਨੂਰ ਸਾਂ, ਸ਼ਹਿਜ਼ਾਦੀ ਸਾਂ। ਨੀ ਤੂੰ ਮੇਰਾ ਸਾਥ ਲੈਣ ਲਈ ਕਿਹੜੇ ਕਿਹੜੇ ਪਾਪੜ ਨਹੀਂ ਵੇਲੇ? ਸਿਰਫ ਇਸ ਕਰਕੇ ਕਿ ਉਦੋਂ ਮੇਰੇ ਵੀਰ ਖੁਸ਼ਹਾਲ ਸਨ, ਉਹਨਾਂ ਕੋਲ ਦੌਲਤ ਸੀ, ਜ਼ਮੀਨਾਂ ਸਨ। ਅੱਜ ਸਾਡੇ ਤੇ ਮਾੜੇ ਦਿਨ ਆਏ ਨੇ ਤੇ ਤੂੰ ਮੈਨੂੰ ਪਾਗਲ ਦੱਸ ਰਹੀ ਹੈ? ਬਕਵਾਸ ਬੰਦ ਕਰਨੀ, ਤੂੰ ਸਾਡੇ ਘਰ ਲੈ ਕੇ ਆਈ ਹੈ? ਤੇਰੇ ਅੰਦਰ ਦੀ ਸੁੱਤੀ ਹੋਈ ਮਾਂ ਨੂੰ ਜਗਾਉਣ ਆਈ ਹਾਂ, ਤੇਰੀਆਂ ਅੱਖਾਂ ਤੋਂ ਲਾਲਚ ਦੀ ਪੱਟੀ ਲਾਉਣ ਆਈ ਹਾਂ। ਦੂਰ ਹੋ ਜਾ ਮੇਰੀ ਨਜ਼ਰ ਤੋਂ, ਨਿਕਲ ਜਾ ਮੇਰੇ ਘਰੋਂ। ਕਿਸਮਤ ਚੰਗੀ ਆ ਮਾਸੀ, ਜਿਹੜਾ ਹਾਲੇ ਤੱਕ ਅਸੀਂ ਤੇਰੇ ਨਾਲ ਰਿਸ਼ਤਾ ਨਹੀਂ ਤੋੜਿਆ। ਨਹੀਂ ਤਾਂ ਜਿਨ੍ਹਾਂ ਹੱਥਾਂ ਨਾਲ ਤੂੰ ਮੇਰੀ ਭੈਣ ਨੂੰ ਧੱਕਾ ਮਾਰਿਆ ਨਾ, ਤੇਰੇ ਮੈਂ ਹੱਥ ਤੋੜ ਦੇਣੇ ਸੀ। ਦੇ ਤੋੜ ਦੇ ਮੇਰੇ ਹੱਥ, ਕੁੱਟ ਦੇ ਮੇਰੀ ਸੰਗੀ, ਮਾਰ ਦੇ ਮੈਨੂੰ। ਵੇ ਤੂੰ ਫਾਇ ਚੜ ਜਾ ਬਦਮਾਸ਼ਾ। ਚੁੱਪ ਕਰ ਜਾ ਮਾਸੀ, ਚੁੱਪ ਕਰ ਜਾ। ਕਿਤੇ ਇਹ ਨਾ ਹੋਵੇ ਕਿ ਮੈਂ ਸਾਰੇ ਰਿਸ਼ਤਾ ਦੀ ਹੱਦ ਟੱਪ ਜਾ। ਦੇ ਹੱਥਾਂ ਫੇਰ ਟੱਪੀ, ਪਹਿਲਾਂ ਇਸ ਗੱਲ ਮੂਹੀ ਨੂੰ ਸੰਗਲ ਪਾ ਕੇ ਰੱਖ। ਐਡੀ ਨੀਚ ਨਾ ਬਣ ਮਾਸੀ। ਵੇ ਤੂੰ ਮੈਨੂੰ ਨੀਚ ਆਖਿਆ? ਨਾ ਵੀਰੇ ਨਾ। ਸਾਨੂੰ ਇਸ ਘਰ ਚੋਂ ਕਦੇ ਠੰਡੀ ਹਵਾ ਨਹੀਂ ਆਉਣੀ ਰਾਵੀ। ਕੀ ਲੈਣ ਆ ਗਈ ਸੀ ਇੱਥੇ ਮੇਰੀਆਂ ਕਮਲੀਆਂ ਭੈਣੇ? ਚੱਲ ਚੱਲੀਏ। ਤੁਸੀਂ ਲੋਕੀ ਕਿੱਥੇ ਚੱਲਿਓ ਜੀ? ਉਹ ਲੋਕੀ ਤਾਂ ਵੀ ਬਕਵਾਸ ਕਰੇ ਸੀ, ਮੇਰੀ ਗੱਲ ਤਾਂ ਸੁਣੋ। ਡੈਡੀ, ਇਹ ਔਰਤ ਤਾਂ ਮੈਨੂੰ ਇੱਕ ਨੰਬਰ ਦੀ ਧੋਖੇਬਾਜ਼ ਲੱਗਦੀ ਹੈ। ਠੀਕ ਕਹਿ ਰਹੀ ਹੈ, ਅਸੀਂ ਤਾਂ ਇਹਨਾਂ ਠੱਗਾਂ 'ਚ ਫਸ ਚੱਲੇ ਸੀ। ਚੱਲ ਚੱਲੀਏ ਡੀਅਰ ਡਾਟਰ। ਨਹੀਂ ਸੁਣੋ। ਚੱਲ ਬਈ ਤੋਤਾ ਸਿਆ, ਨੀਵਾ ਨੀਵਾ ਹੋ ਕੇ ਤੂਤਾ ਮਾਰ ਉਡਾਰੀ। ਮੈਂ ਤੈਨੂੰ ਕਿੰਨਾ ਸਮਝਾਇਆ ਪਟਵਾਰੀ ਦੀ ਧੀਏ, ਪਰ ਤੂੰ ਨਾ ਸਮਝੀ। ਮੈਂ ਜਦ ਵੀ ਘਰ ਤੋਂ ਬਾਹਰ ਜਾਇਆ ਕਰਦਾ, ਕੋਈ ਨਵਾਂ ਸਿਆਪਾ ਖੜਾ ਕਰਿਆ ਕਰਦੀ ਹੈ। ਵੇ ਖੜ ਜਾ ਵੇ, ਤੇਰਾ ਸਿਆਪਾ ਤਾਂ ਮੈਂ ਹੁਣੇ ਹੀ ਕਰਦੀ ਹੈ। ਚਿੱਠੀ ਆ ਜਾਂਦੀ ਏ, ਇਹਨਾਂ ਦੇ ਖਤ ਆਉਂਦੇ ਨਹੀਂ। ਪਰਦੇਸੀ ਨਾਲ ਪਿਆਰ ਨਾ ਪਾਉਣਾ, ਦੂਰ ਗਿਆ ਦਾ
जांदे चिट्ठी आ जांदी इन्हां दे खत आउंदे नहीं परदेसी नाल प्यार न पौणा है दूर गया दा रोग न लाउणा ਕਦੋਂ ਇਹਨਾਂ ਨੇ ਸਿੱਖਿਆ ਏ ਕਦੋਂ ਇਹਨਾਂ ਨੇ ਸਿੱਖਿਆ ਏ ਲੈ ਕੇ ਖੂਨ ਜਿਗਰ ਦਾ ਰੱਬਾ ਤਾਏ ਅੱਖਰ ਲਿਖਿਆ ਏ ਚਿੱਠੀ ਆ ਜਾਂਦੀ ਇਹਨਾਂ ਦੇ ਖਤ ਆਉਂਦੇ ਨਹੀਂ ਪਰਦੇਸੀ ਨਾਲ ਪਿਆਰ ਨਾ ਪਾਉਣਾ ਹੈ ਦੂਰ ਗਿਆ ਦਾ ਰੋਗ ਨਾ ਰਾਵੀ ਤੂੰ ਬੜਾ ਚੰਗਾ ਕੀਤਾ ਇੱਥੇ ਆਣ ਕੇ ਮੈਂ ਉਹਦੇ ਨੂੰ ਕਹਿ ਦਿਆਂਗੀ ਤੂੰ ਹੁਣ ਦੋ ਚਾਰ ਦਿਨ ਇੱਥੇ ਰਹਿ ਨਾਲੇ ਆਪਾਂ ਇੱਥੋਂ ਗੈਵੀ ਨੂੰ ਵੀ ਫੋਨ ਕਰਾਂਗੇ ਉਹਨੂੰ ਵੀ ਦੱਸਾਂਗੇ ਉਹਦੀ ਮਾਂ ਦੀਆਂ ਕਰਤੂਤਾਂ ਮਨਦੀਪ ਉਹਨੂੰ ਤਾਂ ਵੀਰੇ ਨੇ ਕਈ ਵਾਰੀ ਫੋਨ ਕਰਕੇ ਦੇਖ ਲਿਆ ਪਰ ਉਹਦਾ ਫੋਨ ਲੱਗਦਾ ਹੀ ਨਹੀਂ ਇਹਦਾ ਮਤਲਬ ਹੈ ਉਹਦਾ ਨੰਬਰ ਬਦਲ ਗਿਆ ਤੇ ਉਹਦਾ ਨਵਾਂ ਨੰਬਰ ਉਹਦੀ ਮਾਂ ਨੇ ਤੁਹਾਨੂੰ ਨਹੀਂ ਦੇਣਾ ਪਰ ਤੂੰ ਬੇਫਿਕਰ ਰਹਿ ਮੈਂ ਕਰਦੀ ਹਾਂ ਕੁਝ ਉਹਦੇ ਤਾਂ ਵੱਡੇ ਵੀ ਨੰਬਰ ਦੇਣਗੇ ਐਡੀ ਵੱਡੀ ਗੱਡੀ ਐਡੀ ਸੋਹਣੀ ਕੁੜੀ ਵੇਖਾ ਤਾਂ ਭਲਾ ਆਖਿਰ ਲੱਭ ਹੀ ਲਿਆ ਗੈਵੀ ਦਾ ਘਰ ਲੱਭ ਹੀ ਲਿਆ ਧੀਏ ਤੂੰ ਭਲਾ ਕੌਣ ਹੈ ਮੈਂ ਗੈਵੀ ਨਾਲ ਪੜ੍ਹਦੀ ਸੀ ਆਂਟੀ ਜੀ ਆਂਟੀ ਜੀ ਨਹੀਂ ਮੈਂ ਬਾਹਰ ਜਾਵਾਂ ਤੇਰੇ ਆਂਟੀ ਕਹਿੰਦੇ ਆ ਜਾ ਧੀਏ ਆ ਜਾ ਆ ਲੈ ਫੜ ਬਹਿ ਜਾ ਧੀਏ ਬਹਿ ਜਾ ਬਹਿ ਜਾ ਥੈਂਕ ਯੂ ਅੱਛਾ ਇਹ ਗੱਡੀ ਤੇਰੀ ਆਪਦੀ ਹੈ ਇਹੋ ਜਿਹੀਆਂ ਤਾਂ ਤਿੰਨ ਚਾਰ ਗੱਡੀਆਂ ਨੇ ਸਾਡੇ ਘਰੇ ਮਾਪਿਆਂ ਦੀ ਕੱਲੀ ਧੀਆਂ ਤੇ ਸਾਰੀ ਜਾਇਦਾਦ ਦੀ ਕੱਲੀ ਵਾਰਿਸ ਧੀਏ ਮੈਂ ਤੈਥੋਂ ਇੱਕ ਗੱਲ ਪੁੱਛਾਂ ਪੁੱਛੋ ਆਂਟੀ ਜੀ ਤੇਰਾ ਰਿਸ਼ਤਾ ਵਗੈਰਾ ਕਿਤੇ ਹੋਇਆ ਕਿ ਰਿਸ਼ਤਾ ਕਿੱਥੇ ਆਂਟੀ ਜੀ ਗੈਵੀ ਨੇ ਤਾਂ ਮੈਨੂੰ ਬੜਾ ਹੀ ਦੁਖੀ ਕੀਤਾ ਉਹਦੀ ਯਾਦ ਚ ਤਾਂ ਮੈਂ ਖੂਨ ਦੇ ਅਥਰੂ ਰੋਈ ਆ ਉਹਦੇ ਝੂਠੇ ਲਾਰਿਆਂ ਨੇ ਤਾਂ ਮੇਰੀ ਜਵਾਨੀ ਨੂੰ ਰੋਗ ਲਾ ਦਿੱਤਾ ਤੂੰ ਫਿਕਰ ਨਾ ਕਰਦੀ ਏ ਮੈਂ ਤਾਂ ਉਹਦੇ ਪਿਓ ਦੀ ਰੇਲ ਬਣਾ ਦਿੰਦੀ ਏ ਗੈਵੀ ਤਾਂ ਸ਼ੈ ਕੀ ਏ ਰਿਜਕ ਮੇਰੇ ਘਰ ਠਾਠਾ ਮਾਰਦਾ ਫਿਰਦਾ ਹੈ ਤੇ ਮੈਂ ਵੀ ਪਾਣੀ ਦੀ ਘੁੱਟ ਲਈ ਇੱਧਰ ਉੱਧਰ ਤੜਫਦੀ ਫਿਰਦੀ ਹਾਂ ਧੀਏ ਤੂੰ ਮੈਨੂੰ ਇੱਕ ਗੱਲ ਤਾਂ ਦੱਸ ਕਿ ਤੇਰਾ ਪਿਓ
ਮੈਨੂੰ ਦਾਜ ਦਾ ਮੋਹ ਮੰਗਿਆ। ਉਹਦੀ ਤੁਸੀਂ ਫਿਕਰ ਨਾ ਕਰੋ ਆਂਟੀ ਜੀ, ਜਿੰਨਾ ਤੁਸੀਂ ਕਹੋ ਉਹਦੇ ਨਾਲ ਵੱਧ। ਪਰ ਤੁਸੀਂ ਮੇਰੇ ਡੈਡੀ ਨੂੰ ਇੱਕ ਵਾਰ ਮਿਲੋ ਤਾਂ ਸਹੀ। ਮੈਂ ਕੱਲ ਹੀ ਆ ਜਾਣੀ ਹੈ। ਨਹੀਂ ਆਂਟੀ ਜੀ, ਪਹਿਲਾਂ ਮੈਂ ਗੈਵੀ ਨਾਲ ਗੱਲ ਕਰਨਾ ਚਾਹੁੰਦੀ ਹਾਂ। ਜੰਮ ਜੰਮ ਕਰ ਦੀਏ, 100 ਵਾਰ ਕਰ। ਕਰਾਂ ਤੇ ਕਿਵੇਂ ਕਰਾਂ, ਤੁਸੀਂ ਆਪ ਦੱਸੋ। ਮੇਰੇ ਕੋਲ ਤੇ ਉਹਦਾ ਫੋਨ ਨੰਬਰ ਵੀ ਨਹੀਂ ਹੈਗਾ। ਲੈ ਨੰਬਰ ਦੀ ਕਿਹੜੀ ਗੱਲ, ਮੈਂ ਤੈਨੂੰ ਹੁਣੇ ਲਿਆ ਕੇ ਦਿੰਦੀ ਹਾਂ, ਤੂੰ ਬੈਠ, ਮੈਂ ਹੁਣੇ ਆਈ। ਬੁੜੀ ਨੂੰ ਕਰ ਹੀ ਲਿਆ ਕਾਬੂ ਚ। ਲਫੜ ਨਨਾ ਨੇ ਲਾਡ ਲਈਏ ਫੋਨ ਤੇ ਕਰ ਉਹਦੇ ਨਾਲ ਗੱਲ। ਹੈਲੋ ਹੈਲੋ ਗੈਵੀ, ਰਾਵੀ ਗੈਵੀ ਛੇਤੀ ਵਾਪਸ ਆ ਜਾ। ਆਏ ਹਾਏ, ਉਹ ਕਿੱਥੇ ਮਰ ਗਿਆ, ਉਹ ਕੱਪੜੇ ਪਾਉਣ ਗਿਆ ਕਿ ਸਵਾਉਣ ਬਹਿ ਗਿਆ। ਓਏ ਹੋਏ, ਮਿੰਤਾ ਤੇਰੀਆਂ ਕਾਲੀਆਂ ਨੇ ਮਾਰ ਲਿਆ ਪਟਵਾਰੀ ਦੀ ਧੀਏ। ਤਿਆਰ ਹੋਇਆ ਕਰਦਾ ਬੇ, ਤੂੰ ਹੁਣ ਤੱਕ ਕੀ ਕਰਦਾ ਪਿਆ ਸੀ ਇੰਨੀ ਦੇਰ ਦਾ? ਪੱਗ ਬੰਨਦਾ ਸੀ, ਸ਼ੀਸ਼ਾ ਦੇਖਦਾ ਸੀ। ਸ਼ੀਸ਼ਾ ਦੇਖਦਾ ਸੀ ਨਾ, ਤੇਰੀ ਹੁਸਨ ਜਵਾਨੀ ਚ ਕੋਈ ਫਰਕ ਨੀ ਪੈਣ ਲੱਗ ਗਿਆ। ਚੱਲ ਤੁਰ ਹੁਣ। ਆ ਮੈਨੂੰ ਐਂ ਤਾਂ ਦੱਸ ਦੇ, ਮੈਨੂੰ ਸਜ਼ਾ ਸੰਵਾਰ ਕੇ ਕਿੱਧਰ ਲੈ ਕੇ ਚੱਲੀ ਐ? ਬੇ ਤੂੰ ਘਬਰਾ ਨਾ, ਤੈਨੂੰ ਮੋਗੇ ਵਾਲੀ ਮੰਡੀ ਚ ਵੇਚ ਕੇ ਨੀ ਆਉਂਦੀ, ਤੇਰੀ ਤਾਂ ਕਿਸੇ ਨੇ ਦਵਾਨੀ ਵੀ ਨੀ ਦੇਣੀ। ਚੱਲ ਤੁਰ ਹੁਣ। ਤੁਰ ਪਾਉਣਾ, ਹੇ ਰੱਬਾ ਬਚਾਈ ਮੈਨੂੰ। ਪਰ ਮਾਸਟਰ ਦਾਰਾ ਸਿਆ ਸਿਆਣੇ ਕਿਹਾ ਕਰਦੇ ਆ ਵੀ ਜਿਹੜਾ ਤੀਮੀ ਪਿੱਛੇ ਲੱਗ ਗਿਆ ਉਹ ਨਾ ਕਦੀ ਬਚਿਆ। ਚੱਲ ਪਾ ਰੁਕਿਆ ਕਰਦੇ ਆ, ਰੁਕਿਆ ਕਰਦੇ ਆ, ਆ ਜਾ ਪੈਸੇ ਦੇ ਦੇ ਇਹਨੂੰ, ਰਿਕਸ਼ਾ ਵਾਲੇ ਨੂੰ। ਤੁਸੀਂ ਕੌਣ? ਮੈਂ ਤਾਂ ਪੈਰੀ ਪੈਣ ਆਇਆ ਜੀ, ਇਹਨੇ ਰੱਖੇ ਮੈਨੂੰ ਇਸ ਕੰਮ ਲਈ ਹੈ, ਜਿੱਥੇ ਕਹਿ ਦਿਆ ਕਰਦੀ ਹੈ ਪੈ ਜਾ ਕਰਦਾ। ਪਰ ਤੁਸੀਂ ਮੈਨੂੰ ਇਹ ਤਾਂ ਦੱਸੋ ਤੁਹਾਨੂੰ ਕੰਮ ਕੀ ਹੈ? ਮੇਰਾ ਪੁੱਤਰ ਨਾ ਜੀ ਬਾਹਰਲੇ ਮੁਲਕ ਗਿਆ ਹੋਇਆ, ਬਸ ਤੁਸੀਂ ਉਸਨੂੰ ਆਪਣਾ ਪੁੱਤਰ ਬਣਾ ਲਓ। ਕੀ ਗੱਲ, ਤੁਸੀਂ ਪੁੱਤ ਵੇਚਦੇ ਫਿਰਦੇ ਹੋ? ਤੁਸੀਂ ਠੀਕ ਆਖਿਆ ਡੈਡੀ ਜੀ, ਇਹ ਲੋਕ ਆਪਣੇ ਪੁੱਤਰ ਨੂੰ ਹੀ ਵੇਚਣ ਤੁਰੇ ਹੋਏ ਨੇ। ਪਹਿਲਾਂ ਤਾਂ ਇਹਨਾਂ ਨੇ ਇੱਕ ਥਾਂ ਤੇ ਵੇਚਿਆ ਸੀ, ਉੱਥੇ ਮੂੰਹੋਂ ਮੰਗਿਆ ਮੁੱਲ ਨਹੀਂ ਮਿਲਿਆ, ਤੇ ਹੁਣ ਦੂਜੀ ਥਾਂ ਤੇ ਵੇਚਣ ਆਏ ਨੇ। ਇਹ ਤੂੰ ਕੀ ਕਹੇ ਧੀ ਰਾਣੀਏ? ਧੀ ਰਾਣੀ ਕਦੇ ਰਾਵੀ ਵੀ ਤਾਂ ਤੇਰੀ ਧੀ ਰਾਣੀ ਸੀ, ਨੂਰ ਸੀ ਤੇਰੀ ਅੱਖਾਂ ਦਾ। ਡੈਡੀ ਇਹ ਉਹ ਔਰਤ ਹੈ ਜਿਹੜੀ ਆਪਣੇ ਮੁੰਡੇ ਦਾ ਰਿਸ਼ਤਾ ਕਿਸੇ ਕੁੜੀ ਦੇ ਨਾਲ ਨਹੀਂ ਦਾਜ ਨਾਲ ਕਰਨਾ ਚਾਹੁੰਦੀ ਹੈ। ਪਹਿਲਾਂ ਤਾਂ ਇਹਨੇ ਉਹਦੇ ਦੀ ਭੈਣ ਦੇ ਨਾਲ ਆਪਣਾ ਮੁੰਡਾ ਮੰਗਿਆ, ਤੇ ਜਦੋਂ ਉਹਨਾਂ ਦੇ ਦਿਨ ਮਾੜੇ ਆ ਗਏ ਤੇ ਫੇਰ ਸਾਡੇ ਘਰ ਹੱਥ ਅੱਡਣ ਆ ਗਈ। ਨਹੀਂ ਤੂੰ ਮੈਨੂੰ ਇਹ ਦੱਸ, ਜੇ ਸਾਡੇ ਤੇ ਦਿਨ ਮਾੜੇ ਆ ਗਏ ਫੇਰ ਤੂੰ ਕਿੱਥੇ ਜਾਏਂਗੀ, ਕਿਹੜੀ ਮੰਡੀ ਚ ਵੇਚੇਂਗੀ ਤੂੰ ਆਪਣੇ ਮੁੰਡੇ ਨੂੰ ਦੱਸ? ਸੰਧੂ ਸਾਹਿਬ ਤੁਸੀਂ ਆਪਣੀ ਧੀ ਨੂੰ ਰੋਕੋ ਤਾਂ ਸਹੀ। ਨੋ ਨੋ, ਮੈਂ ਅੱਜ ਤੱਕ ਆਪਣੀ ਧੀ ਨੂੰ ਕਦੇ ਵੀ ਕੋਈ ਚੰਗੀ ਗੱਲ ਕਰਨ ਤੋਂ ਨਹੀਂ ਰੋਕਿਆ। ਸੰਧੂ ਸਾਹਿਬ ਬੇਇੱਜ਼ਤੀ ਕੋਈ ਜ਼ਿਆਦਾ ਹੋਇਆ ਕਰਦੀ ਹੈ। ਬੇਇੱਜ਼ਤੀ? ਬੇਇੱਜ਼ਤੀ ਤਾਂ ਉਹਨਾਂ ਲੋਕਾਂ ਦੀ ਹੁੰਦੀ ਹੈ ਜਿਨ੍ਹਾਂ ਦੀ ਕੋਈ ਇੱਜ਼ਤ ਹੋਵੇ, ਤੇ ਤੁਹਾਡੇ ਵਰਗੇ ਲੋਕਾਂ ਨੂੰ ਤਾਂ ਇੱਜ਼ਤ ਦਾ ਮਤਲਬ ਹੀ ਨਹੀਂ ਪਤਾ। ਅੱਜ ਮੈਂ ਤੁਹਾਡਾ ਉਹ ਹਾਲ ਕਰਾਂਗੀ ਕਿ ਫੇਰ ਤੁਸੀਂ ਕਿਸੇ ਦੀ ਧੀ ਦੇ ਘਰ ਜਾਣ ਜੋਗੇ ਬਿਲਕੁਲ ਵੀ ਨਾ ਰਹੋਗੇ। ਮੇਰੀ ਗੱਲ ਤਾਂ ਸੁਣ ਧੀਏ। ਨਹੀਂ ਹੁਣ ਤੂੰ ਕੀ ਸੁਣਾਉਣਾ ਚਾਹੁੰਦੀ ਹੈ ਫੱਫੇ ਕੁੱਟਣੀਏ? ਜੇ ਤੇਰੇ ਘਰ ਕੋਈ ਧੀ ਹੁੰਦੀ ਤੇ ਫੇਰ ਮੈਂ ਵੇਖਦੀ ਤੂੰ ਕਿਵੇਂ ਅੱਡੀਆਂ ਚੁੱਕ ਚੁੱਕ ਕੇ ਗੱਲਾਂ ਕਰਦੀ। ਜਿਹੜੇ ਗਰੀਬ ਮਾਪੇ ਤੁਹਾਡੇ ਵਰਗੇ ਲਾਲਚੀ ਲੋਕਾਂ ਦਾ ਮੂੰਹ ਨਹੀਂ ਭਰ ਸਕਦੇ, ਉਹਨਾਂ ਦੀਆਂ ਧੀਆਂ ਸਾਰੀ ਉਮਰ ਘਰ ਬੈਠੀਆਂ ਬੁੱਢੀਆਂ ਹੋ ਜਾਂਦੀਆਂ। ਪਰ ਪੁੱਤ ਬਈ ਚੱਲ ਬੁੜਿਆ, ਤੂੰ ਤਾਂ ਇੱਥੋਂ ਨਿਕਲ ਨਿਕਲ ਤੂੰ ਚੱਲ ਨਹੀਂ ਤੂੰ ਹੀ ਨਿਕਲ ਧੀਏ, ਮੇਰੀ ਗੱਲ ਜਸ ਗੇਟ ਆਊਟ, ਮੇਰੀ ਗੱਲ ਨਿਕਲ ਇੱਥੋਂ ਆ ਜਾ। ਸ਼ਾਬਾਸ਼ ਧੀਏ ਸ਼ਾਬਾਸ਼, ਮੈਨੂੰ ਮਾਣ ਤੇਰੇ ਉੱਤੇ। ਅੱਜ ਤਰੇਨਾ ਠੀਕ ਹੋਇਆ ਕਰਦੀ ਹੈ ਜਗੀਰ ਕੋਰੇ, ਮਿੱਤਰਾਂ ਨੂੰ ਤੂੰ ਟੱਕਰੀ, ਤੈਨੂੰ ਟੱਕਰੀ ਪਰਿੰਡ ਵੱਢ ਖਾਣੀ, ਸਵਾਦ ਆ ਗਿਆ ਕਰਦਾ ਮਾਟ। ਗੈਵੀ ਮੇਰਾ ਪੁੱਤਰ, ਨਾ ਚਿੱਠੀ ਨਾ ਪੱਤਰ, ਤੂੰ ਕਦ ਆਇਆ ਕਰਦਾ? ਮੈਂ ਆਇਆ ਨੀ ਪਾਪਾ ਜੀ, ਬੁਲਾਇਆ ਗਿਆ। ਪੁੱਤਰ ਮੈਂ ਤਾਂ ਨੀ ਤੈਨੂੰ ਬੁਲਾਇਆ। ਮੈਨੂੰ ਤੂੰ ਨੀ ਬੀਬੀ, ਰਾਵੀ ਨੇ ਬੁਲਾਇਆ। ਰਾਵੀ? ਵੇ ਕਿਹੜੀ ਰਾਵੀ? ਵਾਹ ਵਾਹ ਬੀਬੀ ਵਾਹ, ਐਡੀ ਛੇਤੀ ਰਾਵੀ ਨੂੰ ਭੁੱਲ ਗਈ? ਇਹਨੂੰ ਕੁਛ ਵੀ ਯਾਦ ਨੀ ਹੋਇਆ ਕਰਦਾ ਪੁੱਤਰ, ਇਹਨੂੰ ਯਾਦ ਕਰਾ,
ਇਹ ਮੇਰੀ ਥਾਂ ਥਾਂ ਤੇ ਬੇਇੱਜ਼ਤੀ ਕਰਾਇਆ ਕਰਦੀ ਹੈ। ਵੇ ਤੂੰ ਵੀ ਬੋਲਣ ਲੱਗ ਪਿਆ, ਮੈਂ ਤੁਹਾਡਾ ਭਲਾ ਕੀ ਬੁਰਾ ਕਰਤਾ? ਬੁਰਾ ਤਾਂ ਤੂੰ ਉਹਨਾਂ ਦਾ ਕਰ ਰਹੀ ਹੈ ਬੀਬੀ, ਜਿੰਨਾ ਕਰਕੇ ਮੈਂ ਅੱਜ ਇੱਥੇ ਤੱਕ ਪਹੁੰਚਿਆ, ਤੇ ਜੇ ਅੱਜ ਉਹਨਾਂ ਤੇ ਮਾੜੇ ਦਿਨ ਆ ਗਏ ਤਾਂ ਤੂੰ ਆਪਣਾ ਚੈੱਕ ਕੈਸ਼ ਕਰਾਉਣ ਲਈ ਦੂਜਾ ਬੈਂਕ ਨੰਬਰ ਤੁਰ ਪਈ। ਕੀ ਦੇ ਵਾਸਤੇ ਓਏ, ਕੀ ਦੇ ਵਾਸਤੇ? ਓਏ ਤੇਰੇ ਲਈ ਨਲਾਇਕਾ, ਜਨਾਨੀ ਮਿਲਣੀ ਤੈਨੂੰ, ਤਾਜ ਮਿਲਣਾ ਤੈਨੂੰ, ਮੈਂ ਕਿਹੜਾ ਉਹ ਆਪਣੀ ਛਾਤੀ ਤੇ ਰੱਖ ਕੇ ਲੈ ਜਾਣਾ? ਮੈਂ ਅੱਜ ਦੇ ਜ਼ਮਾਨੇ ਦਾ ਇਨਸਾਨ ਹਾਂ ਬੀਬੀ, ਤੇ ਦਾਜ ਦੇ ਇਸ ਕੋੜ ਤੋਂ ਮੈਂ ਕੋਹਾਂ ਦੂਰ ਹਾਂ। ਵੇ ਤੇਰੇ ਅੱਜ ਦੇ ਜ਼ਮਾਨੇ 'ਚ ਕੌਣ ਦਾਜ ਨਹੀਂ ਲੈਂਦਾ? ਆ ਸਾਰੇ ਵੱਡੇ ਵੱਡੇ ਲੀਡਰ ਮੰਤਰੀ ਸਾਰੇ ਦਾਜ ਲੈਂਦੇ ਵੀ ਨੇ ਤੇ ਦਿੰਦੇ ਵੀ ਨੇ। ਆਪਣੇ ਜਵਾਕਾਂ ਦੇ ਵਿਆਹ 'ਚ ਕਰੋੜਾਂ ਰੁਪਇਆ ਪਾਣੀ ਵਾਂਗੂ ਵਹਾ ਦਿੰਦੇ ਨੇ। ਹੁਣ ਮੈਂ ਵੀ ਕੋਈ ਦੂਜਾ ਘਰ ਲੱਭਣਾ ਦਾਜ ਲਈ, ਤੇ ਤੂੰ ਪੁੱਤਰ ਵੀ ਹੋਰ ਲੱਭ ਲੈ। ਮੈਂ ਰਾਵੀ ਨਾਲ ਵਿਆਹ ਕਰਾ ਕੇ ਉਸ ਨੂੰ ਆਪਣੇ ਨਾਲ ਬਾਹਰ ਲੈ ਜਾਵਾਂਗਾ ਤੇ ਸਾਰੀ ਜ਼ਿੰਦਗੀ ਮੈਂ ਤੈਨੂੰ ਆਪਣਾ ਮੂੰਹ ਨਹੀਂ ਦਿਖਾਉਂਗਾ। ਅੱਜ ਤੋਂ ਮੈਂ ਤੇਰੇ ਲਈ ਮਰ ਗਿਆ ਤੇ ਮੇਰੇ ਲਈ ਨਹੀਂ। ਪੁੱਤ ਰੁਕ ਜਾ, ਪੁੱਤਰ ਰੱਬ ਦੇ ਵਾਸਤੇ ਰੁਕ ਜਾ। ਨਹੀਂ ਨਾ ਪੁੱਤ ਨਾ। ਹੁਣ ਕਿਉਂ ਰੋਕਿਆ ਕਰਦੀ ਹੈ? ਤੈਨੂੰ ਮੂੰਹ ਤੇ ਪੁੱਤ ਥੋੜੀ ਚਾਹੀਦੇ ਨੇ, ਤੈਨੂੰ ਤਾਂ ਦਾਜ ਚਾਹੀਦਾ ਦਾਜ। ਪੁੱਤ ਆ ਮੇਰੇ ਜੋੜੇ ਹੋਏ ਹੱਥਾਂ ਵੱਲ ਦੇਖ, ਫੇ ਮੈਨੂੰ ਜੱਗ ਦਾ ਤਮਾਸ਼ਾ ਨਾ ਬਣਾ। ਮੈਨੂੰ ਛੱਡ ਕੇ ਨਾ ਜਾਈ ਪੁੱਤਾ, ਮੈਨੂੰ ਛੱਡ ਕੇ ਨਾ ਜਾਈ ਵੇ। ਮੈਨੂੰ ਰਾਵੀ ਬਾਰੇ ਆਪਣਾ ਫੈਸਲਾ ਦੱਸ ਬੀਬੀ। ਪੁੱਤਰ ਜੋ ਤੂੰ ਕਹੇ, ਮੈਨੂੰ ਤੇਰਾ ਹਰ ਫੈਸਲਾ ਮਨਜ਼ੂਰ ਹੈ ਪੁੱਤਰ, ਜਿਵੇਂ ਤੇਰੀ ਮਰਜ਼ੀ। ਤਾਂ ਫਿਰ ਠੀਕ ਹੈ ਬੀਬੀ, ਤੂੰ ਕੱਲ੍ਹ ਹੀ ਰਾਵੀ ਦੀ ਭਾਬੀ ਕੋਲ ਜਾ ਤੇ ਮੇਰੇ ਵਿਆਹ ਦਾ ਦਿਨ ਪੱਕਾ ਕਰਕੇ ਆ ਤੇ ਨਾਲੇ ਆਪਣੇ ਕੀਤੇ ਦੀ ਮਾਫ਼ੀ ਮੰਗ ਕੇ ਆ। ਅਸੀਂ ਤਾਂ ਦੋਵੇਂ ਜੀ ਥੋਤੋਂ ਮਾਫ਼ੀ ਮੰਗਣ ਆਏ ਆ। ਅਸੀਂ ਦੋਵੇਂ ਨਹੀਂ, ਕੱਲੀ ਤੂੰ ਜੋ ਗਲਤੀ ਕਰਿਆ ਕਰਦਾ ਉਹੀ ਮਾਫ਼ੀ ਮੰਗਿਆ ਕਰਦਾ। ਨਿਰਮਲ ਕੁਰੇ, ਮੈਂ ਤਾਂ ਇਹ ਕਹਿਣ ਆਈ ਆ ਕਿ ਸੁੱਖ ਨਾਲ ਗੈਵੀ ਘਰ ਵਾਪਸ ਆ ਗਿਆ। ਨਿੱਕੀ ਤੋੜਤਾ ਜਿਉਣ ਜੋਗੀ ਏ। ਦੇਖੋ ਜੀ, ਭਾਂਡਾ ਭਾਵੇਂ ਟੁੱਟ ਜੇ, ਦਿਲ ਨਹੀਂ ਟੁੱਟਣਾ ਚਾਹੀਦਾ। ਹੁਣ ਤੁਹਾਡਾ ਕੀ ਹੁਕਮ ਹੈ ਮਾਸੀ ਜੀ? ਉਹ ਮੈਂ ਹੁਕਮ ਕੀ ਕਰਨਾ, ਜੋ ਮੇਰੇ ਪੁੱਤ ਦੀ ਖੁਸ਼ੀ ਉਹੀ ਮੇਰੀ ਖੁਸ਼ੀ। ਸਾਰੀ ਤਿਆਰੀ ਤਾਂ ਤੁਸੀਂ ਕਰਨੀ ਹੈ ਬੱਚਾ, ਦਿਨ ਵੀ ਤੁਸੀਂ ਦੱਸ ਦੋ। ਫਿਰ ਆਪਾਂ ਜ਼ਰਾ ਦੇਰ ਨਾ ਕਰੀਏ। ਜਿਵੇਂ ਤੁਹਾਡੀ ਮਰਜ਼ੀ। ਇੱਕ ਮਿੰਟ ਜ਼ਰਾ ਗੱਲ ਤਾਂ ਸੁਣੀ। ਆ ਲਿਸਟ ਰੱਖ ਲੈ, ਦੇਖ ਨਾ ਪੁੱਤ, ਜੇ ਕੁੜੀ ਸਹੁਰੇ ਘਰ ਜਾ ਕੇ ਚੱਜ ਦਾ ਲਾਵੇ ਪਾਵੇ ਨਾ ਤਾਂ ਕੀ ਫਾਇਦਾ? ਨਾਲੇ ਚੀਜ਼ਾਂ ਤਾਂ ਮੈਨੂੰ ਲੋਕਾਂ ਨੇ ਹੋਰ ਬਥੇਰੀ ਆਖੇ ਸੀ, ਪਰ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਉਹਨਾਂ ਤੇ ਬਹੁਤਾ ਜ਼ਿਆਦਾ ਬੋਝ ਨਹੀਂ ਪਾਉਣਾ, ਕਿਉਂਕਿ ਹੁਣ ਤੁਹਾਡੀ ਉਹ ਗੱਲ ਨਹੀਂ ਰਹੀ। ਗੱਲ ਇਹ ਆ ਮਾਸੀ, ਕਿ ਇੰਨਾ ਸਭ ਕੁਝ ਇਕੱਠਾ ਕਰਨ ਲਈ ਮੈਨੂੰ ਕੁਝ ਦਿਨਾਂ ਦੀ ਮੋਹਲਤ ਚਾਹੀਦੀ। ਕੋਈ ਨਾ ਕੋਈ ਨਾ, ਗੈਵੀ ਪੁੱਤ ਹਜੇ 2 ਮਹੀਨੇ ਇੱਥੇ ਹੀ ਹੈ, ਤੂੰ ਫਿਕਰ ਨਾ ਕਰ। ਉਹਦੇ ਪੁੱਤਰ ਆ ਲਿਸਟ ਮੈਨੂੰ ਦੇ ਦਿਆ ਕਰਦੇ, ਸਾਨੂੰ ਕੁਝ ਨਹੀਂ ਚਾਹੀਦਾ। ਵੱਡਾ ਪਟਿਆਲਾ ਵਾਲਾ ਰਾਜਾ ਨਾ ਹੋਵੇ ਤਾਂ ਸਾਨੂੰ ਕੁਝ ਨਹੀਂ ਚਾਹੀਦਾ। ਤੁਸੀਂ ਮਾਸੀ ਫਿਕਰ ਨਾ ਕਰੋ, ਤੁਹਾਨੂੰ ਸਭ ਕੁਝ ਮਿਲੇਗਾ। ਇਹ ਲਿਸਟ ਨਾ ਪੁੱਤ, ਤੂੰ ਧਿਆਨ ਨਾਲ ਵੇਖ ਲਈ, ਜੇ ਇੱਕ ਚਮਚਾ ਵੀ ਕੱਟ ਗਿਆ ਨਾ ਤਾਂ ਗੱਲ ਵਿਗੜ ਜਾਣੀ ਹੈ। ਚੱਲ ਤੁਰਦਾ ਬਣ ਹੁਣ। ਉਦੇ ਤੂੰ ਦਾਜ ਲਈ ਹਾਂ ਕਿੱਦਾਂ ਕਰਤੀ? ਉਸ ਰੱਬ ਦੇ ਆਸਰੇ ਭਾਬੀ। ਭਾਬੀ ਉਹ ਚਾਹ? ਤੂੰ ਕਿਉਂ ਉਦਾਸ ਹੁੰਦੀ ਹੈ? ਲੈ ਚਾਹ ਮੈਂ ਪੀ ਲੈਂਦੀ ਹਾਂ। ਲੈ ਇੱਕ ਕੱਪ ਮੈਨੂੰ ਵੀ ਦੇ ਦੇ। ਤੁਸੀਂ ਦੇਖਿਓ ਭਾਬੀ, ਆਪਾਂ ਆਪਣੀ ਰਾਵੀ ਦਾ ਵਿਆਹ ਪੂਰੀ ਸ਼ਾਨ ਨਾਲ ਕਰਨਾ, ਤੁਸੀਂ ਕਿਸੇ ਨੇ ਪੈਸਿਆਂ ਦੀ ਫਿਕਰ ਬਿਲਕੁਲ ਨਹੀਂ ਕਰਨੀ। ਐਡੀ ਰਕਮ ਕੀ ਨਾ ਲਈਦਾ? ਰਾਮ 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 ਕਰ ਕਾਕਾ, ਅਸੀਂ ਇੰਨੇ ਜੋਗੇ ਕਿੱਥੇ? ਆ ਤੂੰ ਤਾਂ ਆਪ ਦੇਖ, ਅਸੀਂ ਤਾਂ ਸਾਰੇ ਦਾ ਡੰਗ ਸਾਰਨਾ ਹੁੰਦਾ, ਆ ਤੇਰੇ ਵਰਗੇ ਜਿਹੜੇ ਬਾਹਰ ਬੈਠੇ ਨੇ ਇਹਨਾਂ ਨੂੰ ਵੀ ਤਾਂ ਮੈਨੂੰ ਕੁਝ ਦੇਣਾ ਪੈਣਾ। ਸੇਠ ਜੀ, ਅਸੀਂ ਲੋਕਾਂ ਨੇ ਵੀ ਹੋਰ ਕਿੱਥੇ ਜਾਣਾ, ਮੁੱਲਾਂ ਦੀ ਦੌੜ ਆਖਰ ਮਸੀਤ ਤੱਕ। ਉਹ ਤਾਂ ਠੀਕ ਹੈ ਭਾਈ, ਕੀ ਕਹੀਦਾ? ਹੁਣ ਤੂੰ ਦੇਖ 13 ਮਹੀਨਾ, ਅੱਜ ਕੱਲ੍ਹ ਤਾਂ ਪੈਸਾ ਬੰਦਾ ਮਾਰੇ ਤੇ ਨਹੀਂ ਲੱਭਦਾ, ਬਾਕੀ ਤੂੰ ਆਪ ਸਿਆਣਾ। ਤੈਨੂੰ ਪਤਾ ਅਸੀਂ ਪੈਸਾ ਫਸਲ ਦੇ ਹਿਸਾਬ ਨਾਲ ਦੇਈਦਾ, ਤੇ 2.5 ਲੱਖ ਦੀ ਤੇਰੀ ਫਸਲ ਹੋਣੀ ਹੈ ਤੇ 1.5 ਤੋਂ ਤੂੰ ਪਹਿਲੇ ਫੜੀ ਬੈਠਾ। ਹਾਂ, 30 ਧਿਆਣੀ ਦੇ ਕਾਲਜ ਦੀ ਗੱਲ ਹੈ, ਜਿੰਨੇ ਜੋਗੇ ਅਸੀਂ ਹੈ ਤੇਰੇ ਨਾਲ ਖੜੇ, 1,50,000 ਚਾਹੀਦਾ ਹੋਊ ਤਾਂ ਜ਼ਰੂਰ ਦੱਸੀ ਕਾਕਾ।
ਉਦੇ ਅੱਜ ਸੀਰੀ ਨਹੀਂ ਆਇਆ ਉਹਨੂੰ ਮੈਂ ਜਵਾਬ ਦੇਤਾ ਭਾਬੀ ਜਵਾਬ ਦੇਤਾ ਆ ਪੈਸੇ ਕਾਹਦੇ ਗਿਣਦਾ ਪਿਆ ਤੂੰ ਕਿੱਥੋਂ ਲੈ ਕੇ ਆਇਆ ਉਹ ਮੈਂ ਟਰੈਕਟਰ ਟਰਾਲੀ ਵੇਚਦੇ ਅੱਛਾ ਤੇ ਤੂੰ ਸੀਰੀ ਨੂੰ ਵੀ ਇਸੇ ਕਰਕੇ ਜਵਾਬ ਦੇ ਦਿੱਤਾ ਤਾਂ ਕਿ ਰਾਵੀ ਦੇ ਵਿਆਹ ਲਈ ਪੈਸੇ ਇਕੱਠੇ ਹੋ ਸਕਣ ਉਦੇ ਤੂੰ ਖੇਤੀ ਦਾ ਸਾਰਾ ਕੰਮ ਕੱਲਾ ਕਿਵੇਂ ਕਰੇਗਾ ਉਹ ਤਾਂ ਭਾਬੀ ਐਵੇਂ ਫਿਕਰ ਕਰੀ ਜਾਂਦੀ ਹੈ ਤੇਰੇ ਲਾਡ ਪਿਆਰ ਚ ਦੁੱਧ ਮੱਖਣਾ ਪਲੀ ਅੱਡੀ ਦੇ ਹੋਰ ਕਿੱਥੇ ਕੰਮ ਆਊ ਸਭ ਕਿਸਮਤਾਂ ਦੀ ਖੇਡ ਹੈ ਨਹੀਂ ਤਾਂ ਇਹ ਸਾਰੇ ਕੰਮ ਤੇਰੇ ਕਰਨ ਵਾਲੇ ਕਿੱਥੇ ਸੀ ਇਹ ਤਾਂ ਜੱਟ ਦੀ ਹੋਣੀ ਹੈ ਭਾਬੀ ਜੇ ਅਸੀਂ ਮਿੱਟੀ ਨਾਲ ਮਿੱਟੀ ਨਾ ਹੋਈਏ ਰਾਤਾਂ ਨੂੰ ਜਾਗ ਜਾ ਖੇਤਾਂ ਨੂੰ ਪਾਣੀ ਨਾ ਲਾਈਏ ਤਾਂ ਇਹ ਸਾਰਾ ਹਿੰਦੁਸਤਾਨ ਰੋਟੀ ਕਿੱਥੋਂ ਖਾਊ ਦੋ ਖੁਰਾਕਾਂ ਦਿੱਤੀਆਂ ਡਾਕਟਰ ਨੇ ਇੱਕ ਹੁਣ ਲੈ ਲੈ ਇੱਕ ਸਵੇਰੇ ਲੈ ਲਈ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਕਿ ਕੱਲਾ ਇੰਨਾ ਕੰਮ ਨਾ ਕਰ ਪਰ ਤੂੰ ਮੇਰੀ ਇੱਕ ਨਹੀਂ ਮੰਨੀ ਰਾਤਾਂ ਨੂੰ ਪਾਣੀ ਲਾਉਣਾ ਕੋਈ ਸੌਖੀ ਗੱਲ ਹੈ ਮੈਂ ਦੁੱਧ ਲੈ ਕੇ ਆਉਂਦੀ ਹਾਂ ਡਾਕਟਰ ਨੇ ਰੋਟੀ ਖਾਣ ਤੋਂ ਮਨਾ ਕੀਤਾ ਹੈ ਦਵਾਈ ਦੇ ਦੇ ਇਹਨੂੰ ਬਸ ਵੀਰੇ ਬਹੁਤ ਹੋ ਗਿਆ ਹੁਣ ਮੈਂ ਤੈਨੂੰ ਆਪਣੇ ਆਪ ਤੇ ਹੋਰ ਜ਼ੁਲਮ ਨਹੀਂ ਕਰਨ ਦੇਣੇ ਉਹ ਕਮਲੀ ਨਾ ਹੋਵੇ ਤਾਂ ਤੂੰ ਕਿਉਂ ਰੋਣ ਲੱਗ ਪਈ ਹੈ ਆਪਣੀ ਕਿਸਮਤ ਨੂੰ ਰੋਣੀ ਆ ਇੱਕ ਭਰਾ ਤਾਂ ਉਸ ਚੰਦਰੀ ਜ਼ਮੀਨ ਨੇ ਖਾ ਲਿਆ ਤੇ ਦੂਜਾ ਮੇਰੇ ਮਾੜੇ ਕਰਮਾਂ ਵਾਲੀ ਐਂ ਬੋਲੀ ਦਾ ਰਾਵੀ ਇਹੋ ਜੀ ਗੱਲ ਦੁਬਾਰਾ ਮੂੰਹੋਂ ਨਾ ਕੱਢੀ ਮੇਰੇ ਹੁੰਦਿਆਂ ਤੇਰੇ ਕਰਮ ਮਾੜੇ ਹੋ ਸਕਦੇ ਆ ਜਿਹੜੀਆਂ ਭੈਣਾਂ ਆਪਣੇ ਵੀਰ ਦੇ ਸਿਰ ਤੇ ਭਾਰ ਬਣ ਜਾਣ ਜਿਨ੍ਹਾਂ ਦੇ ਦਾਜ ਖਾਤਰ ਵੀਰ ਆਪਣੇ ਆਪ ਨੂੰ ਤਸੀਹੇ ਦੇਣ ਲੱਗਣ ਉਹ ਕਰਮਾਂ ਸੜੀਆਂ ਹੀ ਹੁੰਦੀਆਂ ਨੇ ਅੱਜ ਮੈਂ ਇੱਕ ਫੈਸਲਾ ਕਰ ਲਿਆ ਵੀਰੇ ਮੈਂ ਉਸ ਘਰ ਵਿਆਹ ਨਹੀਂ ਕਰਾਉਣਾ ਉਹਨਾਂ ਨੂੰ ਤੇਰੀ ਭੈਣ ਨਹੀਂ ਸਿਰਫ ਦਾਜ ਚਾਹੀਦਾ ਚੁੱਪ ਕਰ ਜਾ ਰਾਵੀ ਇਹੋ ਜੀ ਗੱਲ ਅੱਜ ਬੋਲ ਦਿੱਤੀ ਹੈ ਦੁਬਾਰਾ ਨਾ ਬੋਲੀ ਇੱਜ਼ਤਾਂ ਵਾਲੇ ਭਰਾਵਾਂ ਦੀਆਂ ਭੈਣਾਂ ਦਾ ਨਾਂ ਜਿੱਥੇ ਇੱਕ ਵਾਰ ਜੁੜ ਜਾਏ ਉਹਨਾਂ ਦੀ ਡੋਲੀ ਵੀ ਉਸੇ ਘਰੇ ਜਾਂਦੀ ਹੈ ਪਰ ਵੀਰੇ ਮੈਂ ਬਸ ਹੋਰ ਕੋਈ ਸਵਾਲ ਨਾ ਕਰੀ ਤੈਨੂੰ ਬਾਈ ਜੀ ਦੀ ਸੌਂਹ ਜੇ ਅੱਗੇ ਤੋਂ ਇਹੋ ਜਿਹੀ ਗੱਲ ਕੀਤੀ ਤਾਂ ਹੁਣ ਤੇਰੀ ਸਿਹਤ ਕਿਵੇਂ ਉਹਦੇ ਅੱਜ ਡਾਕਟਰ ਨੂੰ ਚੈੱਕ ਕਰਵਾਇਆ ਸੀ ਕਹਿੰਦਾ ਹੁਣ ਠੀਕ ਹੈ ਅੱਛਾ ਉਹਦੇ ਤੂੰ ਗੈਵੀ ਨਾਲ ਕਿਉਂ ਨਹੀਂ ਗੱਲ ਕਰਦਾ ਕਿ ਉਹਦੀ ਮਾਂ ਇੰਨਾ ਕੁਝ ਮੰਗਦੀ ਹੈ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਮਨਦੀਪ ਕੀ ਕਹੀਏ ਕਿ ਅਸੀਂ ਕੁੜੀ ਨੂੰ ਕੁਝ ਦੇ ਨਹੀਂ ਸਕਦੇ ਫਿਰ ਚੰਗੇ ਮਾੜੇ ਦਿਨ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਰਾਵੀ ਦਾ ਵਿਆਹ ਤਾਂ ਇੱਕੋ ਵਾਰੀ ਹੋਣਾ ਹੈ ਨਾ ਤੇ ਮੈਂ ਨਹੀਂ ਚਾਹੁੰਦਾ ਕਿ ਵਿਆਹ ਵਿੱਚੋਂ ਕੋਈ ਨਾਰਾਜ਼ ਚਾਵੇ ਪਰ ਦਸਾਂ ਨੂੰਹਾਂ ਦੀ ਕਮਾਈ ਨਾਲ ਦਾਜ ਨਹੀਂ ਦਿੱਤੇ ਜਾਂਦੇ ਉਹਦੇ ਇਹੋ ਜਿਹੇ ਟਾਈਮ ਤੇ ਕਿਸੇ ਆਪਣੇ ਦੀ ਮਦਦ ਲੈ ਲੈਣੀ ਚਾਹੀਦੀ ਹੈ ਤੂੰ ਐਂ ਕਰ ਤੂੰ ਮੇਰੇ ਡੈਡ ਨਾਲ ਗੱਲ ਕਰ ਮੈਨੂੰ ਇਹ ਸਲਾਹ ਨਾ ਦੇ ਮਨਦੀਪ ਮੈਂ ਮੰਨ ਹੀ ਨਹੀਂ ਸਕਦਾ ਕਿਉਂ ਨਹੀਂ ਮੰਨ ਸਕਦਾ ਵੈਸੇ ਵੀ ਵਿਆਹ ਤੋਂ ਬਾਅਦ ਮੇਰਾ ਸਭ ਕੁਝ ਤੇਰਾ ਹੀ ਤਾਂ ਹੈ ਪਰ ਮਨਦੀਪ ਸਾਡੇ ਪਰਿਵਾਰ ਵਿੱਚ ਨਾ ਤਾਂ ਮੁੰਡੇ ਨੂੰ ਬਲੈਂਕ ਚੈੱਕ ਸਮਝਿਆ ਜਾਂਦਾ ਤੇ ਨਾ ਹੀ ਸਾਡੇ ਖਾਨਦਾਨ ਵਿੱਚ ਕੋਈ ਜਗੀਰੋ ਮਾਸੀ ਹੈ ਹੁਣ ਮੈਂ ਲੱਗੂਗੀ ਸੋਹਣੀ ਸਭ ਤੋਂ ਸੋਹਣੀ ਜਗੀਰ ਕੌਰੇ ਜਿੰਨਾ ਮਰਜ਼ੀ ਜ਼ੋਰ ਲਾ ਲੈ ਆਏ ਨਹੀਂ ਜਵਾਨੀ ਆਇਆ ਕਰਦੀ ਹੁਣ ਤੈਨੂੰ ਮੰਨਣਾ ਹੀ ਪੈਣਾ ਵੀ ਤੂੰ ਬੁੜੀ ਹੋ ਗਿਆ ਕਰਦੀ ਹੈ ਵੇ ਬੁੜਾ ਹੋਏਗਾ ਤੂੰ ਜਿਹੜਾ ਇਹ ਵਿੰਗਾ ਜਾ ਹੋ ਕੇ ਤੁਰਦਾ ਹੈ ਚੱਲ ਅਸੀਂ ਬੁੜੇ ਸਹੀ ਭਲਾ ਤੂੰ ਕਿਉਂ ਬੁੜੀ ਹੋਣਾ ਜਿੰਨੀ ਦੇਰ 5 ਰੁਪਏ ਵਾਲਾ ਪੈਕਟ ਜਾ ਚੱਲਦਾ ਅੱਛਾ ਮੈਨੂੰ ਐ ਦੱਸ ਗੈਵੀ ਕਿੱਥੇ ਹੈ ਉਹਦਾ ਫੋਨ ਆਇਆ ਸੀ ਹਜੇ 2 ਕੁ ਦਿਨ ਹੋਰ ਲੱਗਣਗੇ ਚੰਡੀਗੜ੍ਹ ਗਿਆ ਆਪਣੇ ਯਾਰਾਂ ਨੂੰ ਵਿਆਹ ਦੇ ਕਾਰਡ ਵੰਡਣ ਅੱਛਾ ਅੱਛਾ
ਵਿਆਹ ਕਾਹਦਾ, ਤੈਨੂੰ ਤਾਂ ਚਾਹ ਚੜਿਆ ਤੇ ਕੁੜੀ ਵਾਲਿਆਂ ਨੂੰ ਵਕਤ ਪਾ ਰੱਖਿਆ। ਲੈ ਵਕਤ ਕਾਹਦਾ, ਅਗਲਿਆਂ ਨੇ ਜੋ ਦੇਣਾ ਹੈ ਆਪਣੀ ਧੀ ਤੇ ਜਵਾਈ ਨੂੰ ਹੀ ਦੇਣਾ। ਮੈਂ ਸਾਰਾ ਪਤਾ ਕਰ ਲੈ, ਉਦੇ ਲੱਗਿਆ ਹੋਇਆ ਪ੍ਰਬੰਧ ਕਰਨ। ਕੁਝ ਵੀ ਹੋ ਜੇ ਮੈਨੂੰ ਪੂਰਾ ਵਿਸ਼ਵਾਸ ਹੈ ਉੱਥੋਂ ਆਪਾਂ ਨੂੰ ਸਾਰਾ ਸਮਾਨ ਆਉਣਾ, ਭਾਵੇਂ ਉਹਨੂੰ ਕੁਝ ਵੀ ਕਰਨਾ ਪਵੇ। ਇਹ ਲਿਸਟ ਨਾ ਪੁੱਤ, ਤੂੰ ਧਿਆਨ ਨਾਲ ਵੇਖ ਲਈ, ਜੇ ਇੱਕ ਚਮਚਾ ਵੀ ਕੱਟ ਗਿਆ ਨਾ ਤਾਂ ਗੱਲ ਵਿਗੜ ਜਾਣੀ ਹੈ। ਚਿੜੀਆਂ ਭੈਣਾਂ ਆਪਣੇ ਵੀਰ ਦੇ ਸਿਰ ਤੇ ਭਾਰ ਬਣ ਜਾਣ, ਜਿਨ੍ਹਾਂ ਦੇ ਦਾਜ ਖਾਤਰ ਵੀਰ ਆਪਣੇ ਆਪ ਨੂੰ ਤਸੀਹੇ ਦੇਣ ਲੱਗਣ, ਉਹ ਕਰਮਾਂ ਸੜੀਆਂ ਹੀ ਹੁੰਦੀਆਂ ਨੇ। ਆਪਣੇ ਮਾਂ ਬਾਪ ਦੇ ਸਾਸ ਸੁਥਰੇ ਲਹੂ ਚ ਜ਼ਹਿਰ ਖੋਲਣ ਚੱਲਿਆ। ਰਾਵੀ ਦਾ ਘਰ ਤਾਂ ਬਚੇਗਾ ਨਾ? ਨਹੀਂ ਉਹਦੇ ਨਹੀਂ, ਚੋਰੀ ਨਾਲ ਲੁੱਟਿਆ ਪੈਸਾ ਤਰੇਲ ਦੇ ਤੁਪਕਿਆਂ ਵਾਂਗ ਹੁੰਦਾ ਹੈ, ਚੋਰ ਦਾ ਘਰ ਕਦੇ ਨਹੀਂ ਵਸਦਾ, ਕਦੇ ਦੀਵਾ ਨਹੀਂ ਬਲਦਾ ਉਸ ਘਰ ਵਿੱਚ। ਪਰ ਦੌਲਤ ਦੀ ਰੋਸ਼ਨੀ ਉਸ ਦੀਆਂ ਸਾਰੀਆਂ ਬੁਰਾਈਆਂ ਢੱਕ ਲੈਂਦੀ ਆ ਭਾਬੀ। ਦੌਲਤਮੰਦ ਨੂੰ ਇੱਥੇ ਕੋਈ ਚੋਰ ਨਹੀਂ ਕਹਿੰਦਾ, ਚੋਰ ਠੱਗ ਡਾਕੂ ਜਿਹੇ ਲਫ਼ਜ਼ ਤਾਂ ਸਿਰਫ ਗਰੀਬਾਂ ਲਈ ਬਣੇ, ਸਿਰਫ ਗਰੀਬਾਂ ਲਈ। ਮੈਨੂੰ ਆਪਣੇ ਰੱਬ ਤੇ ਪੂਰਾ ਭਰੋਸਾ ਹੈ, ਸਭ ਕੁਝ ਠੀਕ ਹੋ ਜਾਏਗਾ ਉਹਦੇ, ਤੂੰ ਵੀ ਉਸ ਰੱਬ ਤੇ ਭਰੋਸਾ ਰੱਖ। ਗਰੀਬ ਦਾ ਤਾਂ ਕੋਈ ਰੱਬ ਵੀ ਨਹੀਂ ਹੁੰਦਾ ਭਾਬੀ, ਤੇਰੇ ਉਸ ਰੱਬ ਨੂੰ ਸਾਡੀ ਕੋਈ ਪਰਵਾਹ ਨਹੀਂ। ਮੈਨੂੰ ਤਾਂ ਲੱਗਦਾ ਰੱਬ ਹੈ ਹੀ ਨਹੀਂ, ਲੋਕੀ ਐਵੇਂ ਪੱਥਰ ਅੱਗੇ ਮੱਥਾ ਰਗੜੀ ਜਾਂਦੇ। ਅਬਰਦਾਰ, ਅਬਰਦਾਰ, ਉਸ ਪਰਮਾਤਮਾ ਦੇ ਖਿਲਾਫ ਇੱਕ ਲਫ਼ਜ਼ ਵੀ ਬੋਲਿਆ ਤਾਂ ਤੇਰਾ ਯਕੀਨ ਐਡਾ ਕਮਜ਼ੋਰ ਹੋ ਗਿਆ ਕਿ ਉਸ ਪਰਮਾਤਮਾ ਦੇ ਖਿਲਾਫ ਤੇਰੇ ਅੰਦਰ ਇੰਨਾ ਜ਼ਹਿਰ ਭਰ ਗਿਆ? ਮਾਫ਼ੀ ਮੰਗੋ ਸਭ ਤੋਂ, ਮਾਫ਼ੀ ਮੰਗੋ ਸਭ ਤੋਂ, ਜਿਹੜਾ ਆਪਣੇ ਪਿਆਰੇ ਦੀ ਅਰਦਾਸਾਂ ਸੁਣ ਕੇ ਅਟਕ ਵਰਗੇ ਦਰਿਆਵਾਂ ਦੇ ਤੇਜ਼ ਪੜਨ ਨੂੰ ਵੀ ਠੱਲ ਪਾ ਦਿੰਦਾ ਹੈ। ਮਾਫ਼ੀ ਮੰਗੋ ਉਸ ਤੋਂ। ਭਾਬੀ, ਤੂੰ ਇਹ ਕਿਉਂ ਭੁੱਲ ਜਾਂਦਾ ਹੈ ਕਿ ਤੀਆਂ ਤਿਆਣੀਆਂ ਦੇ ਕਾਰਜਾਂ ਵਿੱਚ ਉਹ ਸੱਚਾ ਰੱਬ ਆਪ ਸਹਾਈ ਹੁੰਦਾ ਹੈ? ਭਾਬੀ, ਰਾਵੀ ਕਿੱਥੇ ਚਲ ਗਏ? ਭਾਬੀ ਜੀ, ਉਦੇ ਕੀ ਹੋਇਆ? ਮੁਕੱਦਮਾ ਜਿੱਤ ਗਿਆ ਭਾਬੀ, ਜ਼ਮੀਨ ਦਾ ਫੈਸਲਾ ਆਪਣੇ ਹੱਕ ਵਿੱਚ ਹੋ ਗਿਆ। ਮੈਂ ਤਾਂ ਪ੍ਰਾਪਰਟੀ ਡੀਲਰ ਨਾਲ ਵੀ ਗੱਲ ਕਰਾਇਆ, 10 ਕਰੋੜ ਰੁਪਇਆ ਤਾਂ ਆਪਾਂ ਨੂੰ ਮਿਲ ਹੀ ਜਾਊਗਾ, ਹੁਣ ਸਾਨੂੰ ਸਾਡਾ ਸਭ ਕੁਝ ਵਾਪਸ ਮਿਲ ਜਾਏਗਾ। ਦੇਖਿਆ,
मैं तेनू क्या सी ना उस परमात्मा ते भरोसा रख सब कुछ ठीक हो जाएगा उस परमात्मा ने सब कुछ ठीक कर दिता हे वाहिगुरु तेरा लख लख शुक्र है रावी दे व्याह दे सारे सुपने पूरे होणगे भाभी जो कदे बाई जी ने वेखे सी हुण आपां अपनी रावी दा व्याह पूरी धूमधाम नाल करांगे ਇਹੋ ਜਿਹੇ ਜਿਹੜੇ ਆਪਣੇ ਦੋ ਦੋ ਭਰਾਵਾਂ ਨੂੰ ਮਰਵਾ ਕੇ ਇੱਥੇ ਬੈਠੇ ਐ ਓਏ ਮਹਿੰਦੀਆਂ ਲੱਗੀਆਂ ਬਾਜੇ ਬੱਜ ਗਏ ਤੇ ਤੁਸੀਂ ਤੁਸੀਂ ਇੱਥੇ ਬਿੱਜੂ ਬਣੇ ਬੈਠੇ ਹੋ ਓਏ ਤੂੰ ਨਹੀਂ ਜਾਣਦਾ ਮੱਸਿਆ ਅਸੀਂ ਉਹਦਾ ਕੀ ਹਾਲ ਕਰਾਂਗੇ ਓਏ ਤੁਸੀਂ ਕੁਝ ਨਹੀਂ ਕਰ ਸਕਦੇ ਬਗਾਨਾ ਪੁੱਤ ਤੁਹਾਡੇ ਦੋ ਦੋ ਭਰਾਵਾਂ ਨੂੰ ਮਾਰ ਕੇ ਪਰੀ ਹੋ ਕੇ ਤੁਹਾਤੋਂ ਜ਼ਮੀਨ ਦਾ ਕਬਜ਼ਾ ਲੈ ਗਿਆ
ਤੇ ਉਹ ਜ਼ਮੀਨ ਹੁਣ ਉਹਨੇ 10 ਕਰੋੜ ਦੀ ਵੇਚੀ ਹੈ 10 ਕਰੋੜ ਦੀ ਮਸਿਆ ਤੂੰ ਨਹੀਂ ਜਾਣਦਾ ਸਾਡੀਆਂ ਸਕੀਮਾਂ ਨੂੰ ਅਸੀਂ ਸੱਪ ਤਾਂ ਮਾਰਨੀ ਆ ਤੇ ਡਾਂਗ ਵੀ ਨਹੀਂ ਟੁੱਟਣ ਦੇਣੀ ਉਹ ਸੱਪਾਂ ਨੂੰ ਮਾਰਨ ਵਾਲੇ ਡਾਂਗਾਂ ਦੀ ਪਰਵਾਹ ਨਹੀਂ ਕਰਿਆ ਕਰਦੇ ਜੇ ਦੁਸ਼ਮਣ ਤੋਂ ਬਦਲਾ ਲੈਣਾ ਹੋਵੇ ਤਾਂ ਉਹਨੂੰ ਇਹੋ ਜਿਹਾ ਫੱਟ ਦਿਓ ਕਿ ਸਾਰੀ ਉਮਰ ਲਹੂ ਟਿਪ ਟਿਪ ਵਗਦਾ ਰਹੇ ਜੇ ਕੁਝ ਕਰਨਾ ਹੈ ਤਾਂ ਅੱਜ ਹੀ ਮੌਕਾ ਹੈ ਉਹਦੀ ਭੈਣ ਦਾ ਘਰ ਵਸਣ ਤੋਂ ਪਹਿਲਾਂ ਉਜਾੜ ਦਿਓ ਮੈਂ ਤੁਹਾਡੇ ਨਾਲ ਹੈ ਜਗੀਰੋ ਦੇ ਵਿਹੜੇ ਚ ਟੋਲੀ ਪਹੁੰਚਣ ਤੋਂ ਪਹਿਲਾਂ ਪਹਿਲਾਂ ਤੈਨੂੰ ਲੜਨ ਕੱਕੀਆਂ ਕੀੜੀਆਂ Hello. ਚੰਗੇ ਕੰਮ ਕਰਨੀ ਹੁੰਦਾ ਤੂੰ ਤਾਂ ਮਸਾ ਸਿੰਘ ਨਹੀਂ ਮਸਾ ਲੰਗੜ ਹੈ ਲੰਗੜ ਚੱਕੇ ਨੂੰ ਤੈਨੂੰ ਲੜਨ ਕੱਕੀਆਂ ਕੀੜੀਆਂ ਜ਼ਿਆਦਾ ਲਾਲਚ ਨਹੀਂ ਕਰਿਆ ਕਰਦੇ Gavie, Gavie, no! Gavie!
अजे तो मैं तेरे सर तो दीवार के पानी में नहीं सी पीता। अजे अजे तो मैं अपने चावड़ी से पूरे कीते। अगले नेता तेरे सारे चाव पूरे करते बीबी। तू हमेशा मेनू एक चेक समझिया। नहीं नहीं पता ते तेरा एक चेक कैश भी हो गया। नहीं पर तेनू किसे ने ए नहीं दसिया के चेक एक बारी कैश होने तो बाद कदे कदे वापिस नहीं हुंदा बीबी।
ਪੁੱਤਰ ਇਹਨੂੰ ਇਹਨੂੰ ਕਿੱਥੇ ਲੈ ਕੇ ਚੱਲੇ ਤੂੰ ਨਾ 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 ਇਹਨੂੰ ਕਿਤੇ ਨਹੀਂ ਲੈ ਕੇ ਜਾਣਾ ਤੂੰ ਹਜੇ ਤਾਂ ਮੈਂ ਬੂਹੇ ਤੇ ਤੇਲ ਚੁਆ ਕੇ ਇਹਦੇ ਪੈਰ ਘਰ ਦੇ ਅੰਦਰ ਪਾਉਣੇ ਨੇ ਹਾਂ ਸਾਰਾ ਸਮਾਨ ਚੈੱਕ ਕਰ ਲਾ ਮਾਸੀ ਇੱਕ ਚਮਚਾ ਵੀ ਘੱਟ ਨਹੀਂ ਪਰ ਤੇਰੇ ਦਾਜ ਦੀ ਲਿਸਟ ਵਿੱਚ ਤਾਂ ਮੇਰੀ ਭੈਣ ਦਾ ਨਾਂ ਹੀ ਨਹੀਂ ਸੀ ਮੁਕਦਰਾ ਨਾਲੋਂ ਮਹਿੰਦੀ ਲੱਗਦੀ ਮੁਕਦਰਾ